ਨਾ ਚੱਲਿਆ ਸਾਕੇ ਕਰਨ ਬੜੇ ਨਿੱਕੀਆਂ ਜਿੰਦਾ ਚੱਲਿਆ ਸਾਕੇ ਕਰਨ ਬੜੇ ਨਿੱਕੀਆਂ ਜਿੰਦਾ ਕਰਨੀ ਚੱਲੀਆਂ ਸਾਕੇ ਕਰਨ ਵੜੇ। ਸੋ ਖਾਲਸਾ ਜੀ, ਇਤਿਹਾਸ ਦੇ ਮਾਣ ਵਿੱਚ ਸਾਡੇ ਸਤਿਕਾਰਯੋਗ ਸਰਦਾਰ ਬਸੰਤ ਸਿੰਘ ਜੀ ਪੰਜ ਹੱਥਾਂ ਪ੍ਰਧਾਨ ਸਿੱਖ ਕੌਂਸਲ ਫਰਾਸ, ਉਹਨਾਂ ਵੱਲੋਂ 500 ਰੁਪਇਆ ਹੋਰ ਮਾਣ ਆਇਆ ਔਰ ਗੁਰੂ ਕੇ ਸਿੱਖ ਸੰਗਤਾਂ ਵੱਲੋਂ ਹੋਰ ਬੇਅੰਤ ਮਾਇਆ। ਸਤਿਗੁਰੂ ਨਾਮ ਆਪ ਜਾਣਦੇ ਹਨ, ਵਾਹਿਗੁਰੂ ਚੜ੍ਹਦੀ ਕਲਾ ਰੱਖੇ, ਨਾਮ ਨਾਨ ਬਖਸ਼ੇ, ਗੁਰਸਿੱਖੀ ਜੀ ਬਖਸ਼ੇ। ਸੋ ਖਾਲਸਾ ਜੀ, ਇਹ ਸੰਗਤ ਨੂੰ ਹੋਰ ਵੀ ਜਾਣਕਾਰੀ ਦੇਣੀ ਚਾਹੁੰਦੇ ਹਾਂ, ਜੋ ਕਿ ਇਹ ਪ੍ਰੋਗਰਾਮ ਚੱਲ ਰਿਹਾ ਹੈ ਦੋ ਚੈਨਲਾਂ ਤੋਂ ਚੱਲ ਰਿਹਾ ਹੈ, ਅਕਾਲ ਚੈਨਲ ਅਤੇ ਆਵਾਜ਼ੇ ਕੌਮ ਟੀਵੀ। ਇਹ ਵਿਸ਼ਵ ਭਾਵਿਕ ਸਾਰੀ ਦੁਨੀਆ ਦੇ ਵਿੱਚ ਨਸ਼ਰ ਹੋ ਰਿਹਾ ਹੈ। ਅਕਾਲ ਚੈਨਲ ਅਤੇ ਆਵਾਜ਼ੇ ਕੌਮ ਟੀਵੀ ਦੋ ਚੈਨਲਾਂ ਤੋਂ ਨਸ਼ਰ ਹੋ ਰਿਹਾ ਹੈ। ਸੋ ਬੀਬੀਆਂ ਪਾਣੀ ਭਰਦੀਆਂ ਕਿਆਸਕਾਰੀ ਲਾ ਰਹੀਆਂ ਨੇ ਔਰ ਅੰਮ੍ਰਿਤਧਾਰੀ ਬੀਬੀ ਉਹਨਾਂ ਨੂੰ ਸਮਝਾ ਰਹੀ ਹੈ। ਉਹ ਕਹਿ ਰਹੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਨੇ। ਸੋ ਖਾਲਸਾ ਜੀ, ਬੇਨਤੀ ਕਰਦੇ ਹਾਂ, ਜੋ ਕਿ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਆਪਣੇ ਦਰਮਿਆਨ ਥੋੜੇ ਚਿਰ ਵਿੱਚ ਹੀ ਪਹੁੰਚਣ ਵਾਲੀਆਂ ਨੇ, ਸੋ ਸੰਗਤਾਂ ਨੂੰ ਫੇਰ ਦੁਬਾਰਾ ਬੇਨਤੀ ਕਰਦੇ ਹਾਂ, ਜੋ ਕਿ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਸਿੰਘ ਸਾਹਿਬ ਜੀ ਆਪਣੇ ਦਰਮਿਆਨ ਥੋੜੇ ਚਿਰ ਵਿੱਚ ਹੀ ਪਹੁੰਚਣ ਵਾਲੇ ਹਨ ਔਰ ਬੀਬੀ ਅੰਮ੍ਰਿਤਧਾਰੀ ਉਹਨਾਂ ਨੂੰ ਸਮਝਾ ਰਹੀ ਹੈ ਇਹ ਦੋ ਜਹਾਨ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਮਾਫ ਕਰਨਾ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਔਰ ਨਾਲ ਇਹਨਾਂ ਦੇ ਮਾਤਾ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਨੇ, ਕਿਉਂਕਿ ਇਹਨਾਂ ਨੇ ਐਸਾ ਮਹਾਨ ਕਾਰਜ ਕਰਨਾ ਜੋ ਕਿ ਰਹਿੰਦੀ ਦੁਨੀਆਂ ਤੱਕ ਰੋਸ਼ਨ ਰਹੇਗਾ, ਉਹ ਸਮਝਾ ਰਹੀ ਹੈ। ਸੋ ਇਸੇ ਤਰ੍ਹਾਂ ਪੜਾਅ ਦਰ ਪੜਾਅ ਹੁੰਦੇ ਹੋਏ ਇਹ ਪਹੁੰਚੇ ਨੇ ਮੋਰਿੰਡੇ ਥਾਣੇ ਦੇ ਵਿੱਚ। ਮੋਰਿੰਡੇ ਰਾਤ ਕੱਟੀ ਹੈ ਔਰ ਭੁੱਖੇ ਧਿਆਏ ਰੱਖਿਆ ਗਿਆ ਹੈ, ਕੋਈ ਕੱਪੜਾ ਨਹੀਂ, ਕੋਈ ਅੰਨ ਪਾਣੀ ਨਹੀਂ, ਕੋਈ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ। ਇਹਨਾਂ ਨੇ ਮੋਰਿੰਡੇ ਦੇ ਥਾਣੇ ਵਿੱਚ ਰਾਤ ਕੱਟੀ ਹੈ ਔਰ ਦੂਸਰੇ ਦਿਨ ਇਹਨਾਂ ਨੇ ਖਾਨ ਮਜੀਦ ਸੂਬਾ ਸਰਹੰਦ ਨੂੰ ਸੁਨੇਹਾ ਭੇਜਿਆ ਕਿ ਖਾਨ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ ਜੋ ਕਿ ਸਰਕਾਰ ਦੇ ਬਾਗੀ ਨੇ ਉਹ ਸਾਡੇ ਕੋਲ ਇਸ ਵੇਲੇ ਮੌਜੂਦ ਨੇ। ਉਹਨੇ ਕਿਹਾ ਵੀ ਛੇਤੀ ਇਹਨਾਂ ਨੂੰ ਸਰਹੰਦ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ। ਹੁਕਮ ਦੀ ਤੌਹੀਦ ਹੋਈ ਹੈ ਮਾਤਾ ਗੁਜਰ ਕੌਰ ਜੀ ਨੂੰ ਤੇ ਸਾਹਿਬ ਜੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਹੋਰਾਂ ਨੂੰ ਸਰਹੰਦ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਹੈ ਔਰ ਜਾਣਸਾਰ ਜਦੋਂ ਸੂਬੇ ਦੀ ਕਚਹਿਰੀ ਲੱਗੀ ਹੈ ਸਾਹਿਬਜ਼ਾਦਿਆਂ ਨੇ ਜਾ ਕੇ ਦਸ਼ਮੇਸ਼ ਪਿਤਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਬੁਲੰਦ ਫਤਿਹ ਦਾ ਬੁਲੰਦ ਨਾਰਾ ਪੇਸ਼ ਕੀਤਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਨੀ ਸੁਣ ਕੇ ਸੂਬੇ ਨੂੰ ਸੱਤ ਕੱਪੜੀ ਅੱਗ ਲੱਗ ਚੁੱਕੀ ਹੈ ਔਰ ਕੋਲੋਂ ਸੁੱਚਾ ਨੰਦ ਦੀਵਾਨ ਕਹਿ ਰਿਹਾ ਹੈ ਉਹ ਬੱਚੋ ਜਰਾ ਧਿਆਨ ਮਾਰੋ ਇਹ ਕਿਹਦੀ ਕਚਹਿਰੀ ਹੈ, ਇਹ ਨਵਾਬ ਸੂਬੇਦਾਰ ਖਾਨ ਮਜੀਦ ਖਾਨ ਦੀ ਕਚਹਿਰੀ ਹੈ, ਸੂਬਾ ਸਰਹੰਦ ਨਵਾਬ ਨੇ ਆਪ ਬੈਠੇ ਨੇ ਸਾਹਮਣੇ ਤੇ ਇਹਨਾਂ ਨੂੰ ਸਲਾਮ ਕਰੋ, ਇਹ ਕੋਈ ਅਨੰਦਪੁਰ ਸਾਹਿਬ ਦਾ ਦਰਬਾਰ ਨਹੀਂ, ਇਹ ਅੰਮ੍ਰਿਤਸਰ ਦੀ ਧਰਮ ਧਰਤੀ ਨਹੀਂ ਜਿੱਥੇ ਤੁਹਾਡੀ ਪ੍ਰਵਾਨ ਹੋਵੇਗੀ ਫਤਿਹ ਪ੍ਰਵਾਨ ਹੋਵੇਗੀ, ਲੇਕਿਨ ਤੁਸੀਂ ਇਸਲਾਮ
ਇੱਥੇ ਤੁਸੀਂ ਇਸਲਾਮ ਕਬੂਲ ਕਰੋ, ਆਹ ਫਤਿਹ ਦਾ ਨਾਰਾ ਇੱਥੇ ਨਹੀਂ ਗੁਜਾਉਣਾ ਹੈਗਾ ਤੇ ਨਹੀਂ ਤਾਂ ਮੌਤ ਦੇ ਘਾਟ ਉਤਾਰੇ ਜਾਓਗੇ। ਸੋ ਖਾਲਸਾ ਜੀ ਸੂਬੇ ਵੱਲੋਂ ਹੁਕਮ ਹੋਇਆ ਕਿ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਾਵੇ। ਠੰਡਾ ਬੁਰਜ ਉਹ ਹੈ ਸਰਹੰਦ ਦੇ ਵਿੱਚ ਜੋ ਕਿ ਖਾਨ ਮਜੀਦ ਗਰਮੀਆਂ ਦੇ ਦਿਨਾਂ ਵਿੱਚ ਆਪਣੇ ਐਸ਼ੋ ਬਰਸ਼ਤੀ ਦੇ ਨਾਲ ਉੱਥੇ ਗਰਮੀਆਂ ਦੇ ਦਿਨ ਕੱਟਦਾ ਸੀ ਕਿਉਂਕਿ ਨਾ ਕੋਲੇ ਨਦੀ ਲੰਘ ਰਹੀ ਹੈ। ਉਦੋਂ ਗਰਮੀਆਂ ਜੇਠ ਹਾੜ ਦੇ ਦਿਨਾਂ ਵਿੱਚ ਵੀ ਇਸ ਬੁਰਜ ਦੇ ਵਿੱਚ ਪਾਲਾ ਠੰਡ ਲੱਗਦੀ ਸੀਗੀ ਕਿਉਂਕਿ ਉੱਥੇ ਖਾਨ ਮਜੀਦ ਸੂਬਾ ਸਰਹੰਦ ਆਪਣੀ ਮੌਜ ਮਸਤੀ ਕਰਦਾ ਸੀਗਾ। ਸੋ ਖਾਲਸਾ ਜੀ ਮਾਤਾ ਗੁਜਰ ਕੌਰ ਜੀ ਨੂੰ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਹੋਰਾਂ ਨੂੰ ਇਹ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਹੈ ਔਰ ਕੋਈ ਕੱਪੜਾ ਨਹੀਂ, ਕੋਈ ਅੰਨ ਪਾਣੀ ਨਹੀਂ, ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਔਰ ਰਾਤ ਕੱਟੀ ਹੈ ਇਹਨਾਂ ਨੇ ਬੜੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਰਾਤ ਬਤੀਤ ਹੋਈ ਹੈ ਔਰ ਦਿਨ ਚੜਿਆ ਹੈ। ਫਿਰ ਸੂਬੇ ਵੱਲੋਂ ਐਦੀਏ ਭੇਜੇ ਨੇ ਕਿ ਸਾਹਿਬਜ਼ਾਦਿਆਂ ਨੂੰ ਉਹ ਬੱਚਿਆਂ ਨੂੰ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਜਾਵੇ। ਸੋ ਖਾਲਸਾ ਜੀ ਮਾਤਾ ਗੁਜਰੀ ਜੀ ਜਦੋਂ ਇਹਨਾਂ ਕੋਲ ਸੁਨੇਹਾ ਪਹੁੰਚਿਆ ਹੈ ਸਾਰੀ ਰਾਤ ਆਪਣੇ ਯੋਧਿਆਂ ਦੀਆਂ ਸੂਰਵੀਰਾਂ ਦੀਆਂ ਗੁਰੂ ਸਾਹਿਬਾਨਾਂ ਦੀਆਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਕਹਾਣੀਆਂ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਕਹਾਣੀਆਂ ਪਾ ਪਾ ਕੇ ਰਾਤ ਗੁਜ਼ਾਰੀ ਹੈ ਔਰ ਜਿਸ ਤਰ੍ਹਾਂ ਮਾਤਾ ਸਿੱਖਿਆ ਦੇ ਰਹੀ ਹੈ ਉਸ ਵੇਲੇ ਦੇ ਸੀਰ ਨੂੰ ਢਾਡੀ ਜਥਾ ਆਪਦੀ ਸੇਵਾ ਦੇ ਵਿੱਚ ਇੰਜ ਪੇਸ਼ ਕਰਦਾ ਹੈ।
ਇਸਲਾਮ ਧਰਮ ਅਪਣਾਉਣਾ ਸੁਬਾ ਲੱਖ ਨਾਮ ਤਦੇਵ ਲਾਲਚ ਦੇ ਵਿੱਚ ਆਓ ਨਾ ਤੁਸੀਂ ਲਾਲਚ ਦੇ ਵਿੱਚ ਆਓ ਨਾ ਜਾਓ ਨਾ।
ਮਰ ਜਾਣਾ ਦਿਲੋਂ ਜਗ ਤੇ ਮਰਨਾ ਸੱਚ ਹੈ ਗੁਰਬਾਣੀ ਬੋਲਾਉਣਾ ਤੁਸੀਂ ਗੁਰਬਾਣੀ ਬੋਲਾਉਣਾ ਤੁਸੀਂ ਗੁਰਬਾਣੀ ਬੋਲਾਉਣਾ ਮਾਤਾ ਗੁਜਰ ਕੌਰ ਜੀ ਸੋ ਖਾਲਸਾ ਜੀ ਮਾਤਾ ਗੁਜਰ ਕੌਰ ਜੀ ਆਪਣੇ ਪੋਤਰਿਆਂ ਨੂੰ ਕਹਾਣੀਆਂ ਸੁਣਾ ਰਹੀ ਹੈ ਕਿ ਮੇਰੇ ਲਾਲ ਦੇ ਲਾਲੋ ਤੁਸੀਂ ਉਸ ਦਾਦੇ ਦੇ ਪੋਤਰੇ ਹੋ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕੀਨੋ ਵੜੋ ਕਲੂ ਮੈਂ ਸਾਕਾ ਸਾਧਨ ਹੇਰ ਇਤੀ ਜਨ ਕਰੀ ਸੀਸ ਦੀਆ ਪਰ ਸਿਰ ਨਾ ਗਈ ਸੀਸ ਦੀਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਠੀਕਰ ਫੋਰ ਦਿਲੀ ਸਰ ਪ੍ਰਭ ਪੁਰ ਕੀ ਪਿਆਨ ਤੇਗ ਬਹਾਦਰ ਨੇ ਕਰੀ ਕਰੀ ਨਾ ਕਿਨਹੁ ਆਨ ਤੇਗ ਬਹਾਦਰ ਕੇ ਚਲ ਭਇਓ ਜਗਤ ਕੋ ਸੋ ਹੈ 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 ਸਭ ਜਗ ਭਇਓ ਜੈ 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 ਸੁਰਲੋਕ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਤੁਹਾਡੀਆਂ ਰਗਾਂ ਦੇ ਵਿੱਚ ਖੂਨ ਹੈ ਮੇਰੇ ਲਾਲ ਦੇ ਲਾਲੋ ਤੁਸੀਂ ਡੋਲਣਾ ਨਹੀਂ ਸੂਬੇ ਨੇ ਅਨੇਕ ਪ੍ਰਕਾਰ ਦੇ ਲਾਲਚ ਵੀ ਦੇਣੇ ਹੈ ਔਰ ਅਨੇਕ ਪ੍ਰਕਾਰ ਦੇ ਉਹਨਾਂ ਨੇ ਡਰਾਵੇ ਵੀ ਦੇਣੇ ਕਿਸੇ ਡਰਾਵੇ ਮੂਹਰੇ ਔਰ ਕਿਸੇ ਦੇ ਕਿੱਡੇ ਵੀ ਵੱਡੇ ਲਾਲਚ ਨੂੰ ਤੁਸੀਂ ਆਪਣੀ ਪੈਰ ਦੀ ਜੁੱਤੀ ਦੇ ਨਾਲ ਠੁਕਰਾ ਦੇਣਾ ਹੈ ਸੋ ਖਾਲਸਾ ਜੀ ਇਸੇ ਤਰ੍ਹਾਂ ਹੋਇਆ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਫੇਰ ਪੇਸ਼ ਕੀਤਾ ਗਿਆ ਹੈ ਉਸੇ ਤਰ੍ਹਾਂ ਗੱਜ ਕੇ ਫਤਿਹ ਬੁਲਾਈ ਹੈ ਫਤਿਹ ਸੁਣ ਕੇ ਖਾਨ ਵਜ਼ੀਰ ਸੂਬਾ ਸਰਹੰਦ ਬਲ ਸਰ ਕੇ ਫੇਰ ਕੋਲੇ ਹੋ ਗਿਆ ਹੈ ਉਹ ਤਾੜਨਾ ਕਰ ਰਿਹਾ ਹੈ ਫਤਿਹ ਦੇ ਜਕਾਰੇ ਗੱਜ ਗੱਜ ਲਾਉਂਦੇ ਹੋ ਕਿ ਅਨੰਦਪੁਰ ਹੈ ਖਾਨ ਵਜ਼ੀਰ ਕਹਿ ਰਿਹਾ ਜਿੱਥੇ ਤੁਸੀਂ ਫਤਿਹ ਗੁਜ਼ਾਰ ਰਹੇ ਹੋ ਇਹ ਅਨੰਦਪੁਰ ਸਾਹਿਬ ਨਹੀਂ ਹੈ ਫਤਿਹ ਦੇ ਜਕਾਰੇ ਗੱਜ ਗੱਜ ਲਾਉਂਦੇ ਹੋ ਕਿ ਅਨੰਦਪੁਰ ਹੈ ਆ ਗਈ ਮੁਨਿਆਦ ਤੁਹਾਡੀ ਲੂਣ ਵੰਗ ਰਹੋ ਤੁਸੀਂ ਜਾਣਾ ਖੁਰ ਹੈ ਦਾਦੀ ਨਾਲ ਪਾਦੂਗਾ ਵਿਛੋੜਾ ਬੱਚੇ ਉਮਰਾਂ ਦੇ ਪੱਧ ਦਾ ਦੀਨ ਮੰਨ ਜਾਓ ਵਾਰੋ ਵਾਰ ਆਖਦਾ ਸੂਬਾ ਸਰਹੰਦ ਦਾ ਸਰਦਾਰ ਜੈਮਲ ਸਿੰਘ ਜੀ ਪੰਜ ਹੱਥਾਂ ਸਾਹਿਬ ਔਰ ਸਾਡੇ ਸਤਿਕਾਰਯੋਗ ਸਰਦਾਰ ਬਸੰਤ ਸਿੰਘ ਜੀ ਹੋਰਾਂ ਦੇ ਚਾਚਾ ਜੀ ਨੇ ਉਹਨਾਂ ਵੱਲੋਂ 100 ਰੁਪਇਆ ਮਾਣ ਆਇਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਨਾਮਦਾਨ ਬਖਸ਼ੇ ਗੁਰਸਿੱਖੀ ਜੀ ਉਹਨਾਂ ਸੋ ਖਾਲਸਾ ਜੀ ਖਾਨ ਵਜ਼ੀਰ ਸੂਬਾ ਸਰਹੰਦ ਤਾੜਨਾ ਕਰ ਰਿਹਾ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਕਹਿ ਰਿਹਾ ਫਤਿਹ ਦੇ ਜਕਾਰੇ ਗੱਜ ਗੱਜ ਲਾਉਂਦੇ ਹੋ ਕਿ ਅਨੰਦਪੁਰ ਹੈ ਆ ਗਈ ਮੁਨਿਆਦ ਤੁਹਾਡੀ ਲੂਣ ਵੰਗ ਰਹੋ ਤੁਸੀਂ ਜਾਣਾ ਖੁਰ ਹੈ ਦਾਦੀ ਨਾਲ ਪਾਲੂਗਾ ਵਿਛੋੜਾ ਬੱਚੇ ਉਮਰਾਂ ਦੇ ਪੱਧ ਦਾ ਦੀਨ ਮੰਨ ਜਾਓ ਵਾਰੋ ਵਾਰ ਆਖਦਾ ਸੂਬਾ ਸਰਹੰਦ ਦਾ ਪੜ੍ਹ ਲਓ ਕੁਰਾਨ ਤੁਸੀਂ ਅੱਜ ਬੱਚਿਓ ਲਾਲਚ ਦੇ ਰਿਹਾ ਪਰ ਕੁਰਾਨ ਸ਼ਰੀਫ ਪੜ੍ਹੋ ਤੁਸੀਂ ਤੁਹਾਨੂੰ ਬਖਸ਼ ਦਿੱਤਾ ਜਾਵੇਗਾ ਵੱਡੇ ਵੱਡੇ ਅਹੁਦੇ ਬੇਗਮਾਂ ਦੇ ਗੋਲੇ ਦਿੱਤੇ ਜਾਣਗੇ ਪੜ੍ਹ ਲਓ ਕੁਰਾਨ ਤੁਸੀਂ ਅੱਜ ਵਿੱਚੋਂ ਇਹ ਬੇਗਮਾ ਵਿਆਹ ਦਿਆਂ ਆਖੋ ਸੂਬੇਦਾਰੀ ਦੇਵਾਂ ਸਰਹੰਦ ਦੀ ਤਖ਼ਤ ਵਹਾ ਦਿਆਂ ਜੇ ਕਹੋ ਤੁਹਾਨੂੰ ਇਹ ਸਰਹੰਦ ਦੀ ਸੂਬੇਦਾਰੀ ਜਿਸ ਅਹੁਦੇ ਤੇ ਮੈਂ ਮੌਜੂਦ ਹਾਂ ਮੈਂ ਵੀ ਸੂਬੇਦਾਰ ਹਾਂ ਇਹ ਸੂਬੇਦਾਰੀ ਤੁਹਾਨੂੰ ਬਖਸ਼ ਦਿੱਤੀ ਜਾਵੇਗੀ ਪਰ ਦੀਨ ਕਬੂਲ ਕਰੋ ਇਸਲਾਮ ਕਬੂਲ ਕਰੋ ਪੜ੍ਹ ਲਓ ਕੁਰਾਨ ਤੁਸੀਂ ਅੱਜ ਵਿੱਚੋਂ ਇਹ ਬੇਗਮਾ ਵਿਆਹ ਦਿਆਂ ਆਖੋ ਸੂਬੇਦਾਰੀ ਦੇਵਾਂ ਸਰਹੰਦ ਦੀ ਤਖ਼ਤ ਵਹਾ ਦਿਆਂ ਸ਼ਾਹੀ ਦਰਬਾਰ ਹੋਰ ਮੈਂ ਬਣਾ ਦਿਆਂ ਤੁਸਾਂ ਦੇ ਪਸੰਦ ਦਾ ਤੁਹਾਨੂੰ ਸ਼ਾਹੀ
ਇਹ ਸ਼ਾਹੀ ਦਰਬਾਰ ਤੁਹਾਡੇ ਵਾਸਤੇ ਹੋਰ ਬਣਾ ਦਿੱਤਾ ਜਾਵੇਗਾ, ਲੇਕਿਨ ਸਲਾਮ ਕਬੂਲ ਕਰੋ। ਸ਼ਾਹੀ ਦਰਬਾਰ ਹੋਰ ਮੈਂ ਬਣਾ ਦਿਆਂ, ਉਹ ਤੁਸਾਂ ਦੇ ਪਸੰਦ ਦਾ ਦੀਨ ਮਨ ਜੋ ਵਾਰੋ ਵਾਰ ਆਖਦਾ ਸੂਬਾ ਸਰਹੰਦ ਦਾ। ਸੋ ਖਾਲਸਾ ਜੀ, ਦਿੱਲੀ ਵਿੱਚ ਪਹਿਲਾਂ ਤੁਹਾਡਾ ਦਾਦਾ ਮਾਰਿਆ, ਪਹਿਲਾਂ ਤੁਹਾਡਾ ਦਾਦਾ ਦਿੱਲੀ ਵਿੱਚ ਅਸੀਂ ਕਤਲ ਕਰ ਦਿੱਤਾ, ਕਿਉਂਕਿ ਉਹ ਵੀ ਦੀਨ ਨਹੀਂ ਸੀ ਮੰਨਦਾ। ਖਾਨ ਵਜ਼ੀਰ ਸੂਬਾ ਸਰਹੰਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬਾਰੇ ਦੱਸ ਰਿਹਾ, ਦਿੱਲੀ ਵਿੱਚ ਪਹਿਲਾਂ ਤੁਹਾਡਾ ਦਾਦਾ ਮਾਰਿਆ, ਦੀਨ ਨਹੀਂ ਸੀ ਮੰਨਦਾ। ਸਿਰ ਲੱਥ ਜਾਵੇ ਸਿਦਕ ਨਾ ਛੱਡਣਾ, ਜੋ ਸੀ ਦਾਵੇ ਬੰਨਦਾ, ਦੇਗ ਚ ਦਿਆਲਾ ਆਰਾ ਮਤੀ ਦਾਸ ਵਿੱਚੋਂ ਵੇਖਿਆ ਸੀ ਲੰਘਦਾ। ਭਾਈ ਦਿਆਲੇ ਨੂੰ ਦੇਗ ਚੋਂ ਗੁਆਲ ਦਿੱਤਾ ਸੀ, ਮਤੀ ਦਾਸ ਨੂੰ ਆਰੇ ਦੇ ਨਾਲ ਦਫਾੜ ਕਰ ਦਿੱਤਾ ਗਿਆ, ਔਰ ਭਾਈ ਦਿਆਲੇ ਨੂੰ ਦੇਗ ਚ ਉਬਾਲ ਕੇ ਤੇ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ। ਦੇਗ ਚ ਦਿਆਲਾ ਆਰਾ ਮਤੀ ਦਾਸ ਵਿੱਚੋਂ ਵੇਖਿਆ ਸੀ ਲੰਘਦਾ, ਦੀਨ ਮਨ ਜਾਓ ਵਾਰੋ ਵਾਰ ਆਖਦਾ ਸੂਬਾ ਸਰਹੰਦ ਦਾ। ਆਖਰ ਦੇ ਵਿੱਚ ਕਹਿਣ ਲੱਗਾ ਹੈ, ਕਹਿਣ ਲੱਗਾ ਤੁਸੀਂ ਜਿਸ ਤਰ੍ਹਾਂ ਫਤਿਹ ਗਜਾ ਰਹੇ ਹੋ, ਤੁਸੀਂ ਆਪਣੀ ਮੌਤ ਨੂੰ ਆਵਾਜ਼ਾਂ ਮਾਰ ਰਹੇ ਹੋ, ਲੇਕਿਨ ਤੁਸੀਂ ਨਦਾਨ ਹੋ, ਤੁਹਾਨੂੰ ਇਸ ਚੀਜ਼ ਬਾਰੇ ਪਤਾ ਨਹੀਂ ਮੌਤ ਕੀ ਸ਼ੈ ਹੈ, ਲੇਕਿਨ ਤੁਸੀਂ ਇਸ ਗੱਲੋਂ ਅਣਜਾਣ ਹੋ, ਇਹਦਾ ਅੰਜਾਮ ਬੜਾ ਭੈੜਾ ਹੈ। ਸੋ ਖਾਲਸਾ ਜੀ, ਇਸੇ ਤਰ੍ਹਾਂ ਬਹਿਸ ਹੁੰਦਾ, ਫਿਰ ਲਗਾਤਾਰ ਇਤਿਹਾਸ ਦੱਸਦਾ ਕਿ ਤਿੰਨ ਪੇਸ਼ੀਆਂ ਹੋਈਆਂ ਨੇ, ਪੜਾਅ ਦਰ ਪੜਾਅ ਹੁੰਦਾ ਹੋਇਆ ਤਿੰਨ ਪੇਸ਼ੀਆਂ ਹੋਈਆਂ ਨੇ, ਔਰ ਆਖਰੀ ਪੇਸ਼ੀ ਦੇ ਉੱਤੇ ਜਦੋਂ ਕਿਹਾ ਵੀ ਇਹ ਦੀਨ ਨਹੀਂ ਕਬੂਲ ਕਰਦੇ, ਨਾ ਹੀ ਕਿਸੇ ਲਾਲਚ ਦੇ ਵਿੱਚ ਆਉਂਦੇ ਨੇ ਇਹ, ਔਰ ਇਹਨਾਂ ਨੂੰ ਸਿਰਫ ਇੱਕੋ ਰਸਤਾ ਹੈ ਕਿ ਇਹਨਾਂ ਫਤਵਾ ਸੁਣਾਓ, ਕਾਜੀ ਨੂੰ ਕਿਹਾ ਫਤਵਾ ਸੁਣਾਓ ਇਹਨਾਂ ਬਾਰੇ ਕੀ ਖਿਆਲ ਹੈ। ਕਾਜੀ ਨੇ ਫਤਵਾ ਸੁਣਾਇਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣਾ ਕੇ ਮਾਰ ਦਿੱਤਾ ਜਾਏ। ਜਦੋਂ ਇਹ ਸਭਾ ਲੱਗੀ ਹੋਈ ਹੈ, ਕਾਜੀ ਫਤਵਾ ਸੁਣਾ ਰਿਹਾ ਹੈ, ਕਾਜੀ ਨੇ ਜਦੋਂ ਫਤਵਾ ਸੁਣਾਇਆ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਾ ਕੇ ਮਾਰ ਦਿੱਤਾ ਜਾਵੇ, ਲੇਕਿਨ ਸ਼ੇਰ ਮੁਹੰਮਦ ਖਾਨ ਮਲੇਰੀਆ, ਜੋ ਕਿ ਉਸ ਵੇਲੇ ਮਲੇਰ ਕੋਟਲੇ ਦਾ ਨਵਾਬ ਹੈ, ਉਹ ਸ਼ੇਰ ਜੋ ਕਿ ਨਾਰ ਖਾਨ ਦਾ ਭਰਾ ਹੈ, ਜੋ ਕਿ ਚਮਕੌਰ ਦੀ ਗੜੀ ਵਿੱਚ ਮਾਰਿਆ ਗਿਆ ਸੀ, ਸ਼ੇਰ ਮੁਹੰਮਦ ਖਾਨ ਮਲੇਰੀਆ ਕਹਿਣ ਲੱਗਾ ਕਿ ਸੂਬੇਦਾਰ ਸਾਹਿਬ ਇਹ ਅਨਿਆਂ ਨਹੀਂ ਹੈ, ਇਹ ਸ਼ਰ੍ਹਾਂ ਦੇ ਉਲਟ ਹੈ। ਸ਼ਰ੍ਹਾਂ ਦੇ ਵਿੱਚ ਕੁਰਾਨ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਨਦਾਨ ਬੱਚਿਆਂ ਨੂੰ ਮਾਰਿਆ ਜਾਵੇ, ਇਹ ਤੁਸੀਂ ਸ਼ਰ੍ਹਾਂ ਦੇ ਉਲਟ ਜਾ ਰਹੇ ਹੋ, ਹਾਦਾ ਨਾਰਾ ਮਾਰਿਆ ਹੈ। ਸਾਹਿਬਜ਼ਾਦਿਆਂ ਬਾਰੇ ਕਹਿ ਰਿਹਾ ਹੈ ਆਪਣਾ ਸ਼ੇਰ ਮੁਹੰਮਦ ਖਾਨ ਮਲੇਰੀਆ, ਦੱਸ ਕੀ ਹੈ ਇਹਨਾਂ ਦਾ ਕਸੂਰ ਸੂਪਿਆ, ਨਾ ਤੂੰ ਮਾਰ ਵਾਲ ਕੇ ਕਸੂਰ ਦੱਸ, ਇਹਨਾਂ ਦਾ ਕੀ ਹੈ ਕਸੂਰ, ਹੈ ਤਾਂ ਲੱਖ ਲੱਖ ਜੀ ਜਮ ਜਮ ਇਹਨਾਂ ਨੂੰ ਮਾਰ, ਦੱਸ ਕੀ ਹੈ ਇਹਨਾਂ ਦਾ ਕਸੂਰ ਸੂਪਿਆ, ਨਾ ਮਾਰ ਵਾਲ ਕੇ। ਅਰਜਾ ਮੈਂ ਕਰਾਂ ਤੇਰੀਆਂ ਵਜੀਦ ਖਾਂ, ਇੱਕ ਵਾਰੀ ਮਨ ਮੇਰੀਆਂ ਵਜੀਦ ਖਾਂ, ਐਵੇਂ ਐਡਾ ਕਰਨਾ ਗਰੂਰ ਸੂਪਿਆ, ਨਾ ਮਾਰ ਵਾਲ ਕੇ, ਦੱਸ ਕੀ ਹੈ ਇਹਨਾਂ ਦਾ ਕਸੂਰ ਸੂਪਿਆ, ਨਾ ਮਾਰ ਵਾਲ ਕੇ। ਜੇ ਤੁਸੀਂ ਬਦਲਾ ਲੈਣਾ ਇਹਨਾਂ ਦੇ ਪਿਤਾ ਤੋਂ ਲਓ, ਗੁਰੂ ਗੋਬਿੰਦ ਸਿੰਘ ਤੋਂ। ਖਾਲਸਾ ਜੀ, ਸ਼ੇਰ ਮੁਹੰਮਦ ਖਾਨ ਮਲੇਰੀਆ ਕਹਿ ਰਿਹਾ ਹੈ ਮਾਰਨੇ ਬੇਦੋਸ਼ੇ ਨਹੀਂ ਫਰਜ਼ ਆਪ ਦਾ, ਬੇਦੋਸ਼ੇ ਨੂੰ ਮਾਰਨਾ ਬੜਾ ਪਾਪ, ਇਹ ਤੁਹਾਡਾ ਫਰਜ਼ ਨਹੀਂ, ਮਰਦੋਈ ਪੂਰਾ ਨਹੀਂ ਹੈਗਾ ਇਹ, ਮਾਰਨੇ ਬੇਦੋਸ਼ੇ ਨਹੀਂ ਫਰਜ਼ ਆਪ ਦਾ, ਪੁੱਤਰਾਂ ਤੋਂ ਬਦਲਾ ਲਵੋ ਨਾ ਬਾਪ ਦਾ, ਬਾਪ ਦਾ ਬਦਲਾ ਪੁੱਤਰਾਂ ਤੋਂ ਨਾ ਲਵੋ, ਮਾਰਨੇ ਬੇਦੋਸ਼ੇ ਨਹੀਂ ਫਰਜ਼ ਆਪ ਦਾ, ਪੁੱਤਰਾਂ ਤੋਂ ਬਦਲਾ ਲਵੋ ਨਾ ਬਾਪ ਦਾ, ਟੱਕਰ ਲੋ ਗੋਬਿੰਦ ਨੂੰ ਜ਼ਰੂਰ ਸੂਪਿਆ, ਤੁਹਾਡੇ ਵਿੱਚ ਦਮ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਟੱਕਰ ਲਓ, ਉਹ ਤੁਹਾਡਾ ਮਰਦਊ ਪੁਣਾ ਹੈ।
ਗੁਰਬਾਣੀ ਦਾ ਫਰਮਾਨ ਹੈ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਜੇ ਸਕਤਾ ਦੀ ਟੱਕਰ ਸਕਤੇ ਨਾਲ ਹੋਵੇ ਫਿਰ ਕੋਈ ਰੋਸ ਨਹੀਂ ਹੈ। ਲੇਕਿਨ ਇੱਥੇ ਨਦਾਨ ਬੱਚੇ ਨੇ, ਤੁਸੀਂ ਆਪਣਾ ਤਾਨਾ ਸ਼ਾਹੀ ਹੁਕਮ ਇਹਨਾਂ ਤੇ ਦਾਗ ਰਹੇ। ਮਾਰਨੇ ਦੇ ਦੋਸ਼ ਨਹੀਂ ਫਰਜ ਆਪ ਦਾ, ਪੁੱਤਰਾਂ ਤੋਂ ਬਦਲਾ ਲਵੋ ਨਾ ਬਾਪ ਦਾ। ਟੱਕਰ ਲੈ ਗੋਬਿੰਦ ਨੂੰ ਜ਼ਰੂਰ ਸੁਫੀਆ ਨਾ ਮਾਰ ਵਾਲ ਕੇ, ਦੱਸ ਕੀ ਇਹਨਾਂ ਦਾ ਕਸੂਰ ਸੁਫੀਆ ਨਾ ਮਾਰ ਵਾਲ ਕੇ। ਸੋ ਖਾਲਸਾ ਜੀ, ਰੋਂਦਾ ਹੈ ਮਲੇਰੀਆ ਕਚਹਿਰੀ ਆਣ ਕੇ, ਤੇਰੀ ਕਚਹਿਰੀ ਦੇ ਵਿੱਚ ਮੈਂ ਰੋ ਰਿਹਾ ਹਾਂ, ਕਿਉਂਕਿ ਮੈਨੂੰ ਇਹਨਾਂ ਬੱਚਿਆਂ ਦੇ ਬੜਾ ਤਰਸ ਆ ਰਿਹਾ। ਇਹ ਸ਼ਰਾ ਦੇ ਬਿਲਕੁਲ ਉਲਟ ਹੈ। ਕੁਰਾਨ ਸ਼ਰੀਫ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਨਦਾਨ ਬੱਚਿਆਂ ਨੂੰ ਸਜ਼ਾ ਮੌਤ ਦੀ ਦਿੱਤੀ ਜਾਵੇ। ਰੋਂਦਾ ਹੈ ਮਲੇਰੀਆ ਕਚਹਿਰੀ ਆਣ ਕੇ, ਫਤਵਾ ਸ਼ਰਾ ਦਾ ਤੁਸੀਂ ਲਾਇਆ ਜਾਣ ਕੇ, ਕਰਦਾ ਪਰੋਚਾ ਮਜਬੂਰ ਸੁਪਿਆ ਨਾ ਮਾਰ ਵਾਲ ਕੇ, ਦੱਸ ਕੀ ਇਹਨਾਂ ਦਾ ਕਸੂਰ ਸੁਪਿਆ ਨਾ ਮਾਰ ਵਾਲ ਕੇ। ਜਦੋਂ ਇੰਨੀ ਗੱਲ ਖਾਨ ਵਜ਼ੀਰ ਸੂਬੇ ਨੇ ਸੁਣੀ, ਉਹਦੇ ਰਤਾ ਪਰ ਥੋੜਾ ਜਿਹਾ ਰਹਿਮ ਆਇਆ ਵੀ ਠੀਕ ਹੈ, ਬੱਚਿਆਂ ਨੂੰ ਮਾਰਨਾ ਠੀਕ ਨਹੀਂ ਹੈ। ਜਦੋਂ ਥੋੜੀ ਜਿਹੀ ਰਹਿਮ ਦਿਲੀ ਆਈ ਸੂਬੇ ਦੇ ਦਿਲ, ਫਿਰ ਕੋਲੋ ਸੁੱਚਾ ਆਨੰਦ ਦੀਵਾਨ ਉਹਨੇ ਕੋਲੋ ਟਕੋਰਾ ਮਾਰਿਆ, ਕਹਿਣ ਲੱਗਾ ਦੇਖੋ ਨਵਾਬ ਖਾਨ ਗਲਤੀ ਨਾ ਕਰ ਲਓ, ਇਹ ਸ਼ੇਰਾਂ ਦੇ ਪੁੱਤ ਨੇ, ਸ਼ੇਰਾਂ ਨੂੰ ਕਿਤੇ ਪਿੰਜਰੇ ਚੋਂ ਭਜਵਾ ਦਿਓ, ਮਸਾ ਸੂਤਰ ਆਏ ਨੇ ਤੁਹਾਡੇ। ਜਿਸ ਤਰ੍ਹਾਂ ਕੋਲੋ ਸੁੱਚਾ ਆਨੰਦ ਦੀਵਾਨ ਔਰ ਸਾਹਿਬਜ਼ਾਦਿਆਂ ਦੇ ਵਿਰੁੱਧ ਭੜਕ ਰਿਹਾ ਹੈ ਔਰ ਸੂਬੇ ਨੂੰ ਭੜਕਾ ਰਿਹਾ, ਉਸ ਸਮੇਂ ਦੇ ਸੀਨ ਨੂੰ ਢਾਡੀ ਜਿੱਥਾ ਆਪਦੀ ਸੇਵਾ ਦੇ ਵਿੱਚ ਇੰਜ ਪੇਸ਼ ਕਰਦਾ। ਛੱਡ
ਉਠਣ ਵੱਡੋ ਹੋ ਕੇ ਅਸੀਂ ਤਾਂ ਟੱਕਰ ਲਾਉਣੀ ਐ ਆਖਣ ਵੱਡੋ ਹੋ ਕੇ ਅਸੀਂ ਤਾਂ ਟੱਕਰ ਲਾਉਣੀ ਐ ਕੁਰਾਨ ਸ਼ਰੀਫ ਬੰਨਿਆਂ ਦੀ ਗੱਲ ਤਾਂ ਦਿਲੋਂ ਭਲਾ ਦੇ ਤੂੰ ਇਹ ਤੇਰੀ ਦੋ ਬੱਚੋ ਨੀਹਾਂ ਵਿੱਚ ਚਨਵਾ ਦੇ ਤੂੰ ਨੀਹਾਂ ਵਿੱਚ ਚੜਵਾ ਦੇ ਤੂੰ ਫੜਕ ਸ੍ਰੀ ਦਬਾ ਦਈਏ ਚੰਗੀ ਚੋਣ ਤੂੰ ਸੂਫੀਆ ਮਾਰਨ ਕਾ ਦੇ ਤੂੰ ਇਹ ਤੇਰੀ ਦੇ ਬੱਚੇ ਨੀਹਾਂ ਵਿੱਚ ਚੜਵਾ ਦੇ ਤੂੰ ਇਹ ਤੇਰੀ ਦੇ ਬੱਚੇ ਨੀਹਾਂ ਵਿੱਚ ਚੜਵਾ ਸੋ ਖਾਲਸਾ ਜੀ ਬਲਦੀ ਤੇ ਤੇਲ ਪਾ ਰਿਹਾ ਹੈ।
ਨਾ ਆਖੇ ਲੱਗੇ ਤੂੰ ਐਵੇਂ ਰਹਿਮ ਦਿਲੀ ਵਿੱਚ ਆਈਏ। ਪੁੱਤ ਸੱਪ ਦੇ ਮਿੱਤ ਨਹੀਂ, ਬੇਸ਼ੱਕ ਚੂਲੀਏ ਦੁੱਧ ਪਿਆਈਏ, ਪਿੰਜਰੇ ਚੋਂ ਸ਼ੇਰਾਂ ਨੂੰ ਵੇਖੋ ਬਿਲਕੁਲ ਨਾ ਭਜਵਾ ਦਿਓ। ਸੁੱਚਾ ਨੰਦ ਆਖ ਰਿਹਾ ਇਹਨਾਂ ਨੂੰ ਨੀਹਾਂ ਵਿੱਚ ਚਣਵਾ ਦਿਓ। ਆ ਵਿੱਚ ਕਚਹਿਰੀ ਦੇ ਨਾਰਾ ਗੋਬਿੰਦ ਸਿੰਘ ਦਾ ਲਾਇਆ, ਤਖਤਾਂ ਦੇ ਮਾਲਕ ਦਾ ਪਰੋਚਾ ਖੋਬ ਰਤਾ ਨਾ ਖਾਇਆ, ਜੋ ਪਿਆਸੀ ਖੂਨ ਦੀ ਹੈ ਸ਼ਰ੍ਹਾਂ ਦੀ ਛੁਰੀ ਨਾਲ ਕਤਲਾ ਦਿਓ। ਸੁੱਚਾ ਨੰਦ ਆਖ ਰਿਹਾ ਇਹਨਾਂ ਨੂੰ ਨੀਹਾਂ ਵਿੱਚ ਚੜਵਾ ਦਿਓ। ਸੁੱਚਾ ਨੰਦ ਬਲਦੀ ਦੇ ਤੇਲ ਪਾ ਰਿਹਾ। ਪਹਿਲਾਂ ਸੁੱਚਾ ਨੰਦ ਨੇ ਇੱਕ ਕੋਚੀ ਚਾਲ ਪਹਿਲਾਂ ਖੇਡੀ ਹੈ, ਕਿਉਂਕਿ ਜਦੋਂ ਇਹ ਕਚਹਿਰੀ ਦੇ ਵਿੱਚ ਆਏ ਨੇ ਇੱਕ ਛੋਟਾ ਦਰਵਾਜ਼ਾ ਬਣਾਇਆ ਗਿਆ, ਬਿਲਕੁਲ ਛੋਟਾ ਜਿਹਾ, ਵੀ ਜੇ ਇਹ ਸਾਹਿਬ ਜਾਂਦੇ ਜਦੋਂ ਇਹ ਸਿਰ ਲੁਕਾ ਕੇ ਪਹਿਲਾਂ ਸਿਰ ਲੰਘਾਉਣਗੇ ਦਰਵਾਜ਼ੇ ਵਿੱਚ ਦੀ ਉਹ ਮੋਰੀ ਵਿੱਚ ਦੀ ਤਾਂ ਆਪਾਂ ਰੌਲਾ ਪਾ ਦੇਵਾਂਗੇ ਇਹਨਾਂ ਨੇ ਇਸਲਾਮ ਕਬੂਲ ਕਰ ਲਿਆ ਹੈ। ਲੇਕਿਨ ਗੁਰੂ ਕੇ ਲਾਡਲਿਆਂ ਨੇ ਜਦੋਂ ਕਚਹਿਰੀ ਵਿੱਚ ਪੈਰ ਪਾਏ ਨੇ ਆਪਣਾ ਸੱਜਾ ਪੈਰ ਉਹ ਪਹਿਲਾਂ ਕਚਹਿਰੀ ਦੇ ਵਿੱਚ ਰੱਖਿਆ, ਉਹਨੂੰ ਸੂਬੇ ਨੂੰ ਜੁੱਤੀ ਦਿਖਾਈ ਹੈ ਕਿ ਸੂਬੇ ਤੇਰੀਆਂ ਕੋਝੀਆਂ ਚਾਲਾਂ ਸਾਡੀ ਜੁੱਤੀ ਟਕਰਾ ਰਹੀ ਹੈ। ਸੋ ਖਾਲਸਾ ਜੀ, ਸੂਬੇ ਨੇ ਫਿਰ ਭੜਕ ਉੱਠਿਆ ਕਿ ਇਹਨਾਂ ਨੂੰ ਨੀਹਾਂ ਵਿੱਚ ਚੜਾ ਕੇ ਕਤਲ ਕਰ ਦਿੱਤਾ ਜਾਵੇ। ਇੱਕ ਪੰਜਾਬੀ ਦੇ ਰਾਈਟਰ ਨੇ ਬੜੀਆਂ ਸੁੰਦਰ ਲੈਣਾ ਲਿਖਿਆ ਨੇ, ਉਹ ਕਹਿੰਦਾ ਇੱਕ ਲੱਕੜਹਾਰਾ ਜੰਗਲ ਵੱਲ ਜਾ ਰਿਹਾ ਹੈ, ਉਹਦੇ ਕੋਲ ਬਗੈਰ ਦਸਤ ਤੋਂ ਬਗੈਰ ਵਾਹੇ ਤੋਂ ਘੋੜਾ ਹੈ ਉਹਦੇ ਹੱਥ 'ਚ ਫੜਿਆ, ਉਹ ਵੇਖ ਕੇ ਤਾੜੀ ਮਾਰਨ ਲੱਗੇ ਦਰਖਤ, ਕਹਿਣ ਲੱਗੇ ਹੈ ਲੱਕੜਹਾਰਾ ਹਾਰਿਆ ਹੈ, ਲੇਕਿਨ ਇਹ ਇਕੱਲੇ ਕੁਹਾੜੇ ਨਾਲ ਸਾਡਾ ਕੁਝ ਨਹੀਂ ਵਿਗਾੜ ਸਕੇਗਾ, ਇੱਕ ਟਾਣਾ ਵੱਢ ਲਏਗਾ, ਦੋ ਵੱਢ ਲਏਗਾ, ਲੇਕਿਨ ਅਸੀਂ ਉਵੇਂ ਜਿਵੇਂ ਮਹਿਫੂਜ਼ ਰਹਾਂਗੇ। ਪਰ ਜਦੋਂ ਉਹਨੇ ਇੱਕ ਟਾਣਾ ਵੱਢ ਕੇ ਮੋਟਾ ਦਸਤਾ ਬਾਹਾਂ ਉਹਦੇ ਵਿੱਚ ਫਿੱਟ ਕਰ ਲਿਆ, ਫਿਰ ਉਹਨਾਂ ਨੇ ਧਾ ਮਾਰੀ ਹੈ। ਸੋ ਖਾਲਸਾ ਜੀ, ਪ੍ਰਬੰਧਕ ਸਾਹਿਬਾਨਾਂ ਵੱਲੋਂ, ਸਕੱਤਰ ਸਾਹਿਬਾਨਾਂ ਵੱਲੋਂ ਇਸ਼ਾਰਾ ਹੋ ਗਿਆ ਕਿ ਸਮਾਪਤੀ ਵੱਲ ਨੂੰ ਜਾਓ। ਸਿਰਫ ਇੱਕੋ ਅੰਤਰਾ ਕਹਿ ਕੇ ਖਿਮਾ ਦੇ ਜਾ ਚੁਕਾਂਗੇ, ਸਾਹਿਬਜ਼ਾਦਿਆਂ ਨੂੰ ਜਦੋਂ ਸ਼ਹੀਦ ਕਰ ਦਿੱਤਾ ਹੈ ਉਸ ਸਮੇਂ ਦੇ ਸੀਨ ਨੂੰ ਤੁਹਾਡੀ ਜਥਾ ਅੱਜ ਦੀ ਸੇਵਾ ਦੇ ਵਿੱਚ ਇੰਜ ਪੇਸ਼ ਕਰਦਾ ਹੈ। ਇਤਿਹਾਸ ਕਾਫੀ ਲੰਮਾ ਹੈ, ਲੇਕਿਨ ਸਮੇਂ ਦੀ ਛੋੜ ਜਾ, ਮਾਫ ਕਰਨਾ ਜੀ। ਚਿੱਠੀਆਂ ਚੰਨਾਂ ਦੀਆਂ ਲਾਸ਼ਾਂ ਜਿੰਮ ਸਿੰਮ ਖੂਨ ਭਿੱਜਿਆ, ਹਾਲ ਵੇ ਕਤਲਾਂ ਤੇ ਸੌਂਗ ਕਲੀਓ ਕੂੜ ਲਾਲ ਵੇ ਮਜ਼ਲੂਮਾਂ ਦੇ ਡਰ ਦੀਆ ਤੱਕ ਲੈ, ਹਾਲ ਤੇਰੇ ਸ਼ਿੰਦਿਆਂ ਦੇ ਆ ਕੇ ਹੁਮਾਨ ਪਿਆਰ ਵਾਲਿਆ ਚਾਤੀ ਪਾ ਕੇ
ਅੱਜ ਜਾ ਰਹੇ ਕੱਪੜੀ ਤੋਂ ਖਾਲੀ ਅੱਜ ਜਾ ਰਹੇ ਕਫਨ ਤੋਂ ਖਾਲੀ ਹਿੰਦੂਆਂ ਦੀ ਚਾਦਰ ਦੇ ਪੋਤੇ ਪੋਤੇ ਕਦੇ ਨਾ ਕਲੰਕ ਪਾਪੀਆ ਜਾਣੇ ਤੋਤੇ ਇਤਿਹਾਸ ਦੇ ਮਾਨ ਵਿੱਚ ਸਾਡੇ ਸਤਿਕਾਰਯੋਗ ਜਥੇਦਾਰ ਬਲਕਾਰ ਸਿੰਘ ਜੀ ਪਾਤੜਾ ਉਹਨਾਂ ਵੱਲੋਂ ਬੇਅੰਤ ਮਾਣ ਆਇਆ, ਹੋਰ ਗੁਰੂ ਦੇ ਸਿੱਖ ਸੰਗਤਾਂ ਵੱਲੋਂ ਬੇਅੰਤ ਮਾਣ ਆਇਆ, ਬੀਬੀਆਂ ਵੱਲੋਂ, ਭੈਣਾਂ ਵੱਲੋਂ, ਵੀਰਾਂ ਵੱਲੋਂ, ਬਜ਼ੁਰਗਾਂ ਵੱਲੋਂ, ਛੋਟੇ ਛੋਟੇ ਬੱਚਿਆਂ ਵੱਲੋਂ, ਸਤਿਗੁਰੂ ਨਾਮ ਆਪ ਜਾਣਦੇ ਹਨ, ਵਾਹਿਗੁਰੂ ਚੜ੍ਹਦੀ ਕਲਾ ਰੱਖੇ, ਨਾਮ ਨਾਨ ਬਖਸ਼ੇ, ਗੁਰਸਿੱਖੀ ਜੀ ਨੂੰ ਬਖਸ਼ੇ। ਸੋ ਸਕੱਤਰ ਸਾਹਿਬਾਨ ਵੱਲੋਂ ਇਸ਼ਾਰਾ ਹੋ ਗਿਆ ਹੈ, ਸੋ ਢਾਡੀ ਜਥਾ ਇੰਨਾ ਕੁਝ ਕਹਿੰਦਾ ਜੀ ਖਿਵੇਂ ਦੇ ਜਾ ਚੁੱਕਾ ਹੈ। ਧੰਨਵਾਦੀਆਂ ਸਾਡੇ ਸਤਿਕਾਰਯੋਗ ਸਰਦਾਰ ਬਸੰਤ ਸਿੰਘ ਜੀ, ਪੰਜ ਹੱਥਾਂ ਪ੍ਰਧਾਨ ਸਿੱਖ ਕੌਂਸਲ ਫਰਾਂਸ, ਉਹਨਾਂ ਨੇ ਸਾਨੂੰ ਸੱਦਾ ਦੇ ਕੇ ਇਹ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਲਓ ਜੀ ਸੰਗਤ ਵੱਲੋਂ ਇੱਧਰੋਂ ਸਾਡੇ ਸਤਿਕਾਰਯੋਗ ਸਰਦਾਰ ਬਸੰਤ ਸਿੰਘ ਜੀ ਪੰਜ ਹੱਥਾਂ ਦੇ, ਉਹਨਾਂ ਦੇ ਬਜ਼ੁਰਗਾਂ ਵੱਲੋਂ, ਪਿਤਾ ਜੀ ਹੋਰਾਂ ਵੱਲੋਂ ਇੱਕ ਬਾਰ ਗਾਉਣ ਦਾ ਹੁਕਮ ਹੋਇਆ ਹੈ। ਚਲੋ ਅਸੀਂ ਸੰਗਤਾਂ ਦੇ ਪਿਆਰ ਨੂੰ ਠੁਕਰਾ ਨਹੀਂ ਸਕਦੇ, ਸੋ ਢਾਡੀ ਜਥਾ ਸੋ ਖਾਲਸਾ ਜੀ, ਆਪਾਂ ਚਮਕੌਰ ਦੀ ਗੜੀ ਵੱਲ ਨਿਗਾਹ ਨਜ਼ਰ ਮਾਰਦੇ ਹਾਂ। ਚਮਕੌਰ ਦੀ ਗੜੀ ਨੂੰ ਘੇਰਾ ਪਿਆ ਹੋਇਆ ਹੈ, ਸਹਿਰੇ ਕਮਾਲ ਦੋ ਜਹਾਨ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਂ ਨੂੰ ਪੰਜ ਪੰਜ ਦਾ, ਸੱਤ ਸੱਤ ਦਾ, ਅੱਠ ਅੱਠ ਦੇ ਜਥੇ ਬਣਾ ਕੇ ਜੰਗ ਵੱਲ ਨੂੰ ਭੇਜ ਰਹੇ ਨੇ, ਔਰ ਹਜ਼ਾਰਾਂ ਹੀ ਦੁਸ਼ਮਣ ਦੇ ਆਹੂ ਲਾ ਕੇ ਔਰ ਫਿਰ ਸ਼ਹੀਦੀ ਦਾ ਜਾਂ ਪੀ ਰਹੇ ਨੇ। ਸੋ ਖਾਲਸਾ ਜੀ, ਜਦੋਂ ਕਾਫੀ ਸਿੰਘ ਸ਼ਹੀਦ ਹੋ ਗਏ ਨੇ, ਗੁਰੂ ਮਹਾਰਾਜ ਦੇ ਵੱਡੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ ਗੁਰੂ ਮਹਾਰਾਜ ਦੇ ਸਨਮੁਖ ਆਏ ਨੇ, ਸਨਮੁਖ ਆ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ, ਦੁਨੀਆਂ ਦੇ ਲੋਕ ਕਿਤੇ ਇਹ ਨਾ ਕਹਿਣ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਦੇ ਵਿੱਚ
ਬਗਾਨੇ ਪੁੱਤਰਾਂ ਨੂੰ ਸ਼ਹੀਦ ਕਰਵਾਉਂਦਾ ਰਿਹਾ, ਲੇਕਿਨ ਆਪਣੇ ਪੁੱਤਰਾਂ ਨੂੰ ਹਿੱਕ ਦੇ ਨਾਲ ਲਾ ਕੇ ਬੈਠਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸ਼ਾਬਾਸ਼ ਮੇਰੇ ਲਾਲ, ਮੈਨੂੰ ਤੇਰੇ ਤੋਂ ਇਹ ਉਮੀਦ ਸੀ। ਮੈਨੂੰ ਯਕੀਨ ਹੈ ਕਿ ਤੁਹਾਡੀਆਂ ਰਗਾਂ ਦੇ ਵਿੱਚ ਦਾਦਾ ਗੁਰੂ ਤੇਗ ਬਹਾਦਰ ਜੀ ਰਗਾਂ ਦਾ ਖੂਨ ਹੈ। ਮੈਨੂੰ ਤੁਹਾਡੇ ਤੇ ਇਹੀ ਮਾਣ ਸੀ। ਸੋ ਖਾਲਸਾ ਜੀ ਸਾਹਿਬ ਅਜੀਤ ਸਿੰਘ, ਬਾਬਾ ਅਜੀਤ ਸਿੰਘ ਜੀ ਗੁਰੂ ਮਹਾਰਾਜ ਤੋਂ ਇਸ ਤਰ੍ਹਾਂ ਆਗਿਆ ਮੰਗਦੇ ਆ, ਤੂੰ ਕਾਰ ਆਜਾ ਹਮਰਾ ਹੀਰ ਤੇ ਦਰ ਗੁਜ਼ਾਸ਼ਤ, ਹਲਾਲ ਅਸ਼ਤਰ ਬੁਰਦਨ ਬਾ ਸ਼ਮਸ਼ੀਰ ਦਸ, ਤੂੰ ਕਾਰ ਅਜ ਹਮਰਾ ਹੀਰ ਤੇ ਦਰ ਗੁਜ਼ਾਸ਼ਤ, ਹਲਾਲ ਅਸ਼ਤਰ ਬੁਰਦਨ ਬਾ ਸ਼ਮਸ਼ੀਰ ਦਸ। ਜਦ ਖਿੱਚੀ ਤੂੰ ਮਿਆਂ ਚ ਉਹ ਜਾਪੇ ਭੈਣ ਪਚੰਗ ਦੀ, ਉਹ ਸਾਰੇ ਗੱਭਰੂ ਮਾਰਦੀ, ਰਾਹ ਜਾਂਦੇ ਗੱਭਰੂ ਡੰਗ ਦੀ, ਉਹ ਨਦੀ ਵਗਾਵੇ ਖੂਨ ਦੀ, ਜਿਵੇਂ ਸ਼ਿਵਜੀ ਧਾਰਾ ਗੰਗ ਦੀ, ਉਹਨੂੰ ਰਲ ਵਿੱਚ ਪੂਜਣ ਸੂਰਮੇ ਤਲਪਾਰ ਜੋ ਦੇਵੀ ਜੰਗ ਦੀ, ਇਹ ਲਾ ਕੇ ਨਹਿਰਾ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਇਹ ਚਮਕੌਰ ਦੀ ਗੜੀ ਵਿੱਚ ਦੁਸ਼ਮਣ ਤੇ ਜਾਂ ਜਾ ਪਏ। ਕਰੀਆਂ ਲੀਰ ਬੱਟ ਬੱਟ ਕੀ
ਚੁੱਕੇ ਠੱਕੇ ਹੈ ਵਿੱਚ ਮੈਂ ਮਦਾਂਗਾ। ਖਾ ਸੈਂਕੜੋ ਹੋ ਮੇਰੀ ਬਾਰ ਹੈ, ਖਾ ਸੈਂਕੜੋ ਫਟ ਤਲਵਾਰ ਹੈ, ਜਦੋਂ ਧਰਤੀ ਤੇ ਡਿੱਗਿਆ ਅਖੀਰ। ਜੱਗ ਵਿੱਚ ਰਹਿੰਦੀ ਅਜੀਤ ਸਿੰਘ ਤੇਰੀਆਂ, ਹਾਂ ਜੀ ਹਾਂ ਤਾਰਾ ਤੁਰੀਆਂ ਜਾ। ਸ਼ਾਮ ਹੋਈ ਸਮਾਂ ਰੋਸ਼ਨ ਹੋਈਆਂ, ਅੱਜ ਜਲ ਚੱਲੇ ਪ੍ਰਬੰਧ, ਸ਼ਮਾਂ ਨੂੰ ਖੁਸ਼ੀਆਂ, ਦਿਲ ਚਾਪ ਤੰਗਿਆ ਜਿਨ੍ਹਾਂ ਆਤਿਸ਼ ਨਾਲ ਜਰਾਂਦੇ, ਓਏ ਮੌਤੋਂ ਪਰੇ ਮਕਾਮ ਜਿਨ੍ਹਾਂ ਦੇ ਉਹਨਾਂ ਲੈਣਾ ਕੀ ਜੱਗ ਜੀ ਕੇ, ਆਸ਼ਕ ਜਿੰਦ ਕੁਰਬਾਨ ਕਰਨ ਲਈ ਅੱਜ ਲੱਭਦੇ ਫਿਰਨ ਬਹਾਨੇ। ਸੋ ਖਾਲਸਾ ਜੀ, ਦਿੱਤਾ ਹੋਇਆ ਸਮਾਂ ਸਮਾਪਤ ਹੈ। ਸਾਡੇ ਸਿੱਖ ਪੰਥ ਦੀਆਂ ਔਰ ਪੰਥਕ ਮਹਾਨ ਸ਼ਖਸੀਅਤਾਂ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਗ੍ਰੰਥੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਗਿਆਨੀ ਮਲਕੀਤ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ, ਉਹ ਪਹੁੰਚ ਚੁੱਕੇ ਨੇ ਸੰਗਤਾਂ ਦੇ ਦਰਮਿਆਨ। ਸੋ ਖਾਲਸਾ ਜੀ ਦਾਸ, ਇੰਨਾ ਕੁਝ ਗੋਇੰਦਾ ਹੋਈ ਖਿਮਾ ਦਾ ਜਾਚਕਾ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਾਡੇ ਸਤਿਕਾਰਯੋਗ ਸਰਦਾਰ ਬਸੰਤ ਸਿੰਘ ਜੀ ਪੰਜ ਹੱਥਾਂ ਪ੍ਰਧਾਨ ਸਿੱਖ ਕੌਂਸਲ ਫਰਾਂਸ, ਉਹਨਾਂ ਵੱਲੋਂ 500 ਰੁਪਇਆ ਹੋਰ ਮਾਣ ਆਇਆ ਔਰ ਉਹਨਾਂ ਦੇ ਹੁਕਮ ਸਦਕਾ ਇਹ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕੀਤੇ ਨੇ। ਹੋਈਆਂ ਭੁੱਲਾਂ ਦੀ ਖਿਮਾ ਚਾਹੁੰਦੇ ਹਾਂ। ਅੰਤ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਅਨਕੋਟ ਧੰਨਵਾਦ ਕਰ ਦਿਓ। ਬੁਲਾਓ ਫਤਿਹ, ਪਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਥਾ ਢਾਡੀ ਜਥਾ, ਸਾਡਾ ਪਿੰਡ ਕਕਰਾਲਾ ਚਮਕੌਰ ਸਿੰਘ ਦਾ ਜਥਾ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਗਰ ਵੱਲੋਂ ਜੀ ਆਇਆਂ ਸਟੇਜ 'ਤੇ, ਇਹਨਾਂ ਨੇ ਬਹੁਤ ਹੀ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ, ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਕੋਲ ਸਿੰਘ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਤੋਂ ਪਹੁੰਚੇ ਨੇ, ਅਸੀਂ ਸਾਰਾ ਨਗਰ ਸਾਰੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਧੰਨ ਭਾਗ ਨੇ ਗੁਰੂ ਰਾਮਦਾਸ ਸਰੋਵਰ ਨਾਤੇ, ਜਿਹਨੇ ਉੱਤਰੇ ਪਾਪ ਕਮਾਤੇ, ਉੱਥੋਂ ਸਾਡੇ ਸਿੰਘ ਸਾਹਿਬ ਆਏ ਨੇ, ਜਿਹੜੇ ਆਪਾਂ ਰੋਜ਼ ਟੀਵੀ 'ਤੇ ਸੁਣਦੇ ਹੁੰਦੇ ਹਾਂ। ਅੱਜ ਦਰਸ਼ਨ ਸਾਹਮਣੇ ਹੋ ਗਏ ਨੇ, ਬੜੇ ਅਸੀਂ ਭਾਗਾਂ ਵਾਲੇ ਹਾਂ। ਇਹ ਤਾਂ ਜੱਥਾ ਸਾਹਿਬ ਦਾ ਹੀ ਮੈਂ ਕਹਿੰਦਾ ਵੀ ਦੇਣ ਹੈ, ਜਿਹਨਾਂ ਨੇ ਏਡੇ ਏਡੀਆਂ ਮਹਾਨ ਹਸਤੀਆਂ ਨੂੰ ਬੁਲਾ ਕੇ ਅਤੇ ਸਾਨੂੰ ਦਰਸ਼ਨ ਕਰਾ ਰਹੇ ਨੇ। ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਇੱਕ ਜਕਾਰਾ ਬੁਲਾਉਣਾ, ਬੋਲੋ ਸੋਨਿਹਾ। ਬਹੁਤ ਬਹੁਤ ਧੰਨਵਾਦ। ਹੁਣ ਤੁਸੀਂ, ਮੈਂ ਬੇਨਤੀ ਕਰਾਂ ਸਟੇਜ ਦੀ ਕਾਰਵਾਈ, ਤੁਸੀਂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਹੁਤ ਵਡਭਾਗੇ ਹਾਂ ਕਿ ਜਿਨ੍ਹਾਂ ਨੂੰ ਅੱਜ ਅਸੀਂ ਹਰ ਰੋਜ਼ ਟੀਵੀ ਦੇ ਉੱਤੇ ਵੇਖਦੇ ਹਾਂ ਤੇ ਸੋਨਾ ਤੋਂ ਗੁਰਬਾਣੀ ਵੀ ਸਰਵਣ ਕਰਦੇ ਹਾਂ, ਪਰ ਅੱਜ ਸਾਡੇ ਵਿੱਚ ਪਹੁੰਚੇ ਹਨ। ਸੋ ਉਹਨਾਂ ਨੂੰ ਵੀ ਮੈਂ ਪਹਿਲੋਂ ਸਭ ਤੋਂ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ, ਜੋ ਕਿ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਾਹਿਬਾਨ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ, ਜੋ ਸਾਡੇ ਵਿੱਚ ਸਾਡੀ ਬੇਨਤੀ ਨੂੰ ਮੰਨਦਿਆਂ ਮਨਜ਼ੂਰ ਕਰਦਿਆਂ ਇੱਥੇ ਪਹੁੰਚੇ ਹਨ, ਉਸ ਉਹਨਾਂ ਨੂੰ ਮੈਂ ਇੱਥੇ ਆਉਣ ਤੇ ਉਹਨਾਂ ਦਾ ਲੱਖ ਲੱਖ ਕੋਟ ਕੋਟ ਧੰਨਵਾਦ ਕਰਦਾ ਹਾਂ, ਕਿਉਂਕਿ ਮੈਂ ਇੱਕ ਨਚੀਜ ਜਿਹਾ ਇਨਸਾਨ ਹਾਂ। ਸਾਰਾ ਕੁਝ ਜਿਹੜਾ ਹੈ ਇਹ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ, ਇਕੱਲਾ ਇਨਸਾਨ ਕੁਛ ਨਹੀਂ ਹੁੰਦਾ, ਕਿਉਂਕਿ ਵਿਦੇਸ਼ਾਂ ਵਿੱਚੋਂ ਆਉਂਦੇ ਹਨ ਬਹੁਤ, ਪਰ ਉਹ ਕੁਝ ਪੱਬਾਂ ਕਲੱਬਾਂ ਵਿੱਚ ਜਾਂ ਆਪਣੇ ਰਿਸ਼ਤੇਦਾਰਾਂ ਨਾਲ ਮੌਜ ਮਸਤੀ ਮਨਾਉਂਦੇ ਹਨ, ਪਰ ਜਦੋਂ ਅਸੀਂ ਆਉਂਦੇ ਹਾਂ ਸਾਡਾ ਆਉਣਾ ਤਾਂ ਹੀ ਅਸੀਂ ਚੰਗਾ ਸਮਝਦੇ ਹਾਂ ਕਿ ਅਸੀਂ ਉੱਥੇ ਜਾ ਕੇ ਕੋਈ ਜਿਸ ਸੱਚੇ ਪਾਤਸ਼ਾਹ ਨੇ ਸਾਨੂੰ ਉੱਥੋਂ ਤੱਕ ਪਹੁੰਚਾਇਆ ਹੈ ਤੇ ਅਸੀਂ ਉਸ ਦੇ ਵੱਲੋਂ ਅਸੀਂ ਕੋਈ ਨਾ ਕੋਈ ਇੱਥੇ ਇਲਾਕੇ ਦੇ ਵਿੱਚ ਆਪਣੇ 'ਚ ਕੁਝ ਕਰੀਏ ਜਿਹਦੇ ਨਾਲ ਕੁਝ ਸੰਗਤਾਂ ਵੀ ਸੁਚੇਤ ਹੋਣ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਅੱਜ ਕੌਮ ਦੇ ਵਿੱਚ ਬਹੁਤ ਸਿੱਖੀ ਭੇਸ ਦੇ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਤੇ ਹੋਰ ਅਨੇਕਾਂ ਦੇ ਉੱਤੇ ਆਪਣਾ ਜਿਹੜਾ ਕਿ ਪ੍ਰਚਾਰ ਕੂੜ ਦਾ ਪ੍ਰਚਾਰ ਕਰ ਰਹੇ ਹਨ, ਉਹਨਾਂ ਵਿਰੁੱਧ ਜੇਕਰ ਅਸੀਂ ਇਹੋ ਜਿਹੇ ਪ੍ਰੋਗਰਾਮ ਨਹੀਂ ਕਰਦੇ ਤਾਂ ਕੌਮ ਨੂੰ ਜਾਗ੍ਰਿਤੀ ਨਹੀਂ ਆਉਣੀ, ਕਿਉਂਕਿ ਇਸ ਕਰਕੇ ਇਹ ਜਿਹੜੇ ਪ੍ਰੋਗਰਾਮ ਹਨ ਅੱਜ ਬਹੁਤ ਜ਼ਰੂਰੀ ਹਨ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਸਾਡੇ ਕੋਲ ਸਿੰਘ ਸਾਹਿਬ ਪਹੁੰਚ ਚੁੱਕੇ ਹਨ, ਇਹਨਾਂ ਨੇ ਆਪਣਾ ਵੀ ਤੁਹਾਡੇ ਸਾਹਮਣੇ ਤੁਹਾਨੂੰ ਗੁਰਬਾਣੀ ਨਾਲ ਜੋੜਨਾ ਹੈ, ਪਰ ਮੈਂ ਸਾਡੇ ਕੋਲ ਵਿਸ਼ੇਸ਼ ਤੌਰ ਤੇ ਕੁਝ ਸਾਡੇ ਪੰਥਕ ਆਗੂ ਪਹੁੰਚੇ ਹਨ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 2-2 ਮਿੰਟ ਵਾਸਤੇ ਸੰਗਤਾਂ ਦਾ ਧੰਨਵਾਦ ਦਰਸ਼ਨ ਕਰਨ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਬਲਕਾਰ ਸਿੰਘ ਜੀ ਭੁੱਲਰ, ਜੋ ਕਿ ਇੱਥੋਂ ਦੇ ਬਹੁਤ ਅੰਥਕ ਪੰਥਕ ਧਾਰਮਿਕ ਆਗੂ ਹਨ, ਜੋ ਬਹੁਤ ਹਰ ਸਮੇਂ ਦੇ ਉੱਤੇ ਇੱਥੇ ਸੰਗਤਾਂ ਦੇ ਨਾਲ ਖੜਦੇ ਹਨ ਤੇ ਸੇਵਾ ਵੀ ਕਰ ਰਹੇ ਹਨ। ਮੈਂ ਉਹਨਾਂ ਬੇਨਤੀ ਕਰਾਂਗਾ ਕਿ 2 ਮਿੰਟ ਵਾਸਤੇ ਉਹ ਸੰਗਤਾਂ ਦੇ ਦਰਸ਼ਨ ਕਰਨਗੇ ਭਾਈ ਬਲਕਾਰ ਸਿੰਘ ਜੀ ਭੁੱਲਰ ਜਥੇਦਾਰ ਜੀ। ਯੁਗ ਯੁਗ ਅਟਲ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਬੈਠੀ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਬਹੁਤ ਹੀ ਧੰਨਵਾਦ ਕਰਦਾ ਸਰਦਾਰ ਬਸੰਤ ਸਿੰਘ ਨਿਹੱਥਾ ਸਾਹਿਬ ਦਾ, ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ, ਜੋ ਗੁਰੂ ਦੇ ਨਾਲ ਗੁਰਮਤਿ ਦੇ ਨਾਲ ਜੋੜਿਆ ਸੰਗਤਾਂ ਨੂੰ। ਅਤੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ, ਜੋ ਕਿ ਗ੍ਰੰਥੀ ਸਾਹਿਬ ਨੇ ਦਰਬਾਰ ਸਾਹਿਬ ਦੇ, ਭਾਈ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਅਕਾਲ ਤਖ਼ਤ ਸਾਹਿਬ ਜੀ ਦੇ, ਅਤੇ ਸਮੁੱਚੀ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਐਸੇ ਪ੍ਰੋਗਰਾਮ ਬਹੁਤ ਘੱਟ ਹੀ ਹੁੰਦੇ ਕਿ ਹੁਣ ਅਸੀਂ ਦੇਖਦੇ ਹਾਂ ਜਿਹੜੇ ਬਾਹਰੋਂ ਆਉਂਦੇ ਆ ਨੌਜਵਾਨ ਕਾਫੀ ਚਿਰਾਂ ਪਿੱਛੋਂ, ਅਤੇ ਉਹ ਜ਼ਿਆਦਾਤਰ ਉਹਨਾਂ ਦਾ ਹੁੰਦਾ ਹੈ ਵੀ ਉਹ ਚੰਗੇ ਮੋਟੇ ਕੜੇ ਪਾ ਕੇ ਬਾਕੀ ਲੋਕਾਂ ਨੂੰ ਵਿਖਾਉਂਦੇ ਵੀ ਅਸੀਂ ਆਹ ਕੁਛ ਕਰ ਰਹੇ ਹਾਂ, ਪਰ ਇਹਨਾਂ ਦੇ ਵੇਖੋ ਕਿੰਨਾ ਉਪਰਾਲਾ, ਕਿੰਨੀ ਸੋਚ ਹੈ, ਉਸ ਸੋਚ ਨੂੰ ਗੁਰੂ ਸਾਹਿਬ ਨੂੰ ਸਮਰਪਿਤ ਸੋਚ ਹੈ। ਸੋ ਮੈਂ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਕਰਦਾ
ਸੋ ਥੋੜੇ ਦਿਨ ਹੀ ਹੋਏ ਆ, ਅੱਖ ਦਾ ਆਪਰੇਸ਼ਨ ਹੋਇਆ, ਜ਼ਿਆਦਾ ਨਹੀਂ ਬੋਲ ਸਕਦਾ। ਸੋ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਬਹੁਤ ਬਹੁਤ ਧੰਨਵਾਦ ਜਥੇਦਾਰ ਭੁੱਲਰ ਸਾਹਿਬ ਦਾ। ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਨੂੰ ਕਿ ਇਹਨਾਂ ਨੂੰ ਉਹ ਸਿਰ ਪਾਓ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕਰਨਗੇ ਸਿੰਘ ਸਾਹਿਬ ਜੀ। ਸੋ ਇਹ ਸਨ ਜਥੇਦਾਰ ਸਾਹਿਬ ਜਿਨ੍ਹਾਂ ਨੇ ਕਿ ਸੰਖੇਪ ਵਿੱਚ ਆਪਣੇ ਵਿਚਾਰ ਦੱਸੇ ਹਨ। ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਇੱਕ ਮੈਂ ਦੱਸ ਦੇਵਾਂ ਕਿ ਇਹ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਇਹ ਇੱਥੋਂ ਤੱਕ ਸੀਮਿਤ ਨਹੀਂ, ਤੁਹਾਨੂੰ ਇਸ ਵੇਲੇ ਲੱਖਾਂ ਦੁਨੀਆ ਵੇਖ ਰਹੀ ਹੈ। ਅਕਾਲ ਚੈਨਲ ਦੇ ਉੱਤੇ ਲਾਈਵ ਜਾ ਰਿਹਾ ਹੈ ਸਾਰਾ ਪ੍ਰੋਗਰਾਮ, ਤੁਸੀਂ ਫੇਸਬੁੱਕ ਤੇ ਅਤੇ ਅਕਾਲ ਚੈਨਲ ਲਾਈਵ .com ਤੇ ਤੁਸੀਂ ਪ੍ਰੋਗਰਾਮ ਸਾਰਾ ਵੇਖ ਸਕਦੇ ਹੋ। ਸੋ ਮੈਂ ਹੁਣ ਬੇਨਤੀ ਕਰਾਂਗਾ ਕਿ ਭਾਈ ਪਰਮਜੀਤ ਸਿੰਘ ਜੀ, ਧਰਮ ਸਿੰਘ ਵਾਲਾ, ਜੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੀਤ ਪ੍ਰਧਾਨ ਹਨ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ 2 ਮਿੰਟ ਵਾਸਤੇ ਉਹ ਵੀ ਸੰਗਤਾਂ ਦੇ ਫਤਿਹ ਬੁਲਾਉਣ। ਪਰਮਜੀਤ ਸਿੰਘ ਜੀ, ਧਰਮ ਸਿੰਘ ਵਾਲਾ, ਧੰਨ ਧੰਨ ਸਤਿਗੁਰੂ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਦੀ ਜੋਤ ਹਾਇਰਾਂ ਹਜ਼ੂਰ, ਉਹਨਾਂ ਦੀ ਆਪਾਂ ਹਜ਼ੂਰੀ 'ਚ ਬੈਠੇ ਅੱਜ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਮਾਨ ਸਿੰਘ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਰਦਾਰ ਮਲਕੀਤ ਸਿੰਘ ਜੀ, ਸਰਦਾਰ ਗੁਰਚਰਨ ਸਿੰਘ ਅਰਿਆਲ, ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮੰਝਪੁਰ ਸਾਹਿਬ, ਚੌੜਾ ਸਾਹਿਬ, ਹੋਰ ਵੀ ਬਾਬਾ ਜੀ ਬੈਠੇ ਨੇ, ਜਿੰਨੇ ਵੀ ਸਾਰੇ ਤੁਸੀਂ ਪਹੁੰਚੇ ਹੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਇਹ ਗੁਰਮਤਿ ਸਮਾਗਮ ਹੈ ਇਹ ਇੱਕ ਵਿਸ਼ੇਸ਼ ਹੈ, ਕਿਉਂਕਿ ਜਦੋਂ ਆਪਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਜੁੜ ਬਹਿੰਦੇ ਹਾਂ, ਉਹ ਆਪਣਾ ਸਮਾਂ ਸੁਭਾਗਾ ਹੁੰਦਾ ਹੈ, ਕਿਉਂਕਿ ਜਿਹੜੀਆਂ ਘੜੀਆਂ ਆਪਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬਹਿ ਕੇ ਆਪਾਂ ਜਿਹੜਾ ਲਾਹਾ ਲੈਂਦੇ ਹਾਂ, ਜਿਹੜੇ ਵਿਦਵਾਨ ਆਉਂਦੇ ਆ, ਮਹਾਂਪੁਰਸ਼ ਆਉਂਦੇ ਆ, ਸਿੰਘ ਸਾਹਿਬ ਆਏ ਆ, ਇਹਨਾਂ ਦੇ ਆਪਾਂ ਵਿਚਾਰ ਸੁਣਨੇ ਆ, ਉਹਨਾਂ ਵਿਚਾਰਾਂ ਦੇ ਵਿੱਚੋਂ ਲਾਹਾ ਲੈਣਾ, ਕਿਉਂਕਿ ਸਰਦਾਰ ਪੰਜ ਹੱਥਾਂ ਸਾਹਿਬ ਜੋ ਕਿ ਮੇਰੇ ਨਾਲ ਕਾਫੀ ਸਮੇਂ ਤੋਂ ਇਹਨਾਂ ਦਾ ਬਹੁਤ ਪਿਆਰ ਹੈ, ਇਹਨਾਂ ਦਾ ਪਿਆਰ ਸਦਕਾ ਹੀ ਇੱਥੇ ਅੱਜ ਤੁਹਾਡੇ ਦਰਸ਼ਨ ਕਰਦੇ ਹਾਂ, ਕਿਉਂਕਿ ਇਹ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਫਰਾਂਸੇ ਕੌਂਸਲ ਬਣਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਆ, ਆਪਣੇ ਧਰਮ ਦੀ ਕੌਮ ਦੀ ਗੱਲ ਕਰਦੇ ਆ, ਉੱਥੇ ਹੀ ਜਦੋਂ ਇਹ ਪੰਜਾਬ ਆਉਂਦੇ ਆ, ਆਪਣੇ ਵਤਨ ਆਉਂਦੇ ਆ, ਜਾਂ ਹੋਰ ਵੀ ਪੰਜਾਬ 'ਚ ਕਈ ਥਾਵਾਂ 'ਤੇ ਉਹ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਆ, ਭਾਵੇਂ ਉਹ ਮਾਇਆ ਦਾ ਯੋਗਦਾਨ ਹੋਵੇ, ਭਾਵੇਂ ਹੱਥੀਂ ਹੋਵੇ, ਭਾਵੇਂ ਕੌਮ ਦੀ ਸੇਵਾ ਦੀ ਗੱਲ ਹੋਵੇ, ਬਹੁਤ ਵੱਡੀ ਗੱਲ ਕਰਦੇ ਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਵੀ ਜਿੰਨੇ ਵੀ ਆਪਣੇ ਇਤਿਹਾਸ ਗੁਰਦੁਆਰੇ ਆ, ਉਹਨਾਂ 'ਤੇ ਕੁਝ ਲੋਕ ਕਿੰਤੂ ਪਰੰਤੂ ਕਰ ਰਹੇ ਆ, ਆਪਣੇ ਧਰਮ ਦੇ ਨਾਲ ਖਿਲਵਾੜ ਕਰ ਰਹੇ ਆ, ਕਿਉਂਕਿ ਜਨਫੀਆਂ ਦੀ ਗੱਲ ਹੋਵੇ ਜਾਂ ਕਿ ਸਰਕਾਰਾਂ ਦੀ ਗੱਲ ਹੋਵੇ, ਉਹ ਸਿੱਖ ਕੌਮ ਦੇ ਵਿੱਚ ਇੱਕ ਚੰਗਿਆੜੀ ਫੜਦੇ ਆ, ਤਾਂ ਕਿ ਕੌਮ ਨੂੰ ਜਿਹੜਾ ਇੱਕ ਮੁੱਠ ਨਾ ਹੋਵੇ, ਪਾਟੋ ਤਾੜ ਹੋ ਕੇ ਜਿਹੜੀ ਹੈ ਕੌਮ ਆ ਜਿਹੜੀ ਆ ਖਲਾਰਾ ਪੈ ਜਾਏ, ਕਿ ਜਿਹਦੇ ਫਿਰ ਜੋੜ ਕੇ ਨਾ ਬੈਠ ਸਕਣ, ਕਿਉਂਕਿ ਆਪਣੇ ਨੇੜੇ ਦੇ ਕੁਝ ਲੋਕ ਆ ਜੋ ਕਿ ਆਪਣੇ ਪ੍ਰਚਾਰ ਦੀਆਂ ਸਿੱਖਾਂ ਦੀਆਂ ਜੜ੍ਹਾਂ 'ਚ ਤੇਲ ਦੇ ਰਹੇ ਆ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਉਹਨਾਂ ਦਾ ਸਖ਼ਤ ਨੋਟਿਸ ਲਿਆ,
ਇੰਗਲੈਂਡ ਦੇ ਵਿੱਚ ਹੋਰ ਵੀ ਵੱਖ ਵੱਖ ਦੇਸ਼ਾਂ ਦੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ, ਕਿਉਂਕਿ ਇਹੋ ਜਿਹੇ ਕੂੜ ਪ੍ਰਚਾਰ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ, ਕਿਉਂਕਿ ਜਿੱਥੇ ਆਪਾਂ ਨੂੰ ਧਰਮ ਦੀ ਗੱਲ ਆ ਉੱਥੇ ਸ਼ਰਧਾ ਦੀ ਗੱਲ ਆਉਂਦੀ ਹੈ। ਜੇ ਸ਼ਰਧਾ ਦੇ ਧਰਮ ਆ, ਸ਼ਰਧਾ ਭੈ ਭਾਵਨਾ ਫਿੱਕੀ ਦੀ ਜਿਹੜਾ ਮੂਲ ਇੱਕ ਸਬਕ ਆ, ਭੈ ਭਾਵਨਾ ਦੇ ਵਿੱਚ ਰਹਿ ਕੇ ਜਿਹੜਾ ਫਿੱਕ ਆ ਉਹ ਧੰਨ 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 ਫਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੌਮ ਦੀ ਸੇਵਾ ਕਰਦਾ। ਜਦੋਂ ਆਪਾਂ ਭੈ ਭਾਵਨਾ ਤੋਂ ਮੁਕਤ ਟੁੱਟ ਜਾਵਾਂਗੇ, ਆਪਣੀ ਸ਼ਰਧਾ ਟੁੱਟ ਜਾਊਗੀ, ਤਾਂ ਆਪਾਂ ਉਹ ਤਰਕ ਦੇ ਆਧਾਰ 'ਤੇ ਉਹ ਮੰਜ਼ਿਲ ਪ੍ਰਾਪਤ ਨਹੀਂ ਕਰ ਸਕਦੇ ਜੋ ਸਾਨੂੰ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ। ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਹੈ ਵੰਡ ਛਕੋ, ਨਾਮ ਕਰੋ, ਨਾਮ ਜਪੋ, ਕਿਰਤ ਕਰੋ ਦਾ। ਅਸੀਂ ਸਿਰਫ ਮਾਇਆ ਨੂੰ ਇਕੱਠੀ ਕਰਨ ਲਈ, ਮਾਇਆ ਦੇ ਪਿੱਛੇ ਭੱਜਣ ਲਈ ਕੁਝ ਲੋਕਾਂ ਦੇ ਪਿੱਛੇ ਲੱਗ ਕੇ ਅਸੀਂ ਹਰ ਫਾਵੇਂ ਵੱਖ ਵੱਖ ਰੂਪ ਬਦਲ ਕੇ ਤੇ ਅਸੀਂ ਆਪਣੇ ਕੌਮ ਦੇ ਜਿਹੜੇ ਉਹ ਸਿਧਾਂਤਾਂ ਨੂੰ ਤੋੜ ਰਹੇ ਹਾਂ। ਅਸੀਂ ਹੁਣ ਤਾਂ ਹੱਦੋਂ ਗੱਲ ਲੰਘ ਗਈ, ਜਿੱਥੇ ਫਰੋਵਰਾਂ ਦੇ ਕਿੰਤੂ ਪਰੰਤੂ ਹੋ ਰਿਹਾ ਵੀ, ਕਿੱਥੇ ਗੁਰਦੁਆਰਿਆਂ ਦੀਆਂ ਪਰੰਪਰਾਵਾਂ ਤੇ ਹੋ ਰਿਹਾ ਵੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੀ ਉਹ ਤਰਕ ਦੇ ਆਧਾਰ ਤੇ ਇਹਨੂੰ ਕੰਡੈਮ ਕਰ ਰਹੇ ਆ। ਸੋ ਮੇਰੀ ਬੇਨਤੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਸਿੱਖ ਨੌਜਵਾਨ ਜਾਂ ਸਿੱਖ ਸੰਗਤ ਬੈਠੀ ਆ, ਭਾਵੇਂ ਉਹ ਪੰਜਾਬ ਦੇ ਵਿੱਚ ਹੋਵੇ, ਇਹੋ ਜਿਹੇ ਲੋਕਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ, ਤਾਂ ਕਿ ਅਸੀਂ ਆਪਣੇ ਮੂਲ ਨਾਲ ਆ ਧਰਮ ਨਾਲ ਉਹਨਾਂ ਟੁੱਟ ਸਕੀਏ, ਸਾਡੀ ਸਿੱਖੀ ਦਾ ਸਾਡੇ ਧਰਮ ਦਾ ਕੋਈ ਨੁਕਸਾਨ ਨਾ ਕਰ ਸਕੇ। ਤੇ ਫਿਰ ਇੰਨਾ ਕੁ ਮੈਂ ਬੇਨਤੀਆਂ ਕਰਦਾ ਆ, ਜਿੱਥੇ ਪੰਜ ਹੱਥਾ ਪਰਿਵਾਰ ਪਿੰਡ ਦੀ ਸਮੂਹ ਜਿਹੜੀ ਨੌਜਵਾਨ ਸੇਵਾ ਸੰਗਤ ਇੱਥੇ ਬਣਾਈ, ਇਹਨਾਂ ਨੇ ਨੌਜਵਾਨ ਸੇਵਾ ਲਹਿਰ, ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ। ਸਰਦਾਰ ਪੰਜ ਹੱਥਾਂ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਆ, ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਦ ਪਰਮਜੀਤ ਸਿੰਘ ਜੀ ਧਰਮ ਸਿੰਘ ਵਾਲਾ, ਜੋ ਕਿ ਪਾਰਟੀ ਇੱਕ ਅਲੈਦਾ ਚੀਜ਼ ਹੈ ਪਰ ਇਹ ਮੇਰੇ ਭਰਾ ਹਨ। ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜਦੋਂ ਵੀ ਅਸੀਂ ਇਹਨਾਂ ਨੂੰ ਸੱਦਾ ਦਿੰਦੇ ਹਾਂ ਇੱਥੇ ਸਾਡੇ ਕੋਲ ਹਾਜ਼ਰੀ ਪਹੁੰਚਦੇ ਹਨ। ਸੋ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਅੱਜ ਜਿਵੇਂ ਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਅੱਜ ਅਸੀਂ ਉਸ ਗੁਰੂ ਨੂੰ, ਜਿਸ ਗੁਰੂ ਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਮੈਂ ਨੇ ਹੋਰ ਬਹਾਰਾਂ ਨੂੰ ਸੜਨ ਦਿੱਤਾ, ਮੇਰੇ ਭਾਵੇਂ ਆਪਣੇ ਬਾਗ ਬਰਾਨ ਹੋ ਗਏ, ਹੱਥੀ ਸ਼ਾਹ ਕੀਤੀ ਲੱਖਾਂ ਪੁੱਤਰਾਂ ਨੂੰ, ਮੇਰੇ ਆਪਣੇ ਚਾਰੇ ਭਾਵੇਂ ਕੁਰਬਾਨ ਹੋ ਗਏ। ਸੋ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਵਾਰ ਕੇ ਤੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਅੱਜ ਜਿਸ ਗੁਰੂ ਗ੍ਰੰਥ ਸਾਹਿਬ ਦਾ ਆਊਟ ਆਸਰਾ ਲੈ ਕੇ ਆਪਣੇ ਬੜੇ ਵੱਡੇ ਵੱਡੇ ਉਹਨਾਂ ਨੇ ਡੇਰੇ ਬਣਾ ਲਏ, ਪਰ ਅੱਜ ਉਹ ਗੁਰਬਾਣੀ ਨੂੰ ਇੱਕ ਜ਼ਰੀਆ ਦੱਸ ਰਹੇ ਹਨ, ਤੇ ਵੇਖੋ ਕਿੱਡਾ ਵੱਡਾ ਗੁਰਬਾਣੀ ਦੇ ਉੱਤੇ ਹਮਲਾ। ਸਾਡੇ ਇਤਿਹਾਸ ਨੂੰ ਹੋਰ ਕਿਸੇ ਦੀ ਕੋਈ ਜ਼ਰੂਰਤ ਨਹੀਂ ਕਿ ਹੋਰ ਕੌਮਾਂ ਜਿਹੜੀਆਂ ਹਨ ਸਾਡੀ ਇਤਿਹਾਸ ਦੇ ਉੱਤੇ ਉਂਗਲ ਚੁੱਕ ਸਕਣ, ਪਰ ਅੱਜ ਸਾਡੇ ਜਿਹੜੇ ਅਖੌਤੀ ਪ੍ਰਚਾਰਕ ਹਨ ਉਹ ਕੋਈ ਗੁਰੂ ਸਾਹਿਬ ਨੂੰ ਇਹ ਦੱਸ ਰਿਹਾ ਹੈ ਕਿ ਇਹ ਆਮ ਇਨਸਾਨ ਹਨ, ਕੋਈ ਇਹ ਦੱਸ ਰਹੇ ਹਨ ਕਿ ਗੁਰੂ ਸਾਹਿਬ ਨੇ ਇੱਥੇ ਪੰਜਾ ਨਹੀਂ ਲਾਇਆ। ਵੇਖੋ ਹੋਰ ਕਿਸੇ ਨੇ ਤਾਂ ਕੀ ਕਹਿਣਾ ਸੀ, ਪਰ ਅਸੀਂ ਉੱਠ ਕੇ ਆਪਣੇ ਧਰਮ ਤੇ ਪਰ ਬੜੇ ਵੱਡੇ ਵੱਡੇ ਗਾਤਰੇ ਪਾ ਕੇ ਅਸੀਂ ਬਾਹਾਂ ਖੜੀਆਂ ਕਰ ਕਰਕੇ ਜਗਾਰੇ ਛੱਡੀ ਜਾਂਦੇ ਹਾਂ, ਪਰ ਇਹ ਨਹੀਂ ਸੋਚਦੇ ਵੀ ਇਹ ਗੱਲ ਕੀ ਕਹਿ ਰਿਹਾ ਹੈ। ਸੋ ਅੱਜ ਜਾਗਰਿਤੀ ਦੀ ਲੋੜ ਹੈ ਸਿੰਘ ਸਾਹਿਬ ਨੂੰ, ਇੱਥੇ ਸਾਨੂੰ ਇੱਥੇ ਬੇਨਤੀ ਕਰਕੇ ਲਿਆਉਣ ਦਾ ਮਕਸਦ ਇਹੀ ਸੀ ਕਿ ਕੌਮ ਦੇ ਵਿੱਚ ਕੁਝ ਜਾਗਰਿਤੀ ਆਵੇ, ਕਿਉਂਕਿ ਜਿਸ ਸੱਚੇ ਪਾਤਸ਼ਾਹ ਆਪਣੇ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਦੇ ਉੱਤੇ ਸ਼ਹਾਦਤ ਦਿੱਤੀ, ਜਿਸ ਧਰਮ ਲਈ, ਜਿਸ ਗ੍ਰੰਥ ਲਈ, ਅੱਜ ਉਹ
ਉਹਦੇ ਉੱਤੇ ਹੀ ਅੱਜ ਦੁਖੀ ਤਿੱਕੀ ਬੰਦਾ ਉੱਠ ਕੇ ਸਵਾਲ ਖੜੇ ਕਰ ਰਿਹਾ ਹੈ। ਇਸ ਦਾ ਮੂੰਹ ਤੋੜਵਾਂ ਜਵਾਬ ਅਸੀਂ ਯੂਰਪ ਵਿੱਚ ਦੇ ਰਹੇ ਹਾਂ। ਇੰਗਲੈਂਡ ਦੇ ਵਿੱਚ ਜਾਂ ਫਰਾਂਸ ਜਾਂ ਯੂਰਪ ਦੇ ਵਿੱਚ ਅਸੀਂ ਕਿਸੇ ਵੀ ਇਹੋ ਜਿਹੇ ਪ੍ਰਚਾਰਕ ਨੂੰ ਵੜਨ ਨਹੀਂ ਦਿੱਤਾ ਤੇ ਨਾ ਹੀ ਅਸੀਂ ਵੜਨ ਦੇਣਾ ਹੈ। ਪਰ ਪੰਜਾਬ ਦੇ ਵਿੱਚ ਜਿਹੜਾ ਸਿੱਖੀ ਦਾ ਧੁਰਾ ਹੈ, ਇੱਥੇ ਬੜਾ ਕੁਝ ਮੈਨੂੰ ਵੇਖਣ ਨੂੰ ਮਿਲ ਰਿਹਾ ਹੈ। ਇਹ ਸਾਰਾ ਕੁਝ ਤਾਂ ਹੀ ਹੈ ਜੇਕਰ ਸਾਡੇ ਵਿੱਚ ਜਾਗਰਤੀ ਆਵੇਗੀ। ਸੋ ਮੈਂ ਬੇਨਤੀ ਕਰਾਂਗਾ ਕਿ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਜੀ ਜੌੜਾ 2 ਮਿੰਟ ਵਾਸਤੇ ਉਹ ਵੀ ਸੰਗਤਾਂ ਨੂੰ ਫਤਿਹ ਬੁਲਾਉਣਗੇ। ਸੁਖਜਿੰਦਰ ਸਿੰਘ ਜੀ ਜੌੜਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਸਾਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜੋ ਪੰਥਕ ਸਮਾਗਮ ਭਾਈ ਬਸੰਤ ਸਿੰਘ ਪੰਜਹੱਤਾ ਹੋਰਾਂ ਨੇ ਲਿਖਿਆ ਹੈ ਔਰ ਬਹੁਤ ਹੀ ਸਤਿਕਾਰਯੋਗ ਗਿਆਨੀ ਮਾਨ ਸਿੰਘ ਜੀ, ਗਿਆਨੀ ਮਲਕੀਤ ਸਿੰਘ ਜੀ ਅਤੇ ਭਾਈ ਗੁਰਚਰਨ ਸਿੰਘ ਜੀ ਅਤੇ ਹੋਰ ਮੇਰੇ ਸਾਥੀ ਪਹੁੰਚੇ ਹਨ। ਅੱਜ ਜਿਹੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ 'ਤੇ ਜੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰੀਏ, ਸਭ ਤੋਂ ਵੱਧ ਜਿਹੜੀ ਨਮੋਸ਼ੀ ਵਾਲੀ ਗੱਲ ਤਾਂ ਮੈਂ ਇਹ ਸਮਝਦਾ ਵੀ ਅਜੇ ਤੱਕ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸਾਹਿਬਜ਼ਾਦਿਆਂ ਦੇ ਯੋਗਦਾਨ ਬਾਰੇ ਨਹੀਂ ਦੱਸ ਸਕੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਅੱਧੇ ਤੋਂ ਵੱਧ ਬੱਚਿਆਂ ਨੂੰ ਸਾਡੇ ਬਾਬਿਆਂ ਦੇ ਨਾਵਾਂ ਦਾ ਹੀ ਨਹੀਂ ਪਤਾ। ਇਹ ਕਮਜ਼ੋਰੀ ਕਿੱਥੇ ਰਹੀ, ਇਹਦੇ ਬਾਰੇ ਬੈਠ ਕੇ ਵੀ ਜ਼ਰੂਰ ਵਿਚਾਰ ਕਰਨ ਦੀ ਲੋੜ ਹੈ। ਬੇਸ਼ੱਕ ਹੀ ਸੌਖੇ ਜੇ SGPC ਦੇ ਦੋਸ਼ ਲਾ ਦਿੰਦੇ ਹਾਂ, ਕਿਉਂਕਿ ਉਹ ਸਭ ਤੋਂ ਸੌਖਾ ਤਰੀਕਾ ਦੂਜੇ 'ਤੇ ਦੋਸ਼ ਲਾਉਣਾ। ਲੇਕਿਨ ਇੱਥੇ ਮੇਰੀਆਂ ਮਾਵਾਂ ਭੈਣਾਂ ਬੈਠੀਆਂ, ਮੈਂ ਤੁਹਾਨੂੰ ਸਵਾਲ ਕਰਦਾ, ਤੁਸੀਂ ਕਦੀ ਆਪਣੇ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੇ ਸਾਹਿਬਜ਼ਾਦਿਆਂ ਦੇ ਨਾਂ ਕੀ ਨੇ ਜਾਂ ਉਹਨਾਂ ਨੇ ਕੀ ਕੀਤਾ, ਜਾਂ ਮੇਰੇ ਵੀਰਾਂ ਨੇ ਕਦੀ ਆਪਣੇ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ? ਜੇ ਅਸੀਂ ਨਹੀਂ ਜ਼ਿੰਮੇਵਾਰੀ ਸੰਭਾਲਾਂਗੇ ਤਾਂ ਕੁਦਰਤੀ ਗੱਲ ਹੈ ਵੀ ਜੋ ਆਉਣ ਵਾਲੀ ਪੀੜ੍ਹੀ ਉਹ 'ਚ ਨਿਗਾਰ ਆਏਗਾ ਹੀ। ਸੋ ਮੇਰੀ ਤਾਂ ਇਹੀ ਬੇਨਤੀ ਹੈ ਵੀ ਆਪਾਂ ਸਭ ਤੋਂ ਜ਼ਰੂਰੀ ਪਹਿਲਾਂ ਆਪਣੇ ਘਰ ਤੋਂ ਖੁਦ ਸ਼ੁਰੂ ਕਰੀਏ ਔਰ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੀ ਕਮਜ਼ੋਰੀਆਂ ਜਿਹੜੀਆਂ ਹੈ ਨੇ ਉਹ ਸਭ ਨੂੰ ਪਤਾ। ਉਹ ਵੀ ਕਮਜ਼ੋਰੀਆਂ ਇਸ ਕਰਕੇ ਜ਼ਿਆਦਾ ਨੇ ਕਿਉਂਕਿ ਅਸੀਂ ਸੁਚੇਤ ਨਹੀਂ। ਜੇ ਸਾਡੇ 'ਚ ਜਾਗਰਤੀ ਆ ਗਈ, ਜੇ ਅਸੀਂ ਸੁਚੇਤ ਹੋ ਗਏ, ਸਾਡੇ ਬੱਚਿਆਂ ਨੂੰ ਆਪਣੇ ਧਰਮ ਦੇ ਅਸੂਲਾਂ ਦਾ ਪਤਾ ਲੱਗ ਗਿਆ, ਧਰਮ ਬਾਰੇ ਪਤਾ ਲੱਗ ਗਿਆ, ਤਾਂ ਅਸੀਂ ਆਪਣੇ ਨੁਮਾਇੰਦੇ ਉਹੋ ਜਿਹੇ ਭੇਜਾਂਗੇ ਜਿਹੜੇ ਸ਼ਾਸਤ ਤੋਂ ਦੂਰ ਹੋਣਗੇ ਅਤੇ ਸਿਰਫ ਸਿੱਖੀ ਦੀ ਗੱਲ ਕਰਨਗੇ। SGPC ਦੀ ਚੋਣ ਦੇ ਮੌਕੇ ਜਦੋਂ ਵੋਟ ਪਾਉਣੀ ਹੁੰਦੀ ਹੈ ਤਾਂ ਸਾਡੀਆਂ ਗਿਣਤੀਆਂ ਮਿਣਤੀਆਂ 86 ਹੁੰਦੀਆਂ,
ਵੀ ਕੱਲ ਨੂੰ ਕਿਹੜੇ ਬੰਦੇ ਨੇ ਸਾਡੇ ਕੰਮ ਆਉਣਾ। ਅਸੀਂ ਕਦੀ ਇਹ ਨਹੀਂ ਸੋਚ ਕੇ ਵੋਟ ਪਾਉਂਦੇ ਆ ਵੀ ਇਹ ਜਿਹੜਾ ਆਪਾਂ ਨੁਮਾਇੰਦਾ ਐਸ ਜੀ ਪੀ ਸੀ ਦਾ ਚੁਣ ਕੇ ਭੇਜ ਰਹੇ ਹਾਂ, ਧਾਰਮਿਕ ਤੌਰ 'ਤੇ ਸਿੱਖੀ ਤੌਰ 'ਤੇ ਕਿੰਨਾ ਕੁ ਉੱਪਰ ਹੈ। ਸੋ ਮੇਰੀ ਬੇਨਤੀ ਇਹੀ ਹੈ ਵੀ ਆਪਾਂ ਸਾਰੇ ਆਪਣੇ ਪਰਿਵਾਰਾਂ ਤੋਂ ਹੀ ਸ਼ੁਰੂ ਕਰੀਏ, ਆਪਣੇ ਆਪ ਤੋਂ ਹੀ ਸ਼ੁਰੂ ਕਰੀਏ। ਸਿੱਖ ਦੀ ਪਛਾਣ ਕੀ ਹੈ? ਸਿੱਖ ਦੀ ਪਛਾਣ ਹੈ ਨਿਤਨੇਮੀ ਹੋਣਾ, ਅੰਮ੍ਰਿਤ ਛਕਣਾ, ਕੇਸਾਧਾਰੀ ਹੋਣਾ। ਅਸੀਂ ਆਪਣੀ ਪਛਾਣ ਵੀ ਗਵਾਈ ਜਾ ਰਹੇ ਹਾਂ। ਜੇ ਆਪਣੀ ਅਸੀਂ ਆਪਣੀ ਪਛਾਣ ਨਹੀਂ ਕਾਇਮ ਰੱਖ ਸਕੇ ਤਾਂ ਗਾਂਹ ਬੱਚਿਆਂ ਨੇ ਸਾਡੇ ਵੱਲ ਦੇਖ ਕੇ ਉਹੋ ਜਿਹੀ ਬਣਨਾ। ਸੋ ਜੋ ਹੁਣੇ ਗੱਲ ਕੀਤੀ ਹੈ, ਜੋ ਕੁਛ ਲੋਕਾਂ ਵੱਲੋਂ ਕੋਈ ਕਿੰਤੂ ਪਰੰਤੂ ਕੀਤੇ ਜਾ ਰਹੇ ਆ, ਕਿੰਤੂ ਪਰੰਤੂ ਵੀ ਇਸੇ ਕਰਕੇ ਹੋ ਰਿਹਾ ਜਾਂ ਇਸੇ ਕਰਕੇ ਨੌਜਵਾਨ ਪੀੜ੍ਹੀ ਅਸੈਪਟ ਕਰ ਰਹੀ ਹੈ, ਕਿਉਂਕਿ ਅਸੀਂ ਆਪਣੇ ਨੌਜਵਾਨਾਂ ਨੂੰ ਇਤਿਹਾਸ ਨਾਲ ਨਹੀਂ ਜੋੜ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਕੰਮ ਕਰਨੇ ਸੀ ਉਹ ਨਹੀਂ ਕਰ ਸਕੀ। ਲੋਕੀ ਬਾਬਿਆਂ ਦੇ ਮਗਰ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਫ੍ਰੀ ਸਹੂਲਤਾਂ ਮਿਲ ਰਹੀਆਂ, ਜਦਕਿ ਇਹ ਕੰਮ ਐਸ ਜੀ ਪੀ ਸੀ ਨੂੰ ਕਰਨੇ ਚਾਹੀਦੇ ਸੀ। ਇਸ ਲਈ ਆਪਾਂ ਸਾਰਿਆਂ ਨੇ ਅੱਜ ਇਕੱਠੇ ਹੋਏ ਆ, ਕੁਛ ਨਾ ਕੁਛ ਉੱਥੋਂ ਲੈ ਕੇ ਜਾਣਾ। ਸਿੰਘ ਸਾਹਿਬ ਆਏ ਨੇ, ਉਹਨਾਂ ਨੇ ਵੀ ਆਪਣੇ ਵਿਚਾਰ ਰੱਖਣੇ ਹਨ। ਮੇਰੀ ਤਾਂ ਅਖੀਰ 'ਚ ਇਹੀ ਸਭ ਨੂੰ ਬੇਨਤੀ ਆ ਵੀ ਆਪਾਂ ਆਪਣੇ ਤੋਂ ਸ਼ੁਰੂ ਕਰੀਏ, ਤਾਂ ਹੀ ਕੌਮ ਦਾ ਭਲਾ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਚਿੰਦਰ ਸਿੰਘ ਜੀ ਜੌੜਾ। ਸੋ ਇਹਨਾਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਹਨ, ਪਰ ਇਹ ਤਾਂ ਇਹ ਡਿਪੈਂਡ ਕਰਦਾ ਵੀ ਸ਼੍ਰੋਮਣੀ ਕਮੇਟੀ ਜਿਹੜਾ ਮੈਂਬਰ ਹੈ ਉਹ ਆਪਾਂ ਵੇਖਣਾ ਵਾ। ਕਹਿਣ ਲਈ ਬੜੀ ਵਧੀਆ ਗੱਲ ਹੈ, ਜਿਸ ਤਰ੍ਹਾਂ ਹੁਣ ਸਾਡੇ ਵਿੱਚ ਗਰੇਵਾਲ ਸਾਹਿਬ ਬੈਠੇ ਹਨ ਸ਼੍ਰੋਮਣੀ ਕਮੇਟੀ ਮੈਂਬਰ, ਪਰ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਉੱਧਰ ਜਾਂ ਹੋਰ ਲਿਟਰੇਚਰ ਵਿਦੇਸ਼ਾਂ ਵਿੱਚ ਵੀ ਭੇਜਦੇ ਹਨ। ਸੋ ਹਰ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਹੈ ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਅਤੇ ਇਹ ਆਪਾਂ ਨੂੰ ਵਾਕਿਆ ਇਹਨਾਂ ਦੀ ਬਹੁਤ ਵਧੀਆ ਗੱਲ ਹੈ ਵੀ ਆਪਾਂ ਨੂੰ ਵੇਖਣਾ ਚਾਹੀਦਾ ਹੈ ਕਿ ਕਿਹੜਾ ਸਾਡੇ ਇਲਾਕੇ ਵਿੱਚ ਕੌਮ ਦਾ ਜਿਹੜਾ ਸਿੱਖੀ ਦਾ ਪ੍ਰਚਾਰ ਕਰ ਸਕਦਾ ਹੈ, ਇਹ ਬੜੀ ਵੱਡੀ ਗੱਲ ਹੈ। ਸੋ ਮੈਂ ਬੇਨਤੀ ਕਰਾਂਗਾ ਕਿ ਸੁਖਵਿੰਦਰ ਸਿੰਘ ਜੀ ਖਾਲਸਾ ਉਹ ਵੀ 2 ਮਿੰਟ ਵਾਸਤੇ ਸੰਗਤਾਂ ਨੂੰ ਫਤਿਹ ਬੁਲਾਉਣਗੇ। ਉਹ ਸਿੱਖ ਆਰਗੇਨਾਈਜੇਸ਼ਨ ਦੇ, ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਹਨ। ਖਾਲਸਾ ਸੁਖਵਿੰਦਰ ਸਿੰਘ ਜੀ ਖਾਲਸਾ। ਚਵਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਸਮੂਹ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ੇਸ਼ ਤੌਰ 'ਤੇ ਪਹੁੰਚੇ ਸਿੰਘ ਸਾਹਿਬਾਨ ਗਿਆਨੀ ਮਾਨ ਸਿੰਘ ਜੀ ਅਤੇ ਗਿਆਨੀ ਮਲਕੀਤ ਸਿੰਘ ਜੀ, ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਾਕੀ ਸਰਦਾਰ ਬਸੰਤ ਸਿੰਘ ਜੀ, 5 ਹਥਾ ਸਾਹਿਬ, ਜਿਹੜੇ ਹਰ ਸਾਲ ਕੋਈ ਨਾ ਕੋਈ ਸਮਾਗਮ ਕਰਕੇ ਤੇ ਸੰਗਤਾਂ ਨੂੰ ਜੋੜਨ ਦਾ ਉਪਰਾਲਾ ਕਰਦੇ ਨੇ, ਬਹੁਤ ਵਧੀਆ ਉਪਰਾਲਾ ਕਰਦੇ। ਸਾਰੇ ਬੁਲਾਰਿਆਂ ਦੀ ਇਹ ਆਵਾਜ਼ ਹੈ
ਕਿ ਅੱਜ ਕੁਝ ਪ੍ਰਚਾਰਕ ਤੇ ਸਾਡੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਤੇ ਸੰਗਤਾਂ ਬੈਠੀਆਂ ਸਿਰ ਹਿਲਾਈ ਜਾਂਦੀਆਂ ਹੱਸੀ ਜਾਂਦੀਆਂ। ਉਹਦਾ ਕਾਰਨ ਕੀ ਹੈ? ਕਾਰਨ ਸਾਹ ਸੰਗਤ ਜੀ ਇਹ ਹੈ, ਨਾ ਅਸੀਂ ਆਪ ਬਾਣੀ ਪੜ੍ਹਦੇ ਹਾਂ, ਨਾ ਬੱਚਿਆਂ ਨੂੰ ਪੜ੍ਹਨ ਦੀ ਕਹਿੰਦੇ ਹਾਂ, ਨਾ ਕਦੀ ਇਤਿਹਾਸ ਪੜ੍ਹਿਆ, ਨਾ ਕਦੀ ਇਤਿਹਾਸ ਸੁਣਿਆ। ਤੇ ਜਦੋਂ ਉਹ ਬਾਬੇ ਜਿਹੜੇ ਆਪਣੇ ਆਪ ਨੂੰ ਪਹਿਲਾਂ ਬਾਬੇ ਖਵਾਉਂਦੇ ਹੁਣ ਭਾਈ ਸਾਹਿਬ ਖਵਾਉਣ ਲੱਗ ਗਏ, ਕੁਝ ਚਿਰ ਪਹਿਲਾਂ ਉਹਨਾਂ ਨੇ ਸਹੀ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਾਲ, ਹੁਣ ਸੰਗਤਾਂ ਦੇ ਮਨ ਵਿੱਚ ਇਹ ਗੱਲ ਹੈ ਕਿ ਇਹ ਜੋ ਕਹਿੰਦੇ ਨੇ ਇਹ ਸੱਤ ਹੈ। ਤੇ ਅੱਜ ਉਹ ਗੁਰੂ ਗ੍ਰੰਥ ਸਾਹਿਬ ਤੇ ਵੀ ਹਮਲੇ ਕਰ ਰਹੇ ਨੇ, ਲੋਕਾਂ ਨੂੰ ਭੜਕਾ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਹ ਲਿਖਿਆ, ਫਲਾਣੇ ਦੇ ਖਿਲਾਫ ਲਿਖਿਆ, ਪੂਰਾ ਸ਼ਬਦ ਪੜ੍ਹ ਕੇ ਉਹਦੀ ਵਿਆਖਿਆ ਨਹੀਂ ਕਰਦੇ, ਇੱਕ ਤੁੱਕ ਲੈ ਕੇ ਉਹਦੀ ਗਲਤ ਵਿਆਖਿਆ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਤੇ ਸੰਗਤਾਂ ਨੂੰ ਆਪ ਸੁਚੇਤ ਹੋਣਾ ਚਾਹੀਦਾ ਹੈ ਕਿ ਆਪ ਨਿਤਨੇਮ ਕਰੀਏ, ਬਾਣੀ ਪੜ੍ਹੀਏ, ਅਰਥ ਸਮਝੀਏ ਤੇ ਆਪ ਇਤਿਹਾਸ ਪੜ੍ਹ ਕੇ ਆਪਾਂ ਦੇਖੀਏ ਕਿ ਇਤਿਹਾਸ ਵਿੱਚ ਹੈ ਕੀ ਹੈ। ਜੇ ਕੋਈ ਇੱਕ ਅੱਧੀ ਗਲਤੀ ਵੀ ਹੋਵੇ ਮੰਨ ਲਓ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਪੂਰੇ ਸਰੋਤ ਨੂੰ ਹੀ ਤੁਸੀਂ ਕੰਡੇਮ ਕਰ ਦੋਗੇ, ਇਹ ਨਹੀਂ ਹੋ ਸਕਦਾ। ਉਹ ਪੰਥਕ ਵਿਦਵਾਨਾਂ ਦਾ ਮਸਲਾ, ਇਹਨਾਂ ਨੂੰ ਸਟੇਜਾਂ ਤੇ ਨਹੀਂ ਪ੍ਰਚਾਰਿਆ ਜਾਣਾ ਚਾਹੀਦਾ। ਇਹ ਲੋਕਾਂ ਦੀਆਂ ਗਲਤੀਆਂ ਨੇ ਜਿਹੜੇ ਪ੍ਰਚਾਰ ਕੇ ਇਹੋ ਜਿਹੀਆਂ ਗੱਲਾਂ ਪ੍ਰਚਾਰ ਦੇ, ਕਿਉਂਕਿ ਉਹ ਪੰਥ ਬਹਿ ਕੇ ਫੈਸਲਾ ਜੋ ਵੀ ਕਰੇ ਉਹ ਪ੍ਰਵਾਨ ਹੋਣਾ ਚਾਹੀਦਾ। ਇੱਕ ਵਾਰੀ ਦੀ ਗੱਲ ਹੈ ਕਿ ਮੈਂ ਦਿੱਲੀ ਸਮਾਗਮ ਚੱਲ ਰਿਹਾ ਸੀ ਤੇ ਉੱਥੇ ਮੇਰੀ ਕਿਸੇ ਸਿੱਖ ਨਾਲ ਬਹਿਸ ਹੋ ਗਈ। ਕਹਿੰਦਾ ਜੀ, ਉਹਨਾਂ ਨੇ ਕਿਹਾ ਜੀ, ਭਾਈ ਤਾਰੂ ਸਿੰਘ ਜਦੋਂ ਸ਼ਹੀਦ ਹੋਏ ਤੇ ਉਹਨਾਂ ਦੀਆਂ ਕੇਸ ਜਿਹੜੇ ਸੀ ਉਹ ਲੋਹੇ ਦੀਆਂ ਤਾਰਾਂ ਬਣ ਗਏ। ਮੈਂ ਉਹਨਾਂ ਨੂੰ ਕਿਹਾ ਵੀ ਦੇਖੋ, ਉਹਨਾਂ ਦੀ ਕੁਰਬਾਨੀ ਨੂੰ ਤੁਸੀਂ ਛੋਟਾ ਨਾ ਕਰੋ, ਉਹ ਸਭ ਕੁਝ ਕਰ ਸਕਦੇ ਸੀ। ਜੇ ਉਹਨਾਂ ਦੇ ਕਹਿਣ ਤੇ ਸੂਬਾ ਖਾਨ ਬਹਾਦਰ ਨੂੰ 22 ਦਿਨ ਮਤਲਬ ਉਹਨਾਂ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਉਹਨਾਂ ਨੂੰ ਉਹਨਾਂ ਦੀ ਜੁੱਤੀ ਅੱਗੇ ਲੱਗ ਕੇ ਜਾਣਾ ਪਿਆ, ਉਹਨਾਂ ਦੇ ਛਿੱਤਰ ਵੱਜਦੇ ਰਹੇ ਤੇ ਫਿਰ ਉਹਨਾਂ ਨੂੰ ਪਿਸ਼ਾਬ ਆਉਂਦਾ ਰਿਹਾ, ਤੇ ਉਹ ਕੇਸ ਵੀ ਲੋਹੇ ਜਿਹੇ ਕਰ ਸਕਦੇ ਸੀ। ਪਰ ਉਹ ਇਹ ਗੱਲ ਨਹੀਂ ਸੀ ਹੈਗੀ। ਜਦੋਂ ਸੂਬਾ ਖਾਨ ਬਹਾਦਰ ਨੂੰ ਪਤਾ ਲੱਗਿਆ ਕਿ ਭਾਈ ਤਾਰੂ ਸਿੰਘ ਜਿਹੜੇ ਨੇ ਇਹ ਕੇਸਾਂ ਨਾਲ ਬੜਾ ਪਿਆਰ ਕਰਦੇ ਨੇ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਪਤਾ ਲੱਗਿਆ ਕਿ ਸਿੱਖ ਜਿਹੜਾ, ਸਿੱਖ ਕਦੀ ਨਾ ਨਹੀਂ ਕਰਦਾ ਕਿਸੇ ਚੀਜ਼ ਤੋਂ, ਪਰ ਸਿੱਖ ਕੋਲ ਕੋਈ ਚੀਜ਼ ਹੋਵੇ ਸਹੀ। ਉਹਨੇ ਇੱਕ ਸਵਾਲ ਕਰ ਦਿੱਤਾ, ਭਾਈ ਤਾਰੂ ਸਿੰਘ ਮੈਂ ਤੇਰੇ ਕੋਲ ਇੱਕ ਚੀਜ਼ ਮੰਗਣ ਲੱਗਿਆ, ਮੈਨੂੰ ਦੇਵੇਂਗਾ? ਤੇ ਭਾਈ ਤਾਰੂ ਸਿੰਘ ਨੇ ਕਿਹਾ, ਪਹਿਲੀ ਗੱਲ ਤੇ ਮੇਰੇ ਕੋਲ ਤੂੰ ਰਹਿਣ ਕੁਛ ਨਹੀਂ ਦਿੱਤਾ, ਮੇਰੇ ਇੱਕ ਕਾਰ ਵੀ ਲਵਾ ਦਿੱਤੇ ਨੇ, ਲੇਕਿਨ ਫਿਰ ਵੀ ਮੈਂ ਜੇ ਕੁਝ ਹੋਵੇਗਾ ਤੈਨੂੰ ਜ਼ਰੂਰ ਦੇਵਾਂਗਾ। ਉਹਨੇ ਕਿਹਾ ਕਿ ਅੱਜ ਕੇਸ ਨੇੜਾ, ਇਹ ਮੇਰੀ ਝੋਲੀ ਚ ਪਾ ਦੇ। ਭਾਈ ਸਾਹਿਬ ਕਹਿਣ ਲੱਗੇ ਕਿ ਬੜਾ ਸੋਹਣਾ ਮਜ਼ਾਕ ਕੀਤਾ ਈ ਸੁਬਿਆ, ਜਿਹੜੀ ਚੀਜ਼ ਮੈਂ ਤੈਨੂੰ ਦੇ ਨਹੀਂ ਸਕਦਾ ਉਹ ਚੀਜ਼ ਮੇਰੇ ਕੋਲੋਂ ਤੂੰ ਮੰਗ ਲਈ ਹੈ, ਪਰ ਮੈਂ ਆਪਣੇ ਸਿੱਖੀ ਸਿਧਾਂਤਾਂ ਨੂੰ ਢਾਹ ਨਹੀਂ ਲੱਗਣ ਦਿਆਂਗਾ, ਤੇਰੇ ਮੰਗਣ ਤੋਂ ਵੱਧ ਦਿਆਂਗਾ, ਮੇਰੇ ਕੇਸ ਨਹੀਂ ਕੱਟੇ ਜਾ ਸਕਦੇ, ਪਰ ਤੂੰ ਖੋਪ ਡਾਲਾ ਮੇਰੀ, ਮੈਂ ਖੋਪੜੀ ਲਾਉਣ ਨੂੰ ਤਿਆਰ ਹਾਂ। ਇਹ ਸਾਡੀਆਂ ਲਸਾਨੀਆਂ ਕੁਰਬਾਨੀਆਂ ਨੇ, ਸਾਹਿਬਜ਼ਾਦਿਆਂ ਨੇ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਸਾਡੇ ਵਾਸਤੇ ਬਹੁਤ ਵੱਡਾ ਮਹਾਨ ਕਾਰਜ ਉਹਨਾਂ ਨੇ ਕੀਤਾ ਸਿੱਖੀ ਨੂੰ ਬਚਾਉਣ ਵਾਸਤੇ। ਅੱਜ ਸਾਡੇ 10-10 ਸਾਲ ਦੇ ਬੱਚੇ ਜਿਹੜੇ ਆ ਉਹ ਟੋਫੀਆਂ ਹੀ ਖਾਂਦੇ ਨੇ, ਬਸ ਹੋਰ ਕੁਛ ਨਹੀਂ ਕਰ ਸਕਦੇ, ਲੇਕਿਨ ਉਹਨਾਂ ਨੇ ਬੜਾ ਵੱਡਾ ਇਤਿਹਾਸ ਰਚਿਆ ਜਿਹੜਾ ਜੁਗੋ ਜੁਗ ਅਟਲ ਰਹਿਣਾ ਤੇ ਰਹੇਗਾ। ਸੋ ਮੈਂ ਜ਼ਿਆਦਾ ਬੇਨਤੀਆਂ ਨਾ ਕਰਦਾ ਹੋਇਆ ਅੰਤ ਵਿੱਚ ਇਹੀ ਬੇਨਤੀ ਕਰਾਂਗਾ, ਭੈਣੋ ਭਰਾਓ, ਆਪਣੇ ਬੱਚਿਆਂ ਨੂੰ ਬਾਣੀ ਪੜ੍ਹਾਓ, ਇਤਿਹਾਸ ਪੜ੍ਹਾਓ,
ਆਪ ਬਾਣੀ ਪੜੋ ਸਿੰਘ ਸੱਜੋ ਅੰਮ੍ਰਿਤ ਛਕੋ ਸਿੰਘ ਸੱਜੋ ਕਿਸੇ ਬਾਬੇ ਦੇ ਕੋਲ ਜਾਣ ਦੀ ਲੋੜ ਨਹੀਂ ਸਾਡੇ ਕੋਲ ਸਭ ਤੋਂ ਵੱਡਾ ਖਜ਼ਾਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਵੀ ਗੁਰੂ ਨਹੀਂ ਹੈਗਾ ਇਹਨਾਂ ਦੇ ਲੜ ਲੱਗੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਅੰਮ੍ਰਿਤ ਛਕ ਕੇ ਸਿੰਘ ਸੱਜੋ ਤੇ ਆਪਣਾ ਜੀਵਨ ਜਿਹੜਾ ਉਹ ਸਫਲਾ ਕਰੋ ਅੰਤ ਵੇਲੇ ਮੈਂ ਖਿਮਾ ਦਾ ਜਾਚਕਾ ਬੋਲਦਾ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਸੰਗਤ ਜਿਹੜੀ ਆ ਬਖਸ਼ਣ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਜੀ ਦਾ ਸੋ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਰੱਖੇ ਹਨ ਮੈਂ ਬੇਨਤੀ ਕਰਾਂਗਾ ਕਿ ਸਾਡੇ ਕੋਲ ਇੱਕ ਮੈਂ ਤੁਹਾਨੂੰ ਹੋਰ ਜਾਣਕਾਰੀ ਦੱਸ ਦੇਵਾਂ ਕਿ ਜੋ ਇੱਥੋਂ ਦੀ ਬੁੱਚੜ ਜਾਲਵ ਸਰਕਾਰ ਵੱਲੋਂ ਸਿੱਖਾਂ ਦੇ ਘੱਟ ਗਿਣਤੀ ਉੱਤੇ ਹਮਲੇ ਕੀਤੇ ਜਾਂਦੇ ਨੇ ਸਾਡੇ ਨੌਜਵਾਨਾਂ ਦੇ ਉੱਤੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਂਦਾ ਰਿਹਾ ਤੇ ਅਜੇ ਵੀ ਜਿਹੜਾ ਦੌਰ ਜਾਰੀ ਹੈ ਉਹ ਜਿਹੜੀ ਨਿਸ਼ਕਾਮ ਸੇਵਾ ਬਾਕੀ ਇੱਥੇ ਆਪਣੇ ਕੋਲ ਵਕੀਲ ਬਹੁਤ ਹਨ ਜਿਹੜੇ ਪਹਿਲੋ 10,000 ਜਾਂ 50,000 ਲੈਣ ਤੋਂ ਥੱਲੇ ਗੱਲ ਨਹੀਂ ਕਰਦੇ ਪਰ ਇੱਕ ਨਿਸ਼ਕਾਮ ਜਿਹੜਾ ਆਪਣੇ ਖਰਚੇ ਵਿੱਚੋਂ ਜਾ ਕੇ ਉਹਨਾਂ ਨੌਜਵਾਨਾਂ ਦੀ ਪੈਰਵੀ ਕਰਦੇ ਹਨ ਉਹ ਸ਼ਖਸੀਅਤ ਜਿਹੜੀ ਜੇ ਭਾਈ ਜਸਪਾਲ ਸਿੰਘ ਜੀ ਮੰਝਪੁਰ ਉਹ ਵੀ ਸਾਡੇ ਵਿੱਚ ਇੱਥੇ ਸਾਡੀ ਬੇਨਤੀ ਤੇ ਪਹੁੰਚੇ ਹਨ ਉਹਨਾਂ ਨੂੰ ਵੀ ਅੱਜ ਗੋਲਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾਣਾ ਹੈ ਸੋ ਮੈਂ ਬੇਨਤੀ ਕਰਾਂਗਾ ਕਿ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਜੀ ਗਰੇਵਾਲ ਜਿਨ੍ਹਾਂ ਦਾ ਕਿ ਮੇਰੇ ਲੰਮੇ ਸਮੇਂ ਤੋਂ ਮੇਰਾ ਪਾਰਟੀ ਦੇ ਉੱਪਰ ਉੱਠ ਕੇ ਬਹੁਤ ਗੂੜਾ ਪਿਆਰ ਹੈ ਜਦੋਂ ਵੀ ਅਸੀਂ ਇਹਨਾਂ ਨੂੰ ਕੋਈ ਗੱਲ ਕੀਤੀ ਇਹਨਾਂ ਪਾਰਟੀ ਦੇ ਉੱਪਰ ਉੱਠ ਕੇ ਸਾਡੇ ਨਾਲ ਉਹ ਸਾਂਝ ਕੀਤੀ ਤੇ ਹਰ ਵੇਲੇ ਸਾਡੇ ਨਾਲ ਖੜਦੇ ਵੀ ਰਹੇ ਮੈਂ ਬੇਨਤੀ ਕਰਾਂਗਾ ਕਿ ਗੁਰਚਰਨ ਸਿੰਘ ਜੀ ਗਰੇਵਾਲ ਉਹ ਆ ਕੇ ਸੰਗਤਾਂ ਦੇ ਰੂਬਰੂ ਹੋਣ ਗੁਰਚਰਨ ਸਿੰਘ ਜੀ ਗਰੇਵਾਲ ਬਹੁਤ ਹੀ ਸਤਿਕਾਰਯੋਗ ਮੇਰੇ ਪਰਮ ਮਿੱਤਰ ਸਰਦਾਰ ਬਸੰਤ ਸਿੰਘ ਜੀ ਪੰਜਥਾ ਉਹਨਾਂ ਵੱਲੋਂ ਕੀਤੇ ਇਹ ਬੜੇ ਮਹਾਨ ਉਪਰਾਲੇ ਦੇ ਸਮੇਂ ਤੇ ਇਹ ਸਮਾਗਮ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਜੁੜ ਬੈਠ ਕੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਸਾਡੇ ਵਿਚਕਾਰ ਬਹੁਤ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਾਹਿਬਾਨ ਗਿਆਨੀ ਮਾਨ ਸਿੰਘ ਜੀ ਅਤੇ ਬਹੁਤ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਜੀ ਅਤੇ ਹੋਰ ਪੰਥ ਦੀਆਂ ਬੜੀਆਂ ਹੀ ਸਤਿਕਾਰ ਸਨਮਾਨ ਸ਼ਖਸੀਅਤਾਂ ਇਸ ਇਲਾਕੇ ਭਰ ਤੋਂ ਆਈ ਆਪ ਸਮੁੱਚੀ ਸਾਧ ਸੰਗਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਸਮਾਗਮ ਦਾ ਜਿਹੜਾ ਉਪਰਾਲਾ ਇਹ ਪੰਜਥਾ ਸਾਹਿਬ ਨੇ ਕੀਤਾ ਅਤੇ ਵਿਸ਼ੇਸ਼ ਕਰਕੇ ਆਪਾਂ ਗਿਆਨੀ ਮਾਨ ਸਿੰਘ ਜੀ ਹੋਰਾਂ ਤੋਂ ਅਤੇ ਭਾਈ ਮਲਕੀਤ ਸਿੰਘ ਜੀ ਹੋਰਾਂ ਤੋਂ ਗੁਰਬਾਣੀ ਪ੍ਰਥਾਏ ਇਤਿਹਾਸ ਪ੍ਰਥਾਏ ਵਿਚਾਰ ਸਰਵਣ ਕਰਨੀ ਹੈ ਦਾਸ ਤਾਂ ਐਡੇ ਯੋਗ ਨਹੀਂ ਕਿਸੇ ਤਰ੍ਹਾਂ ਦੀ ਵਿਚਾਰ ਕਰ ਸਕੇ ਪਰ ਮੈਂ ਧੰਨਵਾਦ ਕਰਦਾ ਕਿ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਪੰਜਥਾ ਸਾਹਿਬ ਨੇ ਮੈਂ ਬੈਠਾ ਸੋਚ ਰਿਹਾ ਸੀ ਕਿ ਬੜੇ ਹੀ ਗਿਆਨਵਾਨ ਪੁਰਸ਼ਾਂ ਨੇ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈ ਆ ਉਹਨਾਂ ਨੇ ਜੋ ਜ਼ਿਕਰ ਕੀਤਾ ਉਹਦੇ ਵਿੱਚ ਮੇਰੀ ਸਮਝ ਵਿੱਚ ਦੋ ਗੱਲਾਂ ਆਈਆਂ ਇੱਕ ਉਪਰਾਲਾ ਤੇ ਇੱਕ ਫਰਜ਼ ਉਹ ਉਪਰਾਲਾ ਤਾਂ ਉਹ ਹੈ ਜਿਹੜਾ ਅੱਜ ਪੰਜਥਾ ਸਾਹਿਬ ਕਰ ਰਹੇ ਆ ਵਾਕਈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਹਰ ਵਿਦੇਸ਼ ਦੀ ਧਰਤੀ ਤੇ ਬੈਠੇ ਸਾਡੇ ਭਰਾ
ਉਹ ਬਹੁਤ ਮਿਹਨਤ ਕਰਦੇ ਆ ਤੇ ਸਨਮਾਨ ਵੀ ਪ੍ਰਾਪਤ ਕਰਦੇ ਆ ਤੇ ਉਹਨਾਂ ਵਿੱਚੋਂ ਬਹੁ ਗਿਣਤੀ ਹੈ ਜਿਹੜੀ ਕਹਿਣ ਵਿੱਚ ਕੋਈ ਗੁਰੇਜ ਨਹੀਂ ਬਹੁ ਗਿਣਤੀ ਇੱਧਰ ਆ ਕੇ ਉਹ ਸਿਰਫ ਕੁਛ ਦਿਖਾਵੇ ਵਾਲੇ ਪ੍ਰੋਗਰਾਮ ਲੀਕ ਕੇ ਉਹ ਇੱਥੋਂ ਚਲੇ ਜਾਂਦੇ ਆ ਇਹ ਵਿਰਲੇ ਲੋਕ ਹੁੰਦੇ ਆ ਜਿਹੜੇ ਮੈਂ ਫਿਰ ਉਹ ਗੱਲ ਕਰਦਾ ਕਿ ਉਪਰਾਲਾ ਚੰਗਾ ਉਪਰਾਲਾ ਜਿਹੜਾ ਉਹ ਚੰਗੀ ਸੋਚ ਵਾਲੇ ਲੋਕ ਕਰਦੇ ਆ ਜਦੋਂ ਦਾ ਸਾਡਾ ਵਸਤਾ ਪਿਆ ਪਰਮਜੀਤ ਸਿੰਘ ਜੀ ਧਰਮ ਸਿੰਘ ਵਾਲਾ ਜੋੜਾ ਸਾਹਿਬ ਇਹ ਸਾਰੇ ਸਾਡਾ ਇਹਨਾਂ ਨਾਲ ਵਾਹ ਪਿਆ ਜਦੋਂ ਵੀ ਕਿਤੇ ਫੋਨ ਤੇ ਗੱਲ ਹੁੰਦੀ ਹੈ ਇਹਨਾਂ ਦੇ ਮਨ ਦੇ ਅੰਦਰ ਕੌਮ ਪ੍ਰਤੀ ਦਰਦ ਹੁੰਦਾ ਹੈ ਅਤੇ ਸੁਚੇਤਤਾ ਪੈਦਾ ਕਰਨ ਦਾ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਆ ਜਿਵੇਂ ਜਿਸ ਚੈਨਲ ਨਾਲ ਤੁਸੀਂ ਅੱਜ ਜੁੜੇ ਹੋਏ ਹੋ ਇਹਨਾਂ ਸਾਰੇ ਚੈਨਲਾਂ ਦੇ ਨਾਲ ਇਹ ਆਪਣਾ ਆਪਦੀ ਦਸਾਂ ਨੂੰ ਉਹਦੀ ਕਿਰਤ ਦੇ ਵਿੱਚੋਂ ਇਹਨਾਂ ਚੈਨਲਾਂ ਦੀ ਮਦਦ ਕਰਕੇ ਇਹਨਾਂ ਨੂੰ ਸਥਾਪਿਤ ਕਰਨ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਉਹ ਇਹਨਾਂ ਦੇ ਮਨ ਦੀ ਹੂਕ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਕੌਮ ਦੇ ਜਿਹੜੇ ਮੁੱਦੇ ਆ ਕੌਮ ਦੇ ਹੱਕਾਂ ਦੀ ਗੱਲ ਹੈ ਜੇ ਉੱਥੇ ਫਰਾਂਸ ਇੱਕ ਕੌਂਸਲ ਬਣਾਈ ਹੈ ਉਹਦੇ ਵਿੱਚ ਸਿੱਖਾਂ ਦੇ ਮਸਲੇ ਦਸਤਾਰ ਦਾ ਮਸਲਾ ਜਾਂ ਦੁਨੀਆ ਦੇ ਅੰਦਰ ਕਿਤੇ ਵੀ ਕੋਈ ਗੱਲ ਵਾਪਰਦੀ ਹੈ ਉਹ ਸਿੱਖੀ ਦੇ ਪ੍ਰਤੀ ਪ੍ਰਚਾਰ ਕਰਨ ਦਾ ਇਹਨਾਂ ਦੇ ਮਨ ਦੇ ਅੰਦਰ ਬੜਾ ਵੱਡਾ ਉਪਰਾਲਾ ਹੁੰਦਾ ਅੱਜ ਜਿਵੇਂ ਉਹਨਾਂ ਨੇ ਆਪਣੇ ਇਸ ਨਗਰ ਵਿੱਚ ਇਹ ਵੀ ਗੱਲ ਬੜੀ ਵੱਡੀ ਹੈ ਕਿ ਆਪਣੀ ਮਿੱਟੀ ਨਾਲ ਮੋਹ ਰੱਖਣਾ ਇਹ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਚਿਹਰਾ ਮੋਹਰਾ ਵੀ ਬਦਲ ਜਾਂਦਾ ਤੇ ਉੱਥੇ ਜਾ ਕੇ ਕਹਿਣ ਲੱਗ ਜਾਂਦੇ ਆ ਕਈ ਵਾਰ ਇਹ ਸੁਣਨ ਨੂੰ ਮਿਲਦਾ ਕਿ ਇੱਥੇ ਤਾਂ ਜਦੋਂ ਲੋਕ ਨਹੀਂ ਚੰਗੇ ਇਹ ਗੱਲਾਂ ਕਹਿਣੀਆਂ ਜਿਹੜੀਆਂ ਉਹ ਬਗਾਨਗੀ ਵਾਲੀਆਂ ਗੱਲਾਂ ਨੇ ਕਿਉਂਕਿ ਜਿਹੜੀ ਧਰਤੀ ਆ ਆਪਣੀ ਮਾਂ ਨੇ ਜਨਮ ਦਿੱਤਾ ਬੋਲੀ ਸਾਡੀ ਮਾਂ ਹੈ ਇਹ ਧਰਤੀ ਵੀ ਸਾਡੀ ਮਾਂ ਹੈ ਜਿਸ ਨਾਲ ਜੁੜ ਕੇ ਅਸੀਂ ਆਪਣਾ ਪਿਛੋਕੜ ਨੂੰ ਕਾਇਮ ਰੱਖਣਾ ਜੇ ਅਸੀਂ ਵਿਦੇਸ਼ ਜਾ ਕੇ ਉਹਨਾਂ ਨੂੰ ਅਪਣਾ ਲਿਆ ਤੇ ਫਿਰ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਉਹ ਬਹੁਤ ਖਤਰੇ ਵਿੱਚ ਹੈ ਤੇ ਅੱਜ ਦੇ ਸਮੇਂ 'ਚ ਬੜੇ ਲੋਕ ਫਿਕਰਮੰਦ ਨੇ ਵੀ ਆਪਣੀ ਬੋਲੀ ਦੀ ਕਾਇਮ ਰੱਖਿਆ ਜਾਵੇ ਬੜੇ ਲੋਕ ਪੰਜਾਬੀ ਸਕੂਲ ਉੱਥੇ ਕਰਦੇ ਨੇ ਬੱਚਿਆਂ ਨੂੰ ਇੱਥੇ ਦੇ ਇੱਥੋਂ ਹਿੰਦੁਸਤਾਨ ਦੇ ਵਿੱਚ ਗੇੜਾ ਲਵਾਉਂਦੇ ਨੇ ਜਿਨ੍ਹਾਂ ਸ਼ਹਾਦਤਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਲਾਸਾਨੀ ਸ਼ਹਾਦਤਾਂ ਬਾਰੇ ਵਾਕਈ ਜੋੜਾ ਸਾਹਿਬ ਨੇ ਜਿਵੇਂ ਦੱਸਿਆ ਕਿ ਪ੍ਰਚਾਰ ਦੀ ਸਾਨੂੰ ਬਹੁਤ ਵੱਡੀ ਲੋੜ ਹੈ ਕਿਉਂਕਿ ਕੌਮ ਦਾ ਇੱਕ ਵੀ ਜਿਹੜਾ ਇਹ ਰੋਜ ਨੂੰ ਅੰਗਰੇਜ਼ੀ ਚ ਆਪਾਂ ਕਹਿੰਦੇ ਨੇ ਵਾਕਿਆ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਮਿਸਾਲ ਹੈ ਤੇ ਬੜਾ ਵੱਡਾ ਇੱਕ ਮਾਰਗ ਦਰਸ਼ਕ ਹੈ ਵੀ ਲੈ ਲਓ ਸੋ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਵਾਪਰ ਰਿਹਾ ਉਹਨਾਂ ਸਮਿਆਂ ਵਿੱਚ ਇਹ ਉਪਰਾਲੇ ਹੋਣੇ ਬੜੇ ਜ਼ਰੂਰੀ ਨੇ ਤੇ ਉਸ ਤੋਂ ਅੱਗੇ ਆ ਗਿਆ ਫਰਜ਼ ਪੰਜ ਹੱਥਾਂ ਸਾਹਿਬ ਆਪਣਾ ਫਰਜ਼ ਵੀ ਅਦਾ ਕਰ ਰਹੇ ਨੇ ਇੱਥੇ ਜ਼ਿਕਰ ਹੋਇਆ ਸ਼੍ਰੋਮਣੀ ਕਮੇਟੀ ਆਪਣਾ ਫਰਜ਼ ਅਦਾ ਕਰੇ ਇਹ ਵੀ ਜ਼ਿਕਰ ਹੋਇਆ ਕਿ ਇਕੱਲਾ ਆਪਾਂ ਲਾਂਭਾ ਨਾ ਦੇ ਦਈਏ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਸਾਡੇ ਕੋਲ ਬੜਾ ਸੌਖਾ ਸਾਧਨ ਆ ਗਿਆ ਅੱਜ ਕੱਲ੍ਹ ਆਪਣੇ ਟੈਲੀਫੋਨ ਦੇ ਵਿੱਚ ਸਾਡੇ ਕੋਲ ਇੰਨੇ ਕੁ ਅਧਿਕਾਰ ਮਿਲ ਗਏ ਸਿਖਰ ਤੇ ਚੜ੍ਹਾ ਸਕਦੇ ਹਾਂ ਤੇ ਕਿਸੇ ਨੂੰ ਵੀ ਮਲੀਆਂ ਵੇਟ ਕਰ ਸਕਦੇ ਹਾਂ ਉਹ ਇਹ ਹਥਿਆਰਾਂ ਨੂੰ ਅਸੀਂ ਇਹ ਸਮਝ ਲੈਂਦੇ ਹਾਂ ਕਿ ਸਾਡੇ ਕਹਿਣ ਨਾਲ ਸਾਡੇ ਮਨ ਤੋਂ ਭਾਰ ਲੈ ਗਿਆ
ਇਹ ਫਰਜ਼ ਨੇ ਸਾਡੇ ਜਿਹੜੇ ਸਾਡੇ ਮਾਂ ਬਾਪ ਦਾ ਪਹਿਲਾ ਫਰਜ਼ ਹੈ, ਅਧਿਆਪਕ ਦਾ ਫਰਜ਼ ਹੈ, ਧਾਰਮਿਕ ਆਗੂ ਦਾ ਫਰਜ਼ ਹੈ, ਉਸ ਤੋਂ ਬਾਅਦ ਕੌਮ ਦੇ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਫਰਜ਼ ਹੈ। ਸੋ ਸਾਰੇ ਲੋਕ ਜਦੋਂ ਫਰਜ਼ ਦੀ ਅਦਾਇਗੀ ਕਰਦੇ ਆ ਤਾਂ ਫਿਰ ਇੱਕ ਚੰਗਾ ਮਾਹੌਲ ਸਿਰਜਿਆ ਜਾਂਦਾ। ਪਰ ਮੈਂ ਇਹ ਸਾਰੇ ਦੇ ਵਿੱਚੋਂ ਇੱਕ ਗੱਲ ਸਮਝਦਾ ਕਿ ਮੈਂ ਆਪਣੇ ਅੱਖੀਂ ਪਿਛਲੇ ਸਮੇਂ ਦੇ ਅੰਦਰ 70 ਦੇ ਕਰੀਬ ਇੱਥੇ ਇੱਕ ਨਕਸਲਾਈਟ ਮੂਵਮੈਂਟ ਖੜੀ ਹੋਈ, ਤੁਹਾਡੇ ਇਲਾਕੇ 'ਚ ਵੀ ਕਾਫੀ ਇਸ ਗੱਲ ਦੇ ਬਾਰੇ ਜਾਣਿਆ ਜਾਂਦਾ। ਉਹ ਮੂਵਮੈਂਟ ਖੜੀ ਹੋਈ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦਾ ਰਾਹ ਸਾਡਾ ਰਾਹ ਦੀ ਗੱਲ ਕੀਤੀ, ਪਰ ਸਿੱਖੀ ਨਾਲ ਤੋੜਨ ਦੀ ਗੱਲ ਕੀਤੀ। ਉਸ ਤੋਂ ਬਾਅਦ ਇੱਕ ਦੌਰ ਆਇਆ 84 ਤੋਂ ਪਹਿਲਾਂ ਦਾ ਸਨ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ, ਉਸ ਤੋਂ ਬਾਅਦ 84 ਤੋਂ ਬਾਅਦ 99 ਤੱਕ ਇੱਕ ਇਸ ਤਰ੍ਹਾਂ ਦਾ ਦੌਰ ਆਇਆ ਕਿ ਸਿੱਖੀ ਦੇ ਉਸ ਕਹਿੰਦੇ ਹੁੰਦੇ ਆ ਸਰੂਪ ਨੂੰ ਵੀ ਲੋਕਾਂ ਨੂੰ ਦੂਰ ਕਰਤਾ, ਸਾਡੇ ਤੇ ਦਹਿਸ਼ਤ ਪਈ, ਸਾਨੂੰ ਇੱਥੇ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ। ਫਿਰ ਅਸੀਂ ਨਿਵਾਣ ਚ ਆਏ, ਫਿਰ ਉਦੋਂ ਬਾਅਦ ਫਿਰ ਅਸੀਂ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਚ ਇੱਕ ਬੜੀ ਵੱਡੀ ਇੱਕ ਲਹਿਰ ਪੈਦਾ ਹੋਈ। ਉਸ ਤੋਂ ਬਾਅਦ ਇਹ ਤੁਰਾ ਚੜਾ ਇੱਕ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਸੋਚ ਰਿਹਾ ਸੀ ਕਿ ਅੱਜ ਕਿੰਨੀਆਂ ਦੁਕਾਨਾਂ ਖੁੱਲ ਗਈਆਂ ਨੇ, ਅੱਜ ਅਸੀਂ ਕਹਿੰਦੇ ਹਾਂ ਕਿ ਸਾਡੀ ਭੀਖ ਦੇ ਵਿੱਚ ਹੀ ਐਸੇ ਲੋਕ ਬੈਠੇ ਆ ਜਿਹੜੇ ਸਾਨੂੰ ਗੁੰਮਰਾਹ ਕਰ ਰਹੇ ਆ। ਮੈਂ ਬੈਠਾ ਸੋਚਦਾ ਸੀ ਕਿ ਪੰਜਵੇਂ ਪਾਤਸ਼ਾਹ ਦੇ ਵੇਲੇ ਮਿਹਰਬਾਨ ਉਹਨਾਂ ਦਾ ਭਰਾ ਸੀ ਜਿਹੜਾ ਇੱਕ ਵੱਖਰਾ ਕਹਿੰਦੇ ਹੁੰਦੇ ਆ ਪ੍ਰੋਗਰਾਮ ਚਲਾ ਲਿਆ, ਗੁਰੂ ਸਾਹਿਬ ਆਪ ਪ੍ਰਤੱਖ ਸਨ। ਉਸ ਤੋਂ ਬਾਅਦ ਸਮੇਂ ਸਮੇਂ ਲੋਕ ਆਉਂਦੇ ਰਹੇ, ਬਾਈ ਮੰਜੀਆਂ ਵੀ ਨੌਵੇਂ ਪਾਤਸ਼ਾਹ ਵਾਲੇ ਇੱਥੇ ਬਣੀਆਂ, ਪਰ ਅਸਲੀਅਤ ਮਰਦੀ ਨਹੀਂ, ਭੁਲੇਖਾ ਨਹੀਂ ਪੈ ਸਕਦਾ। ਮੈਨੂੰ ਯਾਦ ਆ ਇਸ ਗੱਲ ਨੂੰ, ਮੈਂ ਗੱਲ ਉੱਥੇ ਲੈ ਕੇ ਆਵਾਂ ਕਿ ਸਾਡੇ ਇਸ ਸੰਘਰਸ਼ ਦੇ ਦੌਰ ਦੇ ਅੰਦਰ ਬਹੁਤ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਿਉਂਕਿ ਜਦੋਂ ਉਹਨਾਂ ਦਾ ਨਾਮ ਅਕਾਲ ਤਖਤ ਸਾਹਿਬ ਨਾਲ ਜੋੜ ਕੇ ਲਿਆ ਜਾਵੇਗਾ ਤਾਂ ਉਹ ਮੈਂ ਸਤਿਕਾਰ ਕਰਾਂਗਾ ਦਰਸ਼ਨ ਸਿੰਘ ਜੀ, ਰਾਗੀ ਦਰਸ਼ਨ ਸਿੰਘ ਜੀ। ਪਰ ਉਸ ਤੋਂ ਬਾਅਦ ਉਹਨਾਂ ਨੇ ਸੰਗਤ ਨੇ ਬਹੁਤ ਸਤਿਕਾਰ ਦਿੱਤਾ, ਪਰ ਜਦੋਂ ਉਹ ਆਪਣੇ ਉਸ ਲੈ ਚੋਂ ਲਾਂਭੇ ਹੋ ਗਏ, ਆਪਣੇ ਉਸ ਗੁਰਮਤ ਦੇ ਰਾਹ ਤੋਂ ਲਾਂਭੇ ਹੋ ਕੇ ਉਹਨਾਂ ਨੇ ਆਪਣੀ ਗੱਲ ਨੂੰ ਵਡਿਆਉਣ ਦੀ ਗੱਲ ਕੀਤੀ ਹੈ ਤੇ ਲੀਹ ਤੋਂ ਲਾਂਭੇ ਹੋ ਗਏ, ਤਾਂ ਸੰਗਤ ਨੇ ਉਹਨੂੰ ਲਾਂਭੇ ਕਰਤਾ। ਅੱਜ ਕਿੱਥੇ ਨਹੀਂ, ਸ਼ਾਇਦ ਕਿਸੇ ਨੂੰ ਪਤਾ ਹੋਵੇ ਤੇ ਕੋਈ ਬਹੁਤ ਨਜ਼ਦੀਕੀ ਹੋਵੇ ਤਾਂ ਮੈਨੂੰ ਪਤਾ ਨਹੀਂ, ਪਰ ਜਿੰਨਾ ਉਹ ਵਿਦਵਾਨ ਸਨ, ਗਿਆਨੀ ਪੁਰਸ਼ ਸਨ, ਉਹਨਾਂ ਦੀ ਗੱਲ ਦਾ ਸਤਿਕਾਰ ਹੁੰਦਾ ਸੀ। ਅਸੀਂ ਜੇਲ੍ਹ ਸੀ ਉਦੋਂ ਤੇ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਹੁਕਮ ਕਰਤਾ ਕਿ ਜਿਹੜੀਆਂ ਬੀਬੀਆਂ ਉਹ ਕੇਸਰੀ ਦੁਪੱਟੇ ਸਜਾਉਣਗੀਆਂ ਤੇ ਸਾਰੀ ਕੌਮ ਨੇ ਕੇਸਰੀ ਦੁਪੱਟੇ ਸਜਾ ਲਏ। ਉਹ ਜਿਸ ਤਰ੍ਹਾਂ ਦਾ ਵੀ ਐਲਾਨ ਕਰਦੇ ਸੀ, ਕਿਉਂਕਿ ਕੌਮ ਜਿਹੜੀ ਆ ਉਹ ਕਦੇ ਵੀ ਮੁੱਲ ਜਿਹੜਾ ਵਾ ਉਹ ਜਿਵੇਂ ਕਹਿੰਦੇ ਨੇ ਵੀ ਆਧਾਰ ਨਹੀਂ ਰੱਖਦੀ, ਉਹ ਉਹਨੇ ਸਿਰ ਵੀ ਦਿੰਦੀ ਆ, ਉਹ ਲੜਾਈ ਵੀ ਲੜਦੀ ਆ। ਜਿਵੇਂ ਬੈਠੇ ਨੇ ਜਸਪਾਲ ਸਿੰਘ ਜੀ ਮੰਝਪੁਰ ਸਾਡੇ ਸਾਥੀ ਨੇ ਬੜੇ ਸਤਿਕਾਰਯੋਗ, ਅੱਜ ਵੀ ਕੌਮ ਇਸ ਸੰਘਰਸ਼ ਵਿੱਚੋਂ ਲੰਘ ਰਹੀ ਆ। ਜਿੱਥੇ ਜਿੱਥੇ ਕੋਈ ਐਸਾ ਹੀ ਗੱਲ ਬਣਦੀ ਆ, ਅੱਜ ਪੰਜਤਾ ਸਾਹਿਬ ਨੇ ਉਹਨਾਂ ਨੂੰ ਸਨਮਾਨ ਕਰਨ ਦਾ ਜਿਹੜਾ ਮਾਣ ਇੱਥੇ ਲੈ ਰਹੇ ਨੇ, ਬਹੁਤ ਚੰਗੀ ਗੱਲ ਹੈ। ਤੋਂ ਮੇਰਾ ਇੱਕ ਜ਼ਿਕਰ ਇਹ ਵੀ ਸੀ ਕਿ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ, ਉਹ ਫਰਜ਼ ਦੀ ਅਸੀਂ ਅਦਾਇਗੀ ਕਰੀਏ। ਇਹ ਹਵਾਵਾਂ ਜਿਹੜੀਆਂ ਇਹ ਵਗਦੀਆਂ ਰਹਿੰਦੀਆਂ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜਿੰਨਾ ਕੁ ਮੈਂ ਛੋਟਾ ਮੋਟਾ ਕਹਿੰਦੇ ਹੁੰਦੇ ਆ ਜਿਹੜਾ ਤੁਹਾਡੇ ਵਿੱਚ ਬੈਠ ਕੇ ਮਹਾਨ ਪੁਰਸ਼ਾਂ ਤੋਂ, ਗਿਆਨੀ ਜੀ ਹੋਰਾਂ ਤੋਂ, ਸਾਰਿਆਂ ਤੋਂ ਗਿਆਨ ਪ੍ਰਾਪਤ ਕੀਤਾ, ਇਹਦੇ ਵਿੱਚ ਜਿਵੇਂ ਇੱਕ ਗੱਲ ਆਈ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਆਪ ਨੂੰ ਜ਼ਰੂਰ ਸਥਾਪਿਤ ਕਰੀਏ। ਠੀਕ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ ਸਮੇਂ ਨਾਲ ਜਿਹੜੀਆਂ ਸਾਡੀਆਂ ਸੰਸਥਾਵਾਂ ਜੇ ਉਹਨਾਂ 'ਚ ਗਿਰਾਵਟ ਆਉਂਦੀ ਆ ਉਹਨੂੰ ਵੀ ਸੁਧਾਰ ਕਰਨ ਦੀ ਲੋੜ ਕਰਨੀ ਚਾਹੀਦੀ ਹੈ। ਮੈਂ ਉਹੀ ਗੱਲ ਕੀਤੀ, ਸਾਡੇ ਫਰਜ਼ਾਂ ਦੀ ਗੱਲ ਹੈ, ਪਰ ਇੱਕ ਇਹਦੇ ਵਿੱਚ ਬਹੁਤ ਜ਼ਰੂਰਤ ਹੈ। ਇਹ ਸਾਰੇ ਸਮੇਂ ਦੇ ਵਿੱਚ ਅਸੀਂ ਸਾਡੇ ਕੋਲ ਇੱਕੋ ਇੱਕ ਹੈ ਜਿਹੜਾ ਤਖ਼ਤ ਹੈ ਸ੍ਰੀ ਅਕਾਲ ਤਖ਼ਤ ਸਾਹਿਬ, ਜਿਹੜਾ ਕਿ ਨਿਸ਼ਾਨਾ ਰਿਹਾ। ਜੇ ਪਿਛਲੇ ਸਮੇਂ 'ਚ ਅਬਦਾਲੀ ਦੀ ਗੱਲ ਕਰਦੇ ਹਾਂ ਜਾਂ ਮੌਜੂਦਾ ਸਮੇਂ ਦੇ ਵਿੱਚ ਕਿ ਨਾ ਇਹ ਸਾਡੀਆਂ ਜ਼ਾਲਮ ਸਰਕਾਰਾਂ ਦੀ ਗੱਲ ਕਰਦੇ ਹਾਂ, ਉਹਨਾਂ ਦਾ ਹਮਲਾ ਜਿਹੜਾ ਉਹ ਤਖ਼ਤ ਨੂੰ ਢਾਉਣ ਦੇ ਵੱਲ ਰਿਹਾ। ਤਖ਼ਤ ਜਿਨ੍ਹਾਂ ਦੇ ਹੈੱਡ ਗ੍ਰੰਥੀ ਯਾਨੀ ਮਲਕੀਤ ਸਿੰਘ ਜੀ ਤੁਹਾਡੇ ਕੋਲ ਬੈਠੇ ਆ,
ਉਹ ਤਖਤ ਜਿਹੜਾ ਸਿੱਖਾਂ ਨੂੰ ਬੜੀ ਵੱਡੀ ਸ਼ਕਤੀ ਦਿੰਦਾ, ਸਿੱਖਾਂ ਨੂੰ ਇੱਕ ਇੱਕ ਰਸਤਾ ਦਿੰਦਾ ਜਿੱਥੇ ਧਰਮ ਤੇ ਸਿਆਸਤ ਦਾ ਮੇਲ ਹੈ। ਮੈਂ ਇੱਕ ਛੋਟੀ ਜਿਹੀ ਵਰਤਾਂਤ ਗੱਲ ਕਰਦਾ, ਭਾਵੇਂ ਕਿ ਆਪਾਂ ਗਿਆਨੀ ਜੀ ਹੋਰਾਂ ਤੋਂ ਕਥਾ ਵਿਖਿਆਨ ਸੁਣਨਾ। ਇੱਕ ਜ਼ਿਕਰ ਹੈ ਜਿਹੜਾ ਜਦੋਂ ਅਸੀਂ ਦਰਮੰਦਰ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਹਾਂ ਤਾਂ ਸਾਡਾ ਜਿਹੜਾ ਪਿੱਠ ਹੈ, ਸਾਡਾ ਜਿਹੜਾ ਪਿੱਛਾ ਉਹ ਅਕਾਲ ਤਖ਼ਤ ਵੱਲ ਹੁੰਦਾ, ਜਿਹਨੂੰ ਅਸੀਂ ਸਿਆਸਤ ਦਾ ਜਿਵੇਂ ਕਹਿੰਦੇ ਹੁੰਦੇ ਆ ਅਸਥਾਨ ਮੰਨਦੇ ਹਾਂ, ਛੇਵੇਂ ਪਾਤਸ਼ਾਹ ਨੇ ਸਥਾਪਿਤ ਕੀਤਾ। ਪਰ ਜਦੋਂ ਅਸੀਂ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੁੰਦੇ ਹਾਂ, ਬੜੀ ਗੌਰ ਕਰਨ ਵਾਲੀ ਗੱਲ ਹੈ, ਜਿੰਨੀ ਵੀ ਚੀਜ਼ ਕਿਤੇ ਬਣਾਈ ਗਈ ਹੈ ਗੁਰੂ ਸਾਹਿਬ ਵੱਲੋਂ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਅਰਥ ਰੱਖਦੀ ਹੈ। ਤੁਸੀਂ ਅਕਾਲ ਤਖ਼ਤ ਸਾਹਿਬ ਦੇ ਉੱਪਰ ਜਦੋਂ ਨਤਮਸਤਕ ਹੁੰਦੇ ਹੋ, ਸ਼ਸਤਰਾਂ ਦੀ ਜਿਹੜੀ ਜਿਹੜੀ ਪਾਲਕੀ ਹੈ ਉੱਥੇ ਜਦੋਂ ਮੱਥਾ ਟੇਕਦੇ ਹੋ ਤੇ ਤੁਹਾਨੂੰ ਸਾਹਮਣੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਹਮਣੇ ਦਿਖਾਈ ਦਿੰਦਾ। ਉਹ ਇਹ ਚੀਜ਼ਾਂ ਜਿਹੜੀਆਂ ਗੁਰੂ ਸਾਹਿਬ ਨੇ ਸਿਧਾਂਤ ਸਿਰਜੇ ਨੇ ਇਹ ਬੜੇ ਵਡਮੁੱਲੇ ਨੇ, ਸਾਨੂੰ ਇਹਨਾਂ ਸਿਧਾਂਤਾਂ ਤੇ ਪਹਿਰਾ ਦਿੰਦੇ ਆ। ਧਰਮ ਦੇ ਅਧੀਨ ਰਾਜ ਕੋਈ ਵੀ ਹੋਵੇ ਉਹ ਰਾਜ ਜਿਹੜਾ ਉਹ ਸਹੀ ਰਾਜ ਹੋਊਗਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡੇ ਵਿਚਕਾਰ ਆਇਆ, ਅੱਜ ਦੁਨੀਆ ਉਸ ਨੂੰ ਸਲਾਉਂਦੀ ਆ। ਹੁਣੇ ਹੁਣੇ ਕੱਲ ਪਰਸੋਂ ਤੁਸੀਂ ਦੇਖਿਆ ਹੋਵੇਗਾ ਕਿ ਦੁਨੀਆ ਦੇ ਹਿਸਟਰੀ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਨੂੰ ਏਡਾ ਵੱਡਾ ਮਾਣ ਮਿਲਿਆ। ਕਦੇ ਪੰਜ ਐਸੇ ਲੋਕ ਰਾਜੇ ਹੋਏ ਜਿਹਨਾਂ ਵਿੱਚੋਂ ਇੱਕ ਮਹਾਰਾਜਾ ਰਣਜੀਤ ਸਿੰਘ ਹੈ। ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਰਾਜ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ ਕਿ ਮੈਨੂੰ ਮਹਾਰਾਜਾ ਬਣਾ ਦਿੱਤਾ ਤੇ ਮੈਂ ਆਪਦੇ ਗੁਰੂ ਲਈ ਆਪਦੇ ਗੁਰੂ ਘਰ ਲਈ ਕੀ ਕਰ ਸਕਦਾ। ਬਿਲਕੁਲ ਕੋਈ ਮਥਾਜਗੀ ਨਹੀਂ ਕਿ ਹਰਿਮੰਦਰ ਸਾਹਿਬ ਜਿਹੜਾ ਉਹ ਸੋਨੇ ਦੀ ਕਹਿੰਦੇ ਹੁੰਦੇ ਆ ਪੱਤਰੇ ਨਾਲ ਮੜਿਆ ਗਿਆ, ਇਹਦਾ ਮਤਲਬ ਇਹ ਨਹੀਂ ਕਿ ਬਹੁਤ ਉਹ ਸਾਡੇ ਲਈ ਸਤਿਕਾਰਯੋਗ ਹੋ ਗਿਆ। ਪਰ ਇੱਕ ਸਿੱਖ ਦੇ ਮਨ ਦਾ ਬਲਬਲਾ ਕਿ ਆਪਣੇ ਗੁਰੂ ਦਾ ਸਤਿਕਾਰ, ਗੁਰੂ ਪ੍ਰਤੀ ਸਮਰਪਣ, ਤੇ ਹਮੇਸ਼ਾ ਇਹ ਗੱਲ ਸੁਣਨ ਚ ਆਉਂਦੀ ਆ, ਇਤਿਹਾਸ ਵਿੱਚ ਲਿਖਣ ਵਿੱਚ ਆਉਂਦੀ ਆ ਕਿ ਮਹਾਰਾਜਾ ਜਿੱਥੇ ਮਰਜ਼ੀ ਬੈਠਦਾ ਸੀ ਤਾਂ ਉਹਨੇ ਕਿਹਾ ਸੀ ਕਿ ਮੇਰੀ ਕੁਰਸੀ ਦਾ ਮੁੱਖ ਜਿਹੜਾ ਦਰਬਾਰ ਸਾਹਿਬ ਵੱਲ ਹੋਣਾ ਚਾਹੀਦਾ। ਸੋ ਐਸੀ ਇੱਕ ਸੋਚ ਜਿਹੜੀ ਹਰ ਸਿੱਖ ਦੇ ਅੰਦਰ ਗੁਰੂ ਦੇ ਪ੍ਰਤੀ ਭਾਵਨਾ ਦੀ, ਪਰਮਜੀਤ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਸੀ, ਭਾਵਨਾ ਜਿਹੜੀ ਹੈ ਜਿੰਨੀ ਦੇਰ ਤੱਕ ਤੁਹਾਡੇ ਮਨ ਦੇ ਅੰਦਰ ਪੈਦਾ ਨਹੀਂ ਹੁੰਦੀ ਉਨੀ ਦੇਰ ਤੱਕ ਤੁਸੀਂ ਪ੍ਰਾਪਤ ਨਹੀਂ ਕਰ ਸਕਦੇ। ਸੋ ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਸਾਡੇ ਜਿਵੇਂ ਫਿਰ ਉਹ ਗੱਲ ਨਿਬੇੜਦੇ ਆ ਕਿ ਸਾਰੇ ਅਖੌਤੀ ਪ੍ਰਚਾਰਕ ਜਾਂ ਸਾਡੇ ਵਿਰੋਧੀ ਏਜੰਸੀਆਂ ਉਹ ਸਾਨੂੰ ਭਾਵਨਾ ਕਰਕੇ ਗੁਰੂ ਨਾਲ ਤੋੜ ਰਹੇ ਆ, ਤੇ ਸਾਨੂੰ ਇਸ ਗੱਲ ਦੀ ਸੁਚੇਤ ਹੋਣਾ ਕਿ ਅਸੀਂ ਭਾਵਨਾ ਤੌਰ ਤੇ ਗੁਰੂ ਸਾਹਿਬ ਨੂੰ ਸਤਿਕਾਰ ਦੇਣਾ, ਉਸੇ ਵਿੱਚੋਂ ਸਾਨੂੰ ਜਿਹੜੀਆਂ ਅਕਾਲ ਤਖ਼ਤ ਦੇ ਬਰਾਬਰ ਇੱਕ ਤਖ਼ਤ ਉਸਾਰਨ ਦੀਆਂ ਗੱਲਾਂ ਕਰਦੀਆਂ ਨੇ, ਉਸ ਜਥੇਦਾਰ ਸਾਹਿਬ ਦੇ ਬਰਾਬਰ ਕਈ ਤਰ੍ਹਾਂ ਦੇ ਲੋਕ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਖੜੀਆਂ ਕਰਨ ਦੀਆਂ ਗੱਲ ਕਰਦੇ ਆ। ਹੱਥ ਜੋੜ ਕੇ ਬੇਨਤੀ ਕਰਦਾ, ਇਹ ਵੀ ਕੌਮ ਦੀ ਤੇ ਧਰਮ ਦੀ ਸੇਵਾ ਕਿ ਅਸੀਂ ਗੁਰੂ ਪ੍ਰਤੀ ਭੈ ਭਾਵਨੀ ਪੈਦਾ ਕਰਨੀ ਆ, ਸਤਿਕਾਰਕ ਸ਼ਖਸੀਅਤਾਂ ਆਪਦੇ ਮਨ ਦੇ ਅੰਦਰ ਭੈ ਤੇ ਸਤਿਕਾਰ ਪੈਦਾ ਕਰਨਾ, ਸਤਿਕਾਰ ਬਣਾਉਣਾ, ਤੇ ਜਿਵੇਂ ਸ਼ਹੀਦ ਮਹਾਨ ਸ਼ਹੀਦਾਂ ਨੇ ਜੋ ਸਾਡੇ ਲਈ ਰਸਤੇ ਬਣਾਏ ਨੇ ਉਹਨਾਂ ਰਸਤਿਆਂ ਤੇ ਚੱਲਦੇ ਆਉਂਦੇ ਆ।
ਅਸੀਂ ਆਪਣਾ ਵੀ ਫਰਜ਼ ਅਦਾ ਕਰੀਏ, ਹਰ ਪਰਿਵਾਰ ਸ਼੍ਰੋਮਣੀ ਕਮੇਟੀ ਬਣੇ ਤਾਂ ਹੀ ਆਪਾਂ ਇਹ ਗੱਲ ਕਰ ਸਕਦੇ ਹਾਂ। ਤੋ ਇੱਕ ਗੱਲ ਮੈਂ ਕਹਿ ਰਿਹਾ, ਭਾਵੇਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹਾਂ, ਮੈਂ ਆਪਦੇ ਮਨ ਇਸ ਗੱਲ ਦਾ ਗਿਲਾ ਨਹੀਂ ਕੀਤਾ ਕਿ ਸੰਸਥਾ ਦੇ ਅੰਦਰ ਪ੍ਰਬੰਧਾਂ ਦੇ ਅੰਦਰ ਜੇ ਕੋਈ ਘਾਟ ਹੈ ਉਹ ਸਾਨੂੰ ਕੋਈ ਦਿਖਾਉਂਦਾ, ਉਹ ਭਾਵੇਂ ਉਂਗਲ ਖੜੀ ਕਰਕੇ ਦਿਖਾਵੇ ਤੇ ਭਾਵੇਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਕਿ ਮੰਜਪੁਰ ਸਾਹਿਬ ਇੱਕ ਮਿੰਟ ਵਾਸਤੇ ਸੰਗਤਾਂ ਨੂੰ ਫਤਿਹ ਬੁਲਾਉਣਗੇ, ਉਸ ਤੋਂ ਬਾਅਦ ਸਿੰਘ ਸਾਹਿਬ ਤੁਹਾਨੂੰ ਕਥਾ ਵਿਚਾਰ ਰਹੀ ਜੋੜਨਗੇ ਸੰਗਤਾਂ ਨੂੰ। ਜਸਪਾਲ ਸਿੰਘ ਜੀ ਮੰਜਪੁਰ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਲੈ ਕੇ ਅਤੇ 21ਵੀਂ ਸਦੀ ਤੱਕ, ਜਿੱਥੋਂ ਤੱਕ ਮੈਨੂੰ ਯਾਦ ਹੈ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਜੀ ਮਿੰਟੂ ਸ਼ਹੀਦ ਹੋਏ ਪਟਿਆਲਾ ਜੇਲ੍ਹ ਦੇ ਵਿੱਚ, ਜਿੰਨੀਆਂ ਸਮੁੱਚੀਆਂ ਸ਼ਹਾਦਤਾਂ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਹੋਈਆਂ। ਅਤੇ ਸਤਿਗੁਰ ਦਸਮ ਪਾਤਸ਼ਾਹ ਨੇ ਜਦੋਂ ਤਲਵੰਡੀ ਸਾਬੋ ਬੈਠੇ ਸੀ ਤਾਂ ਮਾਤਾ ਜੀ ਨੇ ਪੁੱਛਿਆ ਕਿ ਪੁੱਤਰ ਕਿੱਥੇ ਨੇ, ਤਾਂ ਗੁਰੂ ਸਾਹਿਬ ਦਾ ਜੋ ਬਚਨ ਸੀ ਉਹ ਸੀ ਇਨ ਸਾਡੇ ਵਰਗੇ ਬੈਠੇ ਸੀ ਉੱਥੇ ਸਾਡੇ ਬਜ਼ੁਰਗਵਾਨ, ਤਾਂ ਗੁਰੂ ਦਸਮ ਪਾਤਸ਼ਾਹ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਲ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ। ਜੋ ਚਾਰਾਂ ਦਾ ਰਾਹ ਸੀ ਉਹੀ ਸਾਡਾ ਹਜ਼ਾਰਾਂ ਦਾ ਰਾਹ ਆ, ਜੇ ਅਸੀਂ ਦਸਮ ਪਾਤਸ਼ਾਹ ਦੇ ਪੁੱਤਰ ਧੀਆਂ ਹੈਗੇ ਹਾਂ। ਅਤੇ ਗੁਰੂ ਪਾਤਸ਼ਾਹ ਨੇ ਆਪਣੇ ਜਿਹੜੇ ਬਿੰਦੀ ਪੁੱਤਰ ਜਿਹੜੇ ਆ ਉਹ ਵਾਰ ਦਿੱਤੇ, ਅਤੇ ਸਾਡਾ ਵੀ ਰਾਹ ਉਹੀ ਹੈ। ਅਤੇ ਅਸੀਂ ਆਪਣੇ ਸ਼ਹੀਦਾਂ ਨੂੰ ਜੇ ਨਤਮਸਤਕ ਹੋਣ ਆਏ ਹਾਂ ਅਤੇ ਜੇ ਅਸੀਂ ਆਪਣੇ ਮਨਾਂ ਦੇ ਵਿੱਚ ਰੱਖਦੇ ਹਾਂ ਵੀ ਉਹ ਸਾਡੇ ਲਈ ਸ਼ਹੀਦ ਹੋਏ, ਅਤੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅਜ਼ਮਤ ਅਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਕਾਰਜ ਕਰਦੇ ਰਹੀਏ। ਮੈਂ ਤਾਂ ਵੈਸੇ ਹੀ ਗੁਰੂ ਪੰਥ ਦੇ ਦਾਸਾਂ ਦਾ ਜਿਹੜਾ ਦਾਸ ਹਾਂ, ਜਿਹੜੇ ਵੀ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਇੱਕ ਕਾਫਲਾ ਚੱਲਿਆ ਹੋਇਆ ਉਹਨਾਂ ਵੀਰਾਂ ਦੀ ਦੁਨਿਆਵੀ ਕਾਨੂੰਨ ਦੇ ਮੁਤਾਬਕ ਜੇ ਕੋਈ ਮਦਦ ਹੁੰਦੀ ਹੈ ਤਾਂ ਕਰਨ ਦਾ ਯਤਨ ਕਰਦਾ। ਸੋ ਸਾਰਿਆਂ ਦਾ, ਸੰਗਤਾਂ ਦਾ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ
ਸਥਾਨਾਂ ਦੇ ਮੁਖੀ ਸਾਹਿਬਾਨ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਾਝਪੁਰ ਸਾਹਿਬ ਦਾ। ਮੇਰੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਲੰਗਰ ਹਾਲ ਵਿੱਚ ਜਾਂ ਬਾਹਰ ਖੜੇ ਨੇ ਉਹ ਆ ਕੇ ਪੰਡਾਲ ਵਿੱਚ ਸਜ ਜਾਣ, ਕਿਉਂਕਿ ਸਿੰਘ ਸਾਹਿਬ ਹੁਣ ਤੁਹਾਨੂੰ ਗੁਰਬਾਣੀ ਤੇ ਕਥਾ ਵਿਚਾਰ ਦੇ ਜੋੜਦੇ। ਮੇਰੀਆਂ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਬਾਹਰ ਵੀ ਜਾਂ ਲੰਗਰ ਹਾਲ ਵਿੱਚ ਖੜੇ ਹਨ ਉਹ ਆ ਕੇ ਪੰਡਾਲ ਵਿੱਚ ਸਜ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਰਨ ਮਨੁਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੈ ਆਖੀਐ, ਦਰਗੈ ਪਾਵੈ ਸਾਚੀ ਮਾਣੋ, ਦਰਗੈ ਮਾਣ ਪਾਵੈ ਪਤਸਿਓ ਜਾਵੈ, ਆਗੈ ਦੁਖ ਨ ਲਾਗੈ, ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵਿਐ ਭਉ ਭਾਗੈ, ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ, ਮਰਨ ਮਨੁਸਾ ਸੂਰਿਆ ਹੱਕ ਹੈ, ਜੋ ਹੋਏ ਮਰੈ ਪਰਵਾਣੋ, ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਅਸੀਂ ਸਾਰੇ ਹੀ ਆਪਣੇ ਅਮੀਰ ਖਾਲਸਾਈ ਵਿਰਸੇ ਨੂੰ ਸੰਭਾਲਣ ਵਾਸਤੇ ਸਾਡੇ ਸਾਰਿਆਂ ਦੇ ਅਜੀਜ਼ ਸਰਦਾਰ ਬਸੰਤ ਸਿੰਘ ਜੀ ਜੋ ਫਰਾਂਸ ਤੋਂ ਆਏ ਹਨ, ਉਹਨਾਂ ਨੇ ਮਾਲਕ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਵਿੱਚੋਂ ਸਹੀ ਵਰਤੋਂ ਕਰਦਿਆਂ ਗੁਰਮਤਿ ਪ੍ਰਚਾਰ ਹਿੱਤ ਸਮੁੱਚੇ ਸ਼ਹੀਦਾਂ ਦੀ ਯਾਦ ਅੰਦਰ ਅੱਜ ਜੋ ਗੁਰਮਤਿ ਸਮਾਗਮ ਕਰਵਾਏ ਹਨ, ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਹਜ਼ੂਰ ਆਪਾਂ ਸਾਰੇ ਜੁੜ ਬੈਠੇ ਹਾਂ। ਦਾਸ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਆਓ ਕੁਝ ਸਮਾਂ ਰਲ ਮਿਲ ਕੇ ਸਤਿਗੁਰੂ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਆਪਾਂ ਚੇਤੇ ਕਰੀਏ। ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਿੱਚ ਕੁਝ ਸ਼ਖਸੀਅਤਾਂ ਇਸ ਕਰਕੇ ਮਹਾਨ ਹੁੰਦੀਆਂ ਨੇ ਕਿ ਉਹਨਾਂ ਦਾ ਆਪਣਾ ਜੀਵਨ ਬਹੁਤ ਮਹਾਨ ਹੁੰਦਾ। ਜੇ ਕਿਸੇ ਦਾ ਆਪਣਾ ਜੀਵਨ ਮਹਾਨ ਨਾ ਹੋਵੇ ਤੇ ਕਈ ਵਾਰ ਉਹਨਾਂ ਦੇ ਮਾਤਾ ਪਿਤਾ
ਉਹਨਾਂ ਦੇ ਬਜ਼ੁਰਗ ਦਾਦੇ ਪੜਦਾਦੇ ਇੰਨੇ ਮਹਾਨ ਹੁੰਦੇ ਨੇ ਕਿ ਉਹਨਾਂ ਕਰਕੇ ਉਸ ਸ਼ਖਸੀਅਤ ਦਾ ਸੰਸਾਰ ਦੇ ਵਿੱਚ ਸਨਮਾਨ ਹੋਇਆ ਕਰਦਾ। ਜੇ ਕੋਈ ਆਪ ਵੀ ਬਹੁਤ ਸਤਿਕਾਰਯੋਗ ਨਾ ਹੋਵੇ, ਉਹਨਾਂ ਦੇ ਵੱਡੇ ਵਡੇਰੇ ਦਾਦੇ ਪੜਦਾਦੇ ਮਾਤਾ ਪਿਤਾ ਵੀ ਸਨਮਾਨਯੋਗ ਨਾ ਹੋਣ ਤੇ ਕਈ ਵਾਰ ਉਹਨਾਂ ਦੇ ਘਰ ਜਨਮ ਲੈਣ ਵਾਲੇ ਪੁੱਤਰ ਧੀਆਂ ਪੁੱਤ ਪੋਤਰੇ ਉਹ ਇੰਨੇ ਮਹਾਨ ਹੁੰਦੇ ਨੇ ਕਿ ਉਹਨਾਂ ਕਰਕੇ ਉਹਨਾਂ ਸ਼ਖਸੀਅਤਾਂ ਦਾ ਸੰਸਾਰ ਦੇ ਵਿੱਚ ਲੋਕੀ ਸਨਮਾਨ ਕਰਦੇ। ਪਰ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿੱਥੇ ਉਹਨਾਂ ਦੀ ਆਪਣੀ ਸ਼ਖਸੀਅਤ ਬਹੁਪੱਖੀ ਹੈ, ਬੜੀ ਮਹਾਨ ਹੈ। 42 ਸਾਲ ਦੀ ਕੁੱਲ ਉਮਰ ਦੇ ਵਿੱਚ ਇੰਨੇ ਮਹਾਨ ਪਰਉਪਕਾਰ ਕਿ ਜੇ ਇੱਕ ਨੇ ਉਹਨਾਂ ਨੂੰ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਆਪੇ ਗੁਰ ਚੇਲਾ ਕਿਹਾ, ਦੂਸਰੇ ਨੇ ਅੰਮ੍ਰਿਤ ਦੇ ਦਾਤੇ ਮਹਾਨ ਸੈਨਾ ਨਾਇਕ ਅਦੁੱਤੀ ਯੋਧੇ ਕਹਿ ਕੇ ਉਹਨਾਂ ਦੇ ਗੁਣ ਗਾਏ ਹਨ। ਜਿੱਥੇ ਸਤਿਗੁਰਾਂ ਦੀ ਆਪਣੀ ਸ਼ਖਸੀਅਤ ਬੜੀ ਮਹਾਨ ਹੈ, ਉੱਥੇ ਉਹਨਾਂ ਦੇ ਮਾਤਾ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰ ਕੌਰ ਜੀ ਉਹ ਇੰਨੇ ਮਹਾਨ ਹਨ ਕਿ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਵਿੱਚ ਪੜ੍ਹਦੇ ਹਾਂ, ਅੱਜ ਸ਼ਹੀਦਾਂ ਨੂੰ ਜਦੋਂ ਅਸੀਂ ਯਾਦ ਕਰ ਰਹੇ ਹਾਂ, ਕਿਉਂਕਿ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਧਰਮ ਸੰਸਾਰ ਨੂੰ ਬਖਸ਼ਿਆ, ਉਸ ਧਰਮ ਦਾ ਬੇਸ ਉਹਦਾ ਆਧਾਰ ਸਤਿਗੁਰਾਂ ਨੇ ਸੱਚ ਮੰਨਿਆ। ਸੱਚ ਵੀ ਉਹ ਜਿਹੜਾ ਸੰਪੂਰਨ ਤੇ ਬਿਲਕੁਲ ਨਿਰਮਲ ਹੈ। ਆਦਿ ਕਾਲ ਤੋਂ ਹੀ ਜਿਹੜੇ ਕੂੜ ਦੇ ਧਾਰਨੀ ਸਨ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੇ ਸੱਚ ਨਾਲ ਟਕਰਾਉਣ ਦਾ ਯਤਨ ਕੀਤਾ, ਪਰ ਹਰ ਵਾਰ ਸੰਸਾਰ ਨੇ ਵੇਖਿਆ ਕਿ ਸੱਚ ਤਾਂ ਭੱਠੀ ਵਿੱਚ ਪਏ ਹੋਏ ਸੋਨੇ ਵਾਂਗ ਛਬੀਦਾਰ ਬਣ ਕੇ ਨਿਖਰ ਕੇ ਸੰਸਾਰ ਦੇ ਸਾਹਮਣੇ ਆਇਆ, ਤੇ ਕੂੜ ਜਿਹੜਾ ਹੈ ਉਹਨੂੰ ਸ਼ਰਮਸ਼ਾਰ ਹੁੰਦਾ ਵੇਖਿਆ, ਨਖੁੱਟਦਾ ਵੇਖਿਆ। ਸਾਹਿਬ ਦੇ ਬਚਨ ਵੀ ਨੇ, ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਸਿੱਖੀ ਦਾ ਸਫ਼ਰ ਜਦੋਂ ਅਸੀਂ ਵੇਖਦੇ ਹਾਂ ਤੇ ਸੱਚਮੁੱਚ ਬਟਾਲੇ ਦੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ ਦਾ ਸਫ਼ਰ ਹੈ। ਕਦੇ ਗੁਰੂ ਨਾਨਕ ਸਾਹਿਬ ਦੇ ਸੱਚ ਨੂੰ ਦਬਾਉਣ ਲਈ ਜਿਹੜੇ ਸਹਿਮਤ ਨਹੀਂ ਸਨ, ਜਦੋਂ ਸਤਿਗੁਰਾਂ ਨੇ ਇਹ ਵਿਚਾਰ ਦਿੱਤੇ ਕਿ ਅਸੀਂ ਮੂਲ ਮੰਤਰ ਨੂੰ ਸਾਕਸ਼ੀ ਮੰਨ ਕੇ ਪ੍ਰਕਰਮਾ ਕਰਕੇ ਜੋ ਵਿਆਹ ਕਾਰਜ ਹੈ ਸੰਪੰਨ ਕਰਨਾ, ਉਦੋਂ ਵੀ ਕੰਧ ਆਈ ਸੀ ਬਟਾਲੇ ਦੀ ਧਰਤੀ ਤੇ। ਉਹਨਾਂ ਸੋਚਿਆ ਕਿ ਕੰਧ ਡੇਕ ਕੇ ਕੰਮ ਤਮਾਮ ਕਰ ਦਿਓ। ਉਹ ਕੰਧ ਜਿਸ ਤੋਂ ਸ਼ੁਰੂਆਤ ਹੋਈ, ਉਸ ਤੋਂ ਬਾਅਦ ਬਾਬਰ ਦੀ ਹਵਾ ਲਾ ਤੋਂਦੀ ਹੈ, ਲਾਹੌਰ ਦੀ ਤੱਤੀ ਤਵੀ, ਦਿੱਲੀ ਦਾ ਚਾਂਦਨੀ ਚੌਂਕ, ਸਰਸਾ ਦਾ ਕੰਡਾ, ਚਮਕੌਰ ਦੀ ਗੜੀ, ਸਰਹੰਦ ਦੀ ਦੀਵਾਰ, ਖਿਦਰਾਣੇ ਦੀ ਢਾਬ, ਕਦੇ ਜਕਰੀਏ ਦੇ ਆਰੇ, ਕਦੇ ਮੀਰ ਮੰਨੂ ਦੀ ਦਾਤਰੀ, ਕਦੇ ਰੰਬੀਆਂ, ਕਦੇ ਚਰਖੜੀਆਂ, ਕਦੇ ਤੋਪਾਂ, ਕਦੇ ਟੈਂਕ, ਕਦੇ ਫਾਂਸੀਆਂ ਦੇ ਰੱਸੇ, 1469 ਤੋਂ ਲੈ ਕੇ ਅੱਜ ਤੱਕ ਜਦੋਂ ਵੀ ਕੋਈ ਸ਼ਹਾਦਤ ਹੋਈ ਤੇ ਹਰ ਸਮੇਂ ਗੁਰੂ ਕੇ ਸਿੱਖ ਜਿੱਥੇ ਸਤਿਗੁਰਾਂ ਦੇ ਪਰਉਪਕਾਰਾਂ ਵੱਲ ਤੱਕਦੇ ਤੇ ਹੱਸ ਹੱਸ ਕੇ ਕੁਰਬਾਨੀਆਂ ਦੇਣ ਲੱਗੇ, ਸ਼ਹੀਦ ਹੋਣ ਲੱਗੇ, ਇਹ ਆਖਿਆ ਕਰਦੇ ਸਨ, ਸਿੱਖਣ ਕਾਜ ਸੋ ਗੁਰੂ ਸਵਾਰੇ, ਸੀਸ ਦੀਏ ਸਨ ਨਿਜ ਪਰਵਾਰੇ, ਹਮ ਕਾਰਨ ਗੁਰ ਕੁਲੈ ਗਵਾਈ, ਹਮ ਕੁਲ ਰਾਖੈ ਕਵਨ ਵਟਾਈ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਧਰਮ ਦੀ ਚਾਦਰ ਬਣ ਕੇ ਮਨੁੱਖਤਾ ਦੀ ਧਰਮ ਦੀ ਹੱਕ ਸੱਚ ਦੀ ਰਾਖੀ ਕਰਦਿਆਂ ਆਪਣਾ ਆਪ ਕੁਰਬਾਨ ਕੀਤਾ ਹੈ। ਕਿਉਂਕਿ ਜਦੋਂ ਅਸੀਂ ਉਹਨਾਂ ਦੀ ਬਾਣੀ ਵਿੱਚ ਪੜ੍ਹਦੇ ਹਾਂ ਤਿਆਗ ਵੈਰਾਗ ਤੇ ਅਨੁਰਾਗ ਦਾ ਫਲਸਫਾ ਤੇ ਸੱਚਮੁੱਚ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਬਾਣੀ ਵਿੱਚੋਂ ਵੀ ਸਾਨੂੰ ਦਿਖਾਈ ਦਿੰਦੀ ਹੈ ਕਿ ਸਾਹਿਬ ਨੇ ਕੁਰਬਾਨੀ ਦੇ ਦਿੱਤੀ ਪਰ ਉਹਨਾਂ ਦੇ ਫਲਸਫੇ ਨਾਲ ਸਹਿਮਤ ਨਹੀਂ ਹੋਏ, ਕਿਉਂਕਿ ਉਹਨਾਂ ਦਾ ਫਲਸਫਾ ਸੀ ਘਰ ਛੱਡ ਕੇ ਬੱਚੇ ਛੱਡ ਕੇ ਕਿਰਤ ਛੱਡ ਕੇ ਜੰਗਲਾਂ ਵਿੱਚ ਚਲੇ ਜਾਓ। ਤੇ ਗੁਰੂ ਤੇਗ ਬਹਾਦਰ ਸਾਹਿਬ ਬੜੇ ਸਟ੍ਰਿਕਟ ਨੇ, ਉਹਨਾਂ ਦੇ ਬਚਨ ਨੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸੁਭਾਈ ਜਾਕੋ ਜੋਗੀ ਖੋਜ ਤਿਹਾਰੇ ਪਾਇਓ ਨਾਹੀਂ ਤੇ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ। ਸਾਹਿਬ ਕਹਿੰਦੇ ਇਹ ਕਾਹਦਾ ਤਿਆਗ ਹੈ ਵੀ ਘਰ ਤਿਆਗ ਦਿਓ, ਬੱਚੇ ਤਿਆਗ ਦਿਓ, ਕਿਰਤ ਤਿਆਗ ਦਿਓ, ਫਰਜ਼ ਤਿਆਗ ਦਿਓ? ਨਹੀਂ, ਜੇ ਲੋੜ ਪਵੇ ਤੇ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਛੱਡ ਕੇ ਬਾਬਾ ਬਕਾਲਾ ਸਾਹਿਬ ਚਲੇ ਗਏ, ਜੇ ਲੋੜ ਪਈ ਤੇ ਬਾਬਾ ਬਕਾਲਾ ਸਾਹਿਬ ਛੱਡ ਕੇ ਅਨੰਦਪੁਰ ਸਾਹਿਬ ਆ ਗਏ, ਜੇ ਲੋੜ ਪਈ ਧਰਮ ਪ੍ਰਚਾਰ ਲਈ ਤੇ ਅਨੰਦਪੁਰ ਸਾਹਿਬ ਛੱਡ ਕੇ ਸਤਿਗੁਰੂ ਜੀ ਧਰਮ ਪ੍ਰਚਾਰ ਲਈ ਤੁਰੇ, ਤੇ ਜੇ ਮਜ਼ਲੂਮਾਂ ਲਈ ਲੋੜ ਪਈ ਤਿਆਗ ਦੀ ਤੇ ਆਪਣਾ ਤਨ ਤੱਕ ਵੀ ਤਿਆਗ ਦਿੱਤਾ, ਦੱਸ ਦਿੱਤਾ ਕਿ ਅਸਲ ਵਿੱਚ ਤਿਆਗ ਕੀ ਹੈ। ਧੰਨ ਮਾਤਾ ਗੁਜਰ ਕੌਰ ਜੀ, ਕਿੱਡੀ ਮਹਾਨ ਸ਼ਖਸੀਅਤ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਰ ਲੱਗੇ। ਜੇ ਚਾਹੁੰਦੇ ਮਾਤਾ ਗੁਜਰੀ ਜੀ ਤੇ ਅੱਗੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕਦਮਾਂ ਨੂੰ ਰੋਕ ਸਕਦੇ ਸਨ ਵੀ ਇਹ ਭਾਰਤ ਵਰਸ਼ ਹੈ, ਇੱਥੇ ਤੇ ਸਦਾ ਸੁਹਾਗਣ ਰਹਿਣ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਨੇ, ਇੱਥੇ ਤੇ ਲੋਕੀ ਕਰਮ ਕਾਂਡ ਕਰਦੇ ਨੇ, ਭੁੱਖੇ ਰਹਿੰਦੇ ਨੇ, ਮੇਰਾ ਸੁਹਾਗ ਭਾਗ ਕਾਇਮ ਰਵੇ ਭਾਵੇਂ ਕਿਉਂ ਰਹਿੰਦਾ ਕੋਈ ਨਹੀਂ, ਤੇ ਜਿੱਧਰ ਤੁਸੀਂ ਚੱਲੇ ਹੋ ਸੱਚਮੁੱਚ ਤੁਸੀਂ ਉਧਰੋਂ ਵਾਪਸ ਆਉਣਾ ਕੋਈ ਨਹੀਂ, ਤੇ ਮੇਰੇ ਸੁਹਾਗ ਦਾ ਕੀ ਬਣੇਗਾ? ਪਰ ਪਤਾ ਸੀ ਮਾਤਾ ਗੁਜਰ ਕੌਰ ਨੂੰ ਵੀ ਜੇ ਮੈਂ ਆਪਣਾ ਸੁਹਾਗ ਭਾਗ ਬਚਾਉਣੀ ਆ ਤੇ ਕੱਲ ਨੂੰ ਸੂਰਜ ਚੜ੍ਹਨ ਦੀ ਦੇਰ ਹੈ, ਔਰੰਗਜ਼ੇਬ ਨੇ ਲੱਖਾਂ ਸੁਹਾਗ ਉਜਾੜ ਦੇਣੇ ਨੇ। ਕਿੱਡੀ ਵੱਡੀ ਸ਼ਖਸੀਅਤ ਸੀ ਉਸ ਮਾਤਾ ਦੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚੌਥਾ ਧਰਮ ਯੁੱਧ ਲੜ ਕੇ ਫਤਿਹ ਕੀਤਾ, ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਤੱਕਿਆ ਸੀ ਕੋਠੇ ਦੀ ਛੱਤ ਤੇ ਖੜੋ ਕੇ, ਉਸ ਦਿਨ ਤੋਂ ਮਾਂ ਗੁਜਰੀ ਇੰਨੀ ਅਡੋਲ ਹੋ ਗਈ ਕਿ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਗਏ, ਭਾਵੇਂ ਦਿੱਲੀ ਤੋਂ ਸੀਸ ਆਇਆ, ਚਾਹੇ ਰਣਜੀਤ ਨਗਾਰਾ ਵੱਜਿਆ, ਖਾਲਸੇ ਦੀ ਸਾਜਨਾ ਹੋਈ, ਮਸੰਦਾ ਨੇ ਵਿਰੋਧਤਾ ਕੀਤੀ, ਸਰਸਾ ਨਦੀ ਦਾ ਕੰਢਾ ਆਇਆ, ਛੋਟੀਆਂ ਵੱਡੀਆਂ 14 ਜੰਗਾਂ, ਇੱਥੇ ਤੱਕ ਕਿ ਠੰਡਾ ਬੁਰਜ ਸਰਹੰਦ ਦੀ ਦੀਵਾਰ, ਪਰ ਅਖੀਰ ਤੱਕ ਮਾਤਾ ਗੁਜਰ ਕੌਰ ਦਾ ਸਿਦਕ ਅਡੋਲ ਰਿਹਾ। ਸੱਚਮੁੱਚ ਏਡੀ ਮਹਾਨ ਮਾਂ ਹੈ ਸਾਡੇ ਕੋਲ ਜਿਹਦਾ ਕੋਈ ਬਦਲ ਸੰਸਾਰ ਵਿੱਚ ਨਹੀਂ। ਜਦੋਂ ਕਿਸੇ ਮਾਤਾ ਨੇ ਬਾਂਹ ਨਾ ਪਕੜੀ, ਸੱਚਮੁੱਚ ਮਾਂ ਗੁਜਰੀ ਨੇ ਉਸ ਵੇਲੇ ਸੁਹਾਗ ਬਚਾਏ ਸਨ। ਅੱਜ ਵੀ ਹਰ ਸੁਹਾਗਣ ਨੂੰ ਸਵੇਰੇ ਉੱਠ ਕੇ ਮਾਤਾ ਗੁਜਰੀ ਦਾ ਧੰਨਵਾਦ ਕਰਨਾ ਚਾਹੀਦਾ ਹੈ। ਮੈਂ ਕਹਿੰਦਾ ਜਦੋਂ ਸ਼ਹਾਦਤਾਂ ਦੀ ਲੜੀ ਤੁਰੇਗੀ ਤੇ ਜਿੱਥੇ ਅਸੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦਾਂ ਦਾ ਸਰਤਾਜ, ਕਿਉਂਕਿ ਜਿਸ ਦਿਨ ਸਤਿਗੁਰੂ ਜੀ ਲਾਹੌਰ ਦੀ ਤੱਤੀ ਤਵੀ ਤੇ ਬੈਠੇ ਸਨ, ਇੱਕ ਤਾਂ ਉਸ ਵੇਲੇ ਮੁਰਤਜ਼ਾ ਖਾਂ ਜਿਹਨੂੰ ਸ਼ੇਖ ਬੁਖਾਰੀ ਵੀ ਕਿਹਾ ਜਾਂਦਾ ਕਿਉਂਕਿ ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਤਾ ਤੇ ਸ਼ੇਖ ਬੁਖਾਰੀ ਜਿਹੜੇ ਨੇ
ਇਹਨਾਂ ਤਿੰਨਾਂ ਦੀ ਇੱਕ ਐਸੀ ਜੁੰਡਲੀ ਸੀ ਜਿਨ੍ਹਾਂ ਨੇ ਰਲ ਮਿਲ ਕੇ ਜਹਾਂਗੀਰ ਦੇ ਉੱਪਰ ਪੂਰਾ ਦਬਾਅ ਬਣਾਇਆ ਤੇ ਉਧਰ ਚੰਦੂ ਦੀ ਜਿਹੜੀ ਵਿਰੋਧਤਾ ਤੇ ਖਾਸ ਕਰਕੇ ਉਸ ਸਮੇਂ ਗੁਰੂ ਘਰ ਦਾ ਜਿਹੜਾ ਸੱਚ ਦਾ ਸਿਧਾਂਤ ਸੀ ਜਿੱਥੇ ਗੁਰੂ ਅਰਜਨ ਦੇਵ ਜੀ ਪਹਿਰਾ ਦੇ ਰਹੇ ਸਨ, ਘਰ ਵਿੱਚੋਂ ਵੀ ਬਾਬਾ ਪ੍ਰਿਥੀ ਚੰਦ ਵਰਗਿਆਂ ਨੇ ਵਿਰੋਧਤਾ ਕੀਤੀ। ਸੁਲਹੀ ਖਾਂ ਸੁਲਭੀ ਖਾਂ ਆਇਆ, ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਇਆ ਸੀ। ਸੱਚਮੁੱਚ ਜਦੋਂ ਅਸੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਵੇਖਦੇ ਹਾਂ, ਇੱਕ ਪਾਸੇ ਤਾਂ ਮੁਰਤਜ਼ਾ ਖਾਂ ਜਿਹੜਾ ਆ ਕੇ ਵਿਅੰਗ ਕੱਸਦਾ ਵੀ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੱਚ ਦੀ ਆਵਾਜ਼ ਬੜੀ ਬੁਲੰਦ ਹੈ, ਪਰ ਅੱਜ ਇੰਜ ਲੱਗ ਰਿਹਾ ਜਿਵੇਂ ਅਸੀਂ ਚੰਦੂ ਦੀ ਹਵੇਲੀ ਦੀਆਂ ਜਿਹੜੀਆਂ ਕੰਧਾਂ ਨੇ ਉਹਦੇ ਵਿੱਚ ਸੱਚ ਦੀ ਆਵਾਜ਼ ਨੂੰ ਕੈਦ ਕਰ ਲਿਆ। ਸਾਡੀਆਂ ਜਿਹੜੀਆਂ ਅੱਗ ਦੀਆਂ ਲਪਟਾਂ ਨੇ, ਇੰਜ ਲੱਗਦਾ ਤੁਹਾਡੇ ਸੱਚ ਦੀ ਆਵਾਜ਼ ਇਹਨਾਂ ਲਪਟਾਂ ਦੇ ਵਿੱਚ ਖਾਮੋਸ਼ ਹੋ ਗਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਸਰੀਰਾਂ ਨੂੰ ਤੁਸੀਂ ਕੈਦ ਕਰ ਸਕਦੇ ਹੋ, ਕਿਉਂਕਿ ਸਿੱਖੀ ਦਾ ਸਫ਼ਰ ਬਾਬਰ ਦੀ ਕੈਦ ਤੋਂ ਲੈ ਕੇ ਠੰਡੇ ਬੁਰਜ ਦੀ ਕੈਦ ਤੱਕ ਦਾ ਸਫ਼ਰ ਹੈ। ਸੱਚਮੁੱਚ ਇਹ ਲੋਹਗੜ੍ਹ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਦਾ ਸਫ਼ਰ ਹੈ। ਸਾਹਿਬ ਨੇ ਇਹ ਗੱਲ ਪ੍ਰਵਾਨ ਕੀਤੀ ਕਿ ਸਰੀਰਾਂ ਨੂੰ ਕੈਦ ਕੀਤਾ ਜਾ ਸਕਦਾ, ਸਰੀਰਾਂ ਨੂੰ ਦੇਗ ਵਿੱਚ ਉਬਾਲਿਆ ਜਾ ਸਕਦਾ, ਤੁਸੀਂ ਸਤਿਗੁਰੂ ਦੇ ਸਰੂਪ ਦੇ ਸੱਚਮੁੱਚ ਸੀਸ ਤੇ ਧੜ ਵੱਖ ਵੱਖ ਕਰ ਸਕਦੇ ਹੋ, ਸਰੀਰਾਂ ਉੱਪਰ ਇਹ ਸਾਰਾ ਕੁਝ ਹੋ ਸਕਦਾ, ਪਰ ਇਹਦੇ ਬਾਵਜੂਦ ਵੀ ਜਿਹੜੀ ਸੱਚ ਦੀ ਆਵਾਜ਼ ਹੈ ਤੁਸੀਂ ਉਹਨੂੰ ਬੁਲੰਦ ਹੋਣ ਤੋਂ ਕਦੇ ਰੋਕ ਨਹੀਂ ਸਕਦੇ, ਕਦੇ ਤੁਸੀਂ ਉਹਨੂੰ ਆਪਣੀ ਗ੍ਰਿਫਤ ਵਿੱਚ ਜਾਂ ਕੈਦ ਵਿੱਚ ਨਹੀਂ ਰੱਖ ਸਕਦੇ, ਕਿਉਂਕਿ ਸਰੀਰਾਂ ਉੱਪਰ ਤੇਜ ਹਥਿਆਰਾਂ ਨਾਲ ਵਾਰ ਹੋ ਸਕਦੇ ਨੇ, ਪਾਣੀ ਵਿੱਚ ਡੋਬੇ ਜਾ ਸਕਦੇ ਨੇ, ਅੱਗ ਵਿੱਚ ਸਾੜੇ ਜਾ ਸਕਦੇ ਨੇ, ਪਰ ਸੱਚ ਦੀ ਵਿਚਾਰਧਾਰਾ ਨੂੰ ਨਾ ਪਾਣੀ ਡੋਬਦਾ ਹੈ, ਨਾ ਤੇਜ ਹਥਿਆਰ ਕੱਟ ਸਕਦੇ ਨੇ, ਨਾ ਅੱਗ ਸਾੜ ਸਕਦੀ ਹੈ। ਜਦੋਂ ਮੁਰਤਜ਼ਾ ਖਾਨ ਨੇ ਇਹ ਗੱਲ ਕਹੀ ਤੇ ਮੇਰੇ ਸਤਿਗੁਰੂ ਜੀ ਨੇ ਅੱਗੋਂ ਮੋੜਵਾਂ ਉੱਤਰ ਦਿੱਤਾ, ਕਿਸੇ ਕਵੀ ਨੇ ਲਿਖਿਆ ਸਾਹਿਬ ਜੀ ਨੇ ਕਿਹਾ ਸੀ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ। ਸਦਾ ਕਹਿੰਦੇ ਨੇ ਆਵਾਜ਼ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਨੇ ਜਿਹੜੀ ਸੱਚ ਦੀ ਆਵਾਜ਼ ਬੁਲੰਦ ਕੀਤੀ, ਉਹਦੇ ਲਈ ਵੀ ਜਦੋਂ ਅਸੀਂ ਸਰ ਮੁਹੰਮਦ ਇਕਬਾਲ ਹੋਣਾ ਦੇ ਬੋਲ ਪੜ੍ਹਦੇ ਹਾਂ, ਉਹਨਾਂ ਨੇ ਵੀ ਇਹੀ ਲਫ਼ਜ਼ ਵਰਸੇ ਨੇ ਕਿ ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬਸੇ। ਗੁਰੂ ਨਾਨਕ ਮਰਦੇ ਕਾਮਲ ਨੇ, ਦਸ਼ਮੇਸ਼ ਪਿਤਾ ਮਰਦ ਅਗੰਬੜੇ ਨੇ, ਕਿਉਂਕਿ ਗੁਰੂ ਸੱਚਮੁੱਚ ਮਰਦ ਅਗੰਬੜਾ ਮਰਦੇ ਕਾਮਲ ਤੇ ਸਾਡੀ ਮਾਂ ਖੀਵੀ ਵੀ ਮਰਦ ਹੈ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਕਿ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਜਿਹਦੇ ਅੰਦਰ ਗੁਰੂ ਦੀ ਸੋਚ ਹੈ, ਗੁਰੂ ਨੇ ਉਹਨੂੰ ਮਰਦਾਨਾ ਤੇ ਬੰਦੇ ਦਾ ਲਕਬ ਦਿੱਤਾ। ਸਿੱਖੀ ਦਾ ਸਫ਼ਰ ਮਰਦਾਨੇ ਤੋਂ ਲੈ ਕੇ ਬੰਦੇ ਤੱਕ ਦਾ ਸਫ਼ਰ ਹੈ, ਇਹ ਮੇਲ ਜਾਂ ਫੀਮੇਲ ਦਾ ਮਤਲਬ ਨਹੀਂ, ਜਿਹੜਾ ਗੁਰੂ ਦੀ ਚਾਲ ਚੱਲਦਾ ਹੈ ਉਹ ਸੱਚਮੁੱਚ ਮਰਦਾਨਾ ਹੈ, ਉਹ ਚਾਹੇ ਮਾਤਾ ਖੀਵੀ ਹੋਵੇ ਚਾਹੇ ਮਾਈ ਭਾਗੋ ਹੋਵੇ, ਸੱਚਮੁੱਚ ਉਹਨਾਂ ਲਈ ਮਰਦ ਲਫ਼ਜ਼ ਜਿਹੜਾ ਹੈ ਉਹ ਵਰਤਿਆ ਗਿਆ ਤੇ ਸੱਚਮੁੱਚ ਉਸ ਸਦਾ ਨੂੰ ਉਸ ਆਵਾਜ਼ ਨੂੰ ਰੋਕਣ ਵਾਸਤੇ ਯਤਨ ਕੀਤੇ ਗਏ ਤੇ ਸਾਹਿਬ ਨੇ ਕਿਹਾ ਸੀ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਿਨ ਹੈ ਲੇਕਿਨ ਬਦਲਤੇ ਵਕਤ ਕੀ ਰਫ਼ਤਾਰ ਕੌਣ ਰੋਕੇਗਾ, ਫਸ਼ੀਲੇ ਆਤਸ਼ ਆਹਨ ਬਹੁਤ ਬੁਲੰਦ ਹੈ ਸਹੀ ਲੇਕਿਨ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ।
ਦੂਸਰੇ ਆਏ ਸਨ ਸਾਈ ਮੀਆਂ ਮੀਰ ਜੀ, ਜਿਨ੍ਹਾਂ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਸੀ, ਪਾਤਸ਼ਾਹ ਕੁਝ ਦਿਨ ਆਪ ਦੀ ਸੰਗਤ ਕੀਤੀ ਹੈ, ਕੁਝ ਦਿਨ ਮੈਂ ਆਪ ਦੇ ਉਪਦੇਸ਼ ਨੂੰ ਸਰਵਣ ਕੀਤਾ, ਮੇਰੇ ਵਿੱਚ ਇੰਨੀ ਸ਼ਕਤੀ ਹੈ ਕਿ ਮੈਂ ਦਿੱਲੀ ਤੇ ਲਾਹੌਰ ਨੂੰ ਆਪਸ ਵਿੱਚ ਇਵੇਂ ਭੇੜ ਸਕਦਾ ਜਿਵੇਂ ਦੋਵਾਂ ਹੱਥਾਂ ਦੀ ਤਾਲੀ ਵੱਜੇ, ਤੇ ਤੁਸੀਂ ਸਮਰੱਥ ਹੁੰਦਿਆਂ ਪ੍ਰਤੱਖ ਹਰ ਹੁੰਦਿਆਂ ਵੀ ਸ਼ਾਂਤ ਸਰੂਪ ਹੋ ਕੇ ਤੱਤੀ ਤਵੀ ਤੇ ਬੈਠੇ ਹੋ। ਉਦੋਂ ਵੀ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹੇ ਸਨ, ਸਾਈ ਜੀ ਜਿਹੜਾ ਬੀਜ ਇਹ ਕਵੇ ਵੀ ਮੈਨੂੰ ਘਰ ਤੋਂ ਬਾਹਰ ਨਾ ਕੱਢਿਓ, ਮੈਨੂੰ ਖੇਤਾਂ ਵਿੱਚ ਨਾ ਲੈ ਕੇ ਜਾਇਓ, ਮੈਨੂੰ ਮਿੱਟੀ ਵਿੱਚ ਨਾ ਮਿਲਾਇਓ, ਉਹ ਬੀਜ ਜਾਂ ਤਾਂ ਲੋਕੀ ਚੱਕੀ ਤੇ ਭੇਜ ਕੇ, ਖਰਾਸ ਤੇ ਭੇਜ ਕੇ ਉਹਦਾ ਆਟਾ ਪੀਸ ਕੇ ਖਾ ਜਾਂਦੇ ਨੇ, ਜਾਂ ਘਰਾਂ ਵਿੱਚ ਪਏ ਨੂੰ ਘੁਣ ਲੱਗ ਕੇ ਉਹ ਬਿਲਕੁਲ ਖਤਮ ਹੋ ਜਾਂਦਾ। ਜਿਹੜਾ ਬੀਜ ਡਰਦਾ ਰਵੇ ਮੈਂ ਮਿੱਟੀ ਵਿੱਚ ਨਾ ਮਿਲਾਂ, ਉਹ ਫੁੱਲ ਤੇ ਫਲ ਤੱਕ ਕਿਵੇਂ ਪਹੁੰਚੇਗਾ, ਵਿਸਥਾਰ ਕਿਵੇਂ ਕਰੇਗਾ। ਕਿਸੇ ਕਵੀ ਨੇ ਲਿਖਿਆ ਕਿ ਮਿਟਾ ਦੇ ਆਪਣੀ ਹਸਤੀ ਕੋ ਗਰ ਮਰਤਬਾ ਚਾਹੇ, ਕਿ ਦਾਨਾ ਖਾਕ ਤੇ ਮਿਲ ਕਰ ਗੁਲੇ ਗੁਲਜ਼ਾਰ ਹੁੰਦਾ ਹੈ। ਸਾਹਿਬ ਕਹਿਣ ਲੱਗੇ ਅੱਜ ਜਿਹੜੀ ਬੀਜ ਮਾਤਰ ਅਸੀਂ ਸ਼ਹਾਦਤ ਦੇਣ ਲੱਗੇ ਹਾਂ, ਵੇਖਿਓ ਸਾਈ ਜੀ ਇਹਦਾ ਕਿੱਡਾ ਵਿਸਤਾਰ ਹੋਣਾ, ਇਹਦੇ ਟਾਣੇ ਜਾਣੇ ਨੇ ਚਾਂਦਨੀ ਚੌਂਕ ਤੱਕ, ਇਹਦੇ ਫੁੱਲ ਖਿੜਨਗੇ ਚਮਕੌਰ ਦੀ ਗੜੀ ਵਿੱਚ, ਇਹਦੀਆਂ ਕਲੀਆਂ ਤੋੜ ਕੇ ਕੋਈ ਸਰਹੰਦ ਦੀ ਦੀਵਾਰ ਵਿੱਚ ਵੀ ਚਿਣੇਗਾ। ਲੱਖਾਂ ਤਰ੍ਹਾਂ ਦੇ ਤੂਫਾਨ, ਲੱਖਾਂ ਤਰ੍ਹਾਂ ਦੀ ਪੱਤਝੜ, ਲੱਖਾਂ ਤਰ੍ਹਾਂ ਦਾ ਸੋਕਾ ਆਵੇ, ਪਰ ਇਸ ਬੂਟੇ ਤੇ ਕਦੇ ਤੁਸੀਂ ਸੋਕਾ ਨਹੀਂ ਵੇਖੋਗੇ। ਇਹਦੇ ਤੇ ਸਦਾ ਬਸੰਤ ਦਾ ਖੇੜਾ, ਸਦਾ ਇਹਦੇ ਤੇ ਬਹਾਰ ਬਣੀ ਰਹੇਗੀ, ਕਿਉਂਕਿ ਇਸ ਬੂਟੇ ਨੂੰ ਅਸੀਂ ਆਪਣਾ ਖੂਨ ਦਾ ਜਲ ਪਾ ਕੇ, ਪਾਣੀ ਪਾ ਕੇ ਸਿੰਜ ਕੇ ਜਾਣਾ। ਕਿਸੇ ਕਵੀ ਨੇ ਸਤਿਗੁਰਾਂ ਦੇ ਇਸ ਭਾਵ ਨੂੰ ਅੰਕਿਤ ਕੀਤਾ ਕਿ ਸਾਹਿਬ ਨੇ ਕਿਹਾ ਸੀ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿੜ ਜਾਣਗੇ ਸਾਰੇ ਸੰਸਾਰ ਅੰਦਰ, ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਉੱਠੂ ਚਮਕੌਰ ਦੀ ਜੂਹ ਸਾਰੀ ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਸਦਾ ਰਹੇਗੀ ਬਣੀ ਬਹਾਰ ਇਸ ਤੇ ਲਾਗੇ ਖਿਜਾਨ, ਇਸ ਦੇ ਟੁੱਕਣਾ ਨਹੀਂ ਓਏ ਲੱਗੀ ਔੜ, ਤੇ ਇਸ ਨੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਸਾਹਿਬ ਕਹਿਣ ਲੱਗੇ ਅੱਜ ਬੀਜ ਮਾਤਰ ਸ਼ਹਾਦਤ ਦੇ ਕੇ ਚੱਲੇ ਆ, ਵੇਖਿਓ ਇਹਦਾ ਕਿੱਡਾ ਵੱਡਾ ਵਿਸਥਾਰ ਹੋਣਾ। ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿਹਦੇ ਬਾਰੇ ਅਸੀਂ ਪੜ੍ਹਦੇ ਹਾਂ ਕਿ ਸਤਿਗੁਰ ਤੇਗ ਬਹਾਦਰ ਦੇ ਬਾਜ ਹਿੰਦ ਤੇ ਚਾਦਰ ਕਿਸੇ ਕੀ ਪ੍ਰੇਮ ਦੀ ਤਾਨਣੀ ਹੈ, ਉਸ ਪਿਆਰੇ ਸਤਿਗੁਰੂ ਦਾ ਸੀਸ ਤੱਕ ਕੇ ਸੀਨਾ ਹੋ ਰਿਹਾ ਛਾਨਣੀ ਛਾਨਣੀ ਹੈ, ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ ਪਰਲੋ ਤੀਕ ਸੰਸਾਰ ਨੇ ਜਾਣਨੀ ਹੈ, ਉਹ ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ ਜਿਹਦੀ ਚਾਂਦਨੀ ਚੌਂਕ ਵਿੱਚ ਚਾਨਣੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅਗਰ ਆਪਣਾ ਸੀਸ ਨਾ ਦਿੰਦੇ ਤੇ ਅੱਜ ਜਿਹੜੀ ਹਿੰਦੁਸਤਾਨ ਦੀ ਭਾਰਤ ਦੀ ਆਪਾਂ ਸੰਸਕ੍ਰਿਤੀ ਵੇਖ ਰਹੇ ਹਾਂ ਇਹ ਬਿਲਕੁਲ ਖਤਮ ਹੋ ਜਾਣੀ ਸੀ, ਕਿਉਂਕਿ ਮਹਾਕਵੀ ਭਾਈ ਸੰਤੋਖ ਸਿੰਘ ਹੋਰਾਂ ਨੇ ਲਿਖਿਆ ਛਾਏ ਜਾਤੀ ਏਕਤਾ ਅਨੇਕਤਾ ਵਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਹੀ ਪਰਪੱਕ ਜਾਤੇ, ਧਰਮਤ ਸੱਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ ਦੇਵੀ ਦੇਵਾ ਦੇਹੁਰਾ ਸੰਤੋਖ ਸਿੰਘਾ ਦੂਰ ਹੋਤੇ, ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ। ਅਗਰ ਮੇਰੇ ਸਤਿਗੁਰੂ ਜੀ ਇਹ ਧਰਮ ਯੁੱਧ ਨਾ ਲੜਦੇ, ਆਪਣਾ ਸਰਬੰਸ ਕੁਰਬਾਨ ਨਾ ਕਰਵਾਉਂਦੇ, ਇੰਨੀਆਂ ਮਹਾਨ ਸ਼ਹਾਦਤਾਂ ਨਾ ਹੁੰਦੀਆਂ, ਤੇ ਜਿਹੜੀ ਅੱਜ ਆਪਾਂ ਸੰਸਕ੍ਰਿਤੀ ਵੇਖ ਰਹੇ ਹਾਂ ਇਹ ਸਾਨੂੰ ਦਿਖਾਈ ਨਹੀਂ ਸੀ ਦੇਣੀ। ਜਦੋਂ ਕਿਤੇ ਤੁਸੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਨ ਵਾਸਤੇ ਜਾਓ, ਉੱਥੇ ਜਦੋਂ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਤੇ ਦੋ ਤਰ੍ਹਾਂ ਦਾ ਇਤਿਹਾਸ ਦੱਸਿਆ ਜਾਂਦਾ ਹੈ, ਇੱਕ ਉਹ ਜਿਹੜੇ ਸ਼ੁਰੂ ਤੋਂ ਉੱਥੇ ਸੁਸ਼ੋਭਿਤ ਨੇ ਤੇ ਇੱਕ ਉਹ ਸ਼ਸਤਰ ਜਿਹੜੇ ਇੰਗਲੈਂਡ ਤੋਂ ਵਾਪਸ ਮੰਗਾਏ ਗਏ ਸਨ। ਸੱਚਮੁੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਤੇ ਜਦੋਂ ਅੱਜ ਅਸੀਂ ਸ਼ਹਾਦਤ ਬਾਰੇ ਪੜਾਂਗੇ, ਇਹ ਠੀਕ ਹੈ ਕਿ ਆਦਿ ਕਾਲ ਤੋਂ ਪ੍ਰਭੂ ਪਿਆਰੇ ਸਮਾਜ ਸੇਵਕ ਆਪਣੇ ਹੱਕਾਂ ਲਈ ਆਪਣੇ ਧਰਮ ਲਈ ਆਪਾਂ ਕੁਰਬਾਨ ਕਰਦੇ ਹੋਏ ਸਾਨੂੰ ਇਤਿਹਾਸ ਦੇ ਪੰਨਿਆਂ ਤੇ ਦਿਸਦੇ ਨੇ, ਪਰ ਇਹ ਪਹਿਲੀ ਵਾਰ ਸੀ ਕਿ ਜਿਨ੍ਹਾਂ ਦੇ ਧਰਮ ਵਿੱਚ ਆਪਣਾ ਵਿਸ਼ਵਾਸ ਤੱਕ ਵੀ ਨਾ ਹੋਵੇ, ਜਦੋਂ ਉਹਨਾਂ ਦੀ ਬਾਂਹ ਪਕੜ ਲਈ ਫਿਰ ਸਿਰ ਭਾਵੇਂ ਕੱਟਿਆ ਗਿਆ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਬਾਂਹ ਨਾ ਛੱਡੀ। ਇਹ ਬਿਰਧ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ, ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹ ਨਾ ਛੋਡੀਐ। ਇਹੀ ਬੋਲ ਸਾਹਿਬਜ਼ਾਦਿਆਂ ਨੇ ਕਹੇ ਸਨ ਕਿ ਸੱਚਮੁੱਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹਾਂ, ਹਮਰੇ ਬੰਸ ਰੀਤ ਇਮ ਆਈ ਸੀਸ ਦੀਏ ਪਰ ਧਰਮ ਨਾ ਜਾਈ। ਅਸੀਂ ਸਿਰ ਦੇ ਸਕਦੇ ਹਾਂ ਪਰ ਅਸੀਂ ਕਦੇ ਧਰਮ ਨਹੀਂ ਤਿਆਗਦੇ। ਬਹੁਤੇ ਲੋਕ ਸਿਰ ਬਚਾਉਣ ਵਾਸਤੇ ਧਰਮ ਦਾ ਤਿਆਗ ਕਰ ਦਿੰਦੇ ਨੇ, ਪਰ ਗੁਰੂ ਦਾ ਇਤਿਹਾਸ, ਸਾਹਿਬਜ਼ਾਦਿਆਂ ਦਾ ਇਤਿਹਾਸ ਜਾਂ ਸਿੱਖਾਂ ਦਾ ਇਤਿਹਾਸ ਜਦੋਂ ਆਪਾਂ ਪੜਾਂਗੇ, ਉਹਨਾਂ ਨੇ ਸਿਰ ਦਿੱਤੇ ਨੇ ਪਰ ਸੱਚਮੁੱਚ ਆਪਣਾ ਜਿਹੜਾ ਧਰਮ ਸੀ ਉਹ ਨਹੀਂ ਤਿਆਗਿਆ। ਦੋ ਤਰ੍ਹਾਂ ਦੀਆਂ ਸ਼ਹਾਦਤਾਂ ਨੇ, ਇੱਕ ਜੁਝਾਰੂ ਤੇ ਦੂਸਰੀਆਂ ਸ਼ਾਂਤਮਈ। ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸ਼ਾਂਤਮਈ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਲੜੀਆਂ ਗਈਆਂ ਧਰਮ ਯੁੱਧਾਂ ਵਿੱਚ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਉਹ ਜੁਝਾਰੂ ਸ਼ਹਾਦਤਾਂ ਨੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸ਼ਾਂਤਮਈ ਹੈ। ਵੱਡੇ ਸਾਹਿਬਜ਼ਾਦੇ ਜੂਝ ਕੇ ਸ਼ਹੀਦ ਹੋਏ ਨੇ, ਭਾਈ ਮਨੀ ਸਿੰਘ ਹੋਣਾ ਦੀ ਸ਼ਹਾਦਤ ਸ਼ਾਂਤਮਈ ਹੈ। ਕਿੰਨੀ ਸ਼ਾਂਤਮਈ ਕਿ ਜਿਹੜਾ ਜਲਾਦ ਟੋਕਾ ਪਕੜ ਕੇ ਆਉਂਦਾ ਤੇ ਉਹਨੂੰ ਵੀ ਭਾਈ ਮਨੀ ਸਿੰਘ ਜੀ ਧੀਰਜ ਦਿੰਦੇ ਨੇ ਵੀ ਜਦੋਂ ਅਸੀਂ ਨੀ ਡੋਲ ਰਹੇ ਤੇ ਤੂੰ ਕਿਉਂ ਡੋਲਦਾ। ਕਿਸੇ ਕਵੀ ਨੇ ਲਿਖਿਆ ਕਿ ਭਾਈ ਮਨੀ ਸਿੰਘ ਹੋਰਾਂ ਨੇ ਕਿਹਾ ਸੀ, ਜਦ ਟੋਕਾ ਪਕੜ ਜਲਾਦ ਆਇਆ, ਜਦੋਂ ਗੁੱਟ ਉੱਤੇ ਉਸ ਹੱਥ ਪਾਇਆ, ਤਦ ਭਾਈ ਮਨੀ ਸਿੰਘ ਬੋਲ ਕਹੇ, ਵੋ ਮਰਦ ਜੋ ਕਾਮਲ ਕੌਲ ਰਹੇ। ਇਹ ਵੇਲਾ ਨੀ ਗੱਲ ਤੋਂ ਹਟਣ ਦਾ, ਓਏ ਤੈਨੂੰ ਹੁਕਮ ਹੀ ਬੰਦ ਬੰਦ ਕੱਟਣ ਦਾ, ਜੋ ਹੋਣਾ ਹੈ ਨਾ ਮੁੜਨਾ ਹੈ, ਤੂੰ ਕੱਟਣਾ ਹੈ ਮੈਂ ਜੁੜਨਾ ਹੈ, ਤੂੰ ਪਰ ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਜਲਾਦ ਵਿੱਚੋਂ ਵੀ ਰੱਬ ਦਿਸੀ ਜਾਂਦਾ। ਕਿੱਡੀ ਸ਼ਾਂਤਮਈ ਸ਼ਖਸੀਅਤ ਭਾਈ ਮਨੀ ਸਿੰਘ ਹੋਰਾਂ ਦੀ।
ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ ਦੇ ਵਿੱਚ 18 ਸ਼ੇਰ ਦਾ 2 ਧਾਰਾ ਖੰਡਾ ਖੜਕਾਉਂਦੇ ਹੋਏ ਜਝਾਰੂ ਸ਼ਹਾਦਤ ਪ੍ਰਾਪਤ ਕਰਦੇ ਨੇ। ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਜਝਾਰੂ ਸ਼ਹਾਦਤ ਹੈ, ਉਹ ਜੂਝ ਕੇ ਸ਼ਹੀਦ ਹੋਏ ਨੇ। ਤੇ ਅੱਜ ਤੱਕ ਜਿੰਨੀਆਂ ਆਪਾਂ ਸ਼ਹਾਦਤਾਂ ਵੇਖਦੇ ਹਾਂ ਬਹੁਤ ਸਾਰੀਆਂ ਸ਼ਹਾਦਤਾਂ ਸ਼ਾਂਤਮਈ ਵੀ ਨੇ ਤੇ ਜਝਾਰੂ ਵੀ ਨੇ, ਕਿਉਂਕਿ ਇਹ ਗੁਣ ਸਤਿਗੁਰਾਂ ਨੇ ਆਪਣਾ ਸਰਬੰਸ ਤੱਕ ਕੁਰਬਾਨ ਕਰਕੇ ਕੌਮ ਦੇ ਵਿੱਚ ਭਰੇ ਨੇ। ਜੇ ਧਰਮ ਯੁੱਧ ਵੀ ਲੜੇ ਗਏ ਤੇ ਉਹਦਾ ਵੀ ਇੱਕੋ ਮਕਸਦ ਸੀ ਕਿ ਅਮਨ ਤੇ ਸ਼ਾਂਤੀ ਬਹਾਲ ਹੋ ਸਕੇ। ਜੋਗੀ ਅੱਲਾ ਜਾਰ ਖਾਂ ਨੇ ਲਿਖਿਆ ਕਿ ਸਾਹਿਬ ਕਲਗੀਧਰ ਪਾਤਸ਼ਾਹ ਕਿਆ ਕਰਦੇ ਸਨ, ਬਿਨਾਂ ਵਜ੍ਹਾ ਹਮ ਖੁਦ ਨਹੀਂ ਚਾਹਤੇ ਕਿ ਜੰਗ ਹੋ, ਹਾਂ ਉਸੇ ਲੜੇਂਗੇ ਜਿਸੇ ਲੜਨੇ ਕੀ ਉਹ ਮੰਗ ਹੋ। ਸਾਹਿਬ ਕਹਿੰਦੇ ਤਾਂ ਅਸੀਂ ਵੀ ਨਹੀਂ ਸਾਂ ਚਾਹੁੰਦੇ ਕਿ ਜੰਗ ਯੁੱਧ ਹੋਣ, ਖੂਨ ਰੋੜਿਆ ਜਾਵੇ, ਕਿਉਂਕਿ ਸਤਿਗੁਰਾਂ ਦਾ ਮਨੋਰਥ ਬੰਦੇ ਮਾਰਨਾ ਨਹੀਂ ਸੀ। ਸਤਿਗੁਰਾਂ ਦੇ ਤੀਰਾਂ ਅੱਗੇ ਤਾਂ ਸੋਨਾ ਲੱਗਾ ਹੁੰਦਾ ਸੀ। ਸਤਿਗੁਰੂ ਤਾਂ ਪਾਰੋਪਕਾਰ ਕਰਕੇ ਦੱਸਣਾ ਚਾਹੁੰਦੇ ਸਨ ਕਿ ਤੁਸੀਂ ਕਿੰਨੇ ਕੁ ਪਾਣੀ ਵਿੱਚੋਂ, ਤੁਹਾਡੇ ਵਿੱਚੋਂ ਕੋਈ ਸਾਡੇ ਸਾਹਮਣੇ ਨਹੀਂ ਖੜੋ ਸਕਦਾ। ਇਸ ਕਰਕੇ ਗਰੀਬ ਨਵਾਜ ਨੇ ਜ਼ਫਰਨਾਮੇ ਵਿੱਚ ਵੀ ਸਪਸ਼ਟ ਕੀਤਾ ਕਿ ਗੁਲਸ਼ਨੇ ਚ ਕਾਰੇ ਕੁਨਦ ਚੇਹਰ ਨਾਰ ਕੇ ਦਹਿ ਲੱਖ ਬਰਾਇਦ ਬਰੂ ਬੇਖਬਰ। ਜਦੋਂ ਸੱਚਮੁੱਚ 10 ਲੱਖ ਦੀ ਗਿਣਤੀ ਵਿੱਚ ਸੈਨਾ ਚੜ ਕੇ ਆ ਗਈ ਤੇ 40 ਗੁਰਸਿੱਖਾਂ ਨੇ ਕਿੱਡੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ, ਭਾਵੇਂ 10 ਨੂੰ ਮਾਰ ਕੇ ਸ਼ਹੀਦ ਹੋਏ, ਭਾਵੇਂ 20 ਨੂੰ ਮਾਰ ਕੇ ਸ਼ਹੀਦ ਹੋਏ, ਪਰ ਇੱਕ ਜਜ਼ਬਾ ਸੀ ਕਿ ਜੇ ਸਾਹਮਣੇ ਲੱਖਾਂ ਦੀ ਗਿਣਤੀ ਵਿੱਚ ਵੀ ਸੈਨਾ ਚੜ ਕੇ ਆਈ ਹੈ ਤੇ ਕਿਸੇ ਤਰ੍ਹਾਂ ਦਾ ਮਨ ਵਿੱਚ ਕੋਈ ਖੌਫ ਨਹੀਂ। ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਨਾ ਤੇ ਉੱਥੇ ਜੋਗੀ ਅੱਲਾ ਜਾਰ ਖਾਂ ਨੇ ਜ਼ਿਕਰ ਵੀ ਕੀਤਾ, ਕਹਿਣ ਲੱਗੇ ਜਿਸ ਦਮ ਅਨੰਦਪੁਰ ਮੇਂ ਸਤਿਗੁਰ ਮੁਕੀਮ ਥੇ, ਹਮ ਰਾਹ ਘਰ ਕੇ ਲੋਗ ਥੇ, ਅਰ ਕੁਛ ਨਦੀਮ ਥੇ, ਕਿਲ੍ਹਾ ਕੋ ਚਾਰੇ ਤਰਫ ਸੇ ਘੇਰੇ ਗਨੀਮ ਥੇ। ਕਹਿਣ ਲੱਗੇ ਜਦੋਂ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਸੀ ਤੇ ਸੱਚਮੁੱਚ ਰਿਜਕ ਸੇ ਟੂਟੇ ਸਿੰਘਾਂ ਦਿਲ ਦੋ ਨੀਮ ਥੇ, ਪਿਆਸੇ ਥੇ ਅਰ ਭੂਖ ਕੀ ਸਿੱਧਤ ਕਮਾਲ ਥੀ, ਥੀ ਮੁਖਤਸਰ ਸੀ ਫੌਜ ਉਹ ਵੀ ਨਡਾਲ ਥੀ। ਜਦੋਂ ਸੱਚਮੁੱਚ ਰਸਤੇ ਦੇ ਵਿੱਚ ਉਹਨਾਂ ਕੀਤੇ ਹੋਏ ਆਪਣੇ ਕੌਲ ਤੋੜ ਦਿੱਤੇ, ਹਮਲਾ ਕੀਤਾ ਤੇ ਗੁਰੂ ਕੇ ਸਿੱਖ ਇੰਨੀ ਬਹਾਦਰੀ ਦੇ ਨਾਲ ਜੂਝੇ ਕਿ ਜੋਗੀ ਅੱਲਾ ਜਾਰ ਖਾਂ ਨੇ ਇਸ ਗੱਲ ਦੀ ਸਾਖੀ ਭਰੀ ਹੈ ਕਿ ਏਕ ਆਨ ਮੈਂ ਮੈਦਾਨ ਕੋ ਚੁਰੰਗ ਕਰ ਦਿਆ, ਰੁਸਤਮ ਵੀ ਸਾਹਮਣੇ ਆਇਆ ਤੋ ਦੰਗ ਕਰ ਦਿਆ। ਦੱਸ ਦਿੱਤਾ ਕਿ ਅਗਰ ਰੁਸਤਮ ਵਰਗਾ ਬਹਾਦਰ ਵੀ ਸਾਡੇ ਸਾਹਮਣੇ ਆਵੇਗਾ ਤੇ ਉਹਨੂੰ ਮੂੰਹ ਦੀ ਖਾਣੀ ਪਵੇਗੀ। ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜੇ ਜੰਗਾਂ ਯੁੱਧਾਂ ਦੇ ਸਮੇਂ ਵੀ ਵੇਖੋ ਧਰਮ ਦੇ ਪਾਰੋਪਕਾਰ ਕੀਤੇ, ਅੱਜ ਵੀ ਸੰਸਾਰ ਦੇ ਇਤਿਹਾਸ ਵਿੱਚ ਜਦੋਂ ਲੋਕ ਜੰਗਾਂ ਯੁੱਧਾਂ ਦਾ ਇਤਿਹਾਸ ਪੜ੍ਹਦੇ ਨੇ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਖਸੀਅਤ ਅੱਗੇ ਸੀ ਝੁੱਕ ਜਾਂਦਾ ਹੈ ਕਿ ਏਡਾ ਅਸਾਵਾਂ ਯੁੱਧ ਵੀ ਇੱਕ ਪਾਸੇ 10 ਲੱਖ ਦੀ ਗਿਣਤੀ ਤੇ ਦੂਸਰੇ ਪਾਸੇ 40 ਤੇ ਫੇਰ ਵੀ ਇਹਨਾਂ ਧਰਮ ਯੁੱਧਾਂ ਦੇ ਵਿੱਚ ਧਰਮ ਜਿਹੜਾ ਸੀ ਉਹਨੂੰ ਬਰਕਰਾਰ ਰੱਖਿਆ ਗਿਆ। ਜਦੋਂ ਅਨੰਦਪੁਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਜਿਹੜੇ ਇੰਗਲੈਂਡ ਤੋਂ ਸ਼ਸਤਰ ਵਾਪਸ ਆਏ ਸਨ, ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ, ਇੱਧਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਉਸ ਵੇਲੇ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਸ਼ਰਮ, ਉਹਨਾਂ ਨੇ ਜਾ ਕੇ ਜਦੋਂ ਦਿੱਲੀ ਏਅਰਪੋਰਟ ਤੇ ਸਤਿਕਾਰ ਕੀਤਾ ਤੇ ਭਾਰਤ ਦੇ ਵੱਖਰੇ ਵੱਖਰੇ ਕੋਨਿਆਂ ਵਿੱਚ ਸ਼ਸਤਰਾਂ ਦੇ ਦਰਸ਼ਨ ਕਰਵਾ ਕੇ ਜਦੋਂ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਕਰਨੇ ਸਨ ਤੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜੀ ਸ਼ਰਮ ਵੇਖ ਰਹੇ ਸਨ
ਕਿ ਸਮੇਂ ਦੇ ਪ੍ਰਧਾਨ ਮੰਤਰੀ ਨੇ ਸ਼ਸਤਰਾਂ ਨੂੰ ਹੱਥਾਂ ਵਿੱਚ ਪਕੜਿਆ, ਆਪਣੇ ਮੱਥੇ ਨਾਲ ਲਾਇਆ ਤੇ ਰੋ ਰੋ ਕੇ ਕਿਹਾ, ਐ ਗੁਰੂ ਕਲਗੀਧਰ ਪਾਤਸ਼ਾਹ ਜੀ, ਉਸ ਵੇਲੇ ਤੁਸੀਂ ਇਹ ਸ਼ਸਤਰ ਨਾ ਚੁੱਕਦੇ ਤੇ ਅੱਜ ਇਹ ਸੰਸਕ੍ਰਿਤੀ ਸਾਨੂੰ ਦਿਖਾਈ ਨਹੀਂ ਸੀ ਦੇਣੀ। ਕਵੀ ਸਨ ਗਿਆਨੀ ਸ਼ਰਮ ਸਿੰਘ ਜੀ ਸ਼ਰਮ ਜਥੇਦਾਰ ਸਾਹਿਬ, ਰਸਤੇ ਵਿੱਚ ਆਉਂਦਿਆਂ ਉਹਨਾਂ ਨੇ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਸ਼ਸਤਰਾਂ ਨੂੰ ਮੁੱਖ ਰੱਖਦਿਆਂ ਇੱਕ ਕਵਿਤਾ ਉਚਾਰਨ ਕੀਤੀ ਜਿਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਖਸੀਅਤ ਕਿਹੋ ਜੀ ਸੀ। ਉਹਨਾਂ ਨੇ ਬੜਾ ਸੁੰਦਰ ਲਿਖਿਆ ਕਿ ਉਂਝ ਤਾਂ ਦੁਨੀਆਂ 'ਚ ਬਥੇਰੇ ਨੇ ਸ਼ਸਤਰ, ਪਰ ਇਹਨਾਂ ਵਿੱਚ ਵਾਧਾ ਏ ਕਿ ਤੇਰੇ ਨੇ ਸ਼ਸਤਰ, ਇਹਨਾਂ ਸ਼ਸਤਰਾਂ ਤੇ ਹੱਕ ਹੈ ਸਾਰਿਆਂ ਦਾ, ਇਕੱਲੇ ਤੇਰੇ ਨਾ ਮੇਰੇ ਨੇ ਸ਼ਸਤਰ। ਇਹ ਸ਼ਸਤਰ ਨੇ ਕਿਸੇ ਆਦਰਸ਼ ਦੇ ਲਖਾਇਕ, ਧਰਮ ਦੀ ਧੁਜਾ ਦੇ ਫਰੇਰੇ ਨੇ ਸ਼ਸਤਰ, ਇਹ ਸ਼ਸਤਰ ਨੇ ਨਸਤਰ ਗੁਰੂ ਵੈਦ ਦੇ, ਰੋਗੀ ਦੇ ਮਿੱਤਰ ਭਲੇਰੇ ਨੇ ਸ਼ਸਤਰ, ਇਹਨਾਂ ਸ਼ਸਤਰਾਂ ਨੇ ਸ਼ਰਮ ਰੱਖੀ ਵਤਨ ਦੀ, ਤਾਂਹੀਓ ਪੂਜਦਾ ਵਤਨ ਅੱਜ ਤੇਰੇ ਨੇ ਸ਼ਸਤਰ। ਐ ਗੁਰੂ ਕਲਗੀਧਰ ਪਾਤਸ਼ਾਹ ਜੀ, ਅੱਜ ਵਤਨ ਤੇਰੇ ਸ਼ਸਤਰਾਂ ਦਾ ਸਤਿਕਾਰ ਕਰ ਰਿਹਾ ਹੈ ਤੇ ਇਹਦਾ ਮਤਲਬ ਇਹਨਾਂ ਸ਼ਸਤਰਾਂ ਕਰਕੇ ਇੱਥੋਂ ਦੀ ਸੰਸਕ੍ਰਿਤੀ ਜਿਹੜੀ ਹੈ ਉਹ ਬਚੀ ਹੈ। ਮੇਰੇ ਸਤਿਗੁਰੂ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਮੈਂ ਸੰਖੇਪ ਵਿੱਚ ਆਪ ਨਾਲ ਜ਼ਿਕਰ ਕਰਨਾ ਚਾਹੁੰਦਾ ਕਿ ਸਰਸਾ ਨਦੀ ਦੇ ਕੰਢੇ ਤੇ ਦੀਵਾਨ ਸੱਜਿਆ, ਅੰਮ੍ਰਿਤ ਵੇਲੇ ਦੀ ਸੰਭਾਲ ਹੋਈ। ਉੱਥੇ ਜੋਗੀ ਅੱਲਾ ਜਾਰ ਖਾਂ ਨੇ ਲਿਖਿਆ ਥਾ, ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜੋ ਕੇ ਜੀਰੋ ਬੰਮ ਕਾ ਚੜਾਓ ਉਤਾਰ ਕਾ, ਮਨਸ਼ਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ। ਭਜਨ ਕਰ ਲੈ ਕਰਦਗਾਰ ਕਾ, ਮਨ ਵਿੱਚ ਇੱਕ ਉਮੰਗ ਸੀ ਸੱਚਮੁੱਚ, ਜਦੋਂ ਇਸ ਤਰ੍ਹਾਂ ਦੀ ਇੱਛਾ ਸੀ ਮਨ ਦੇ ਵਿੱਚ ਤੇ ਲੱਖਾਂ ਰੁਕਾਵਟਾਂ ਵੀ ਨਿਤਨੇਮ ਤੋਂ ਜਾਂ ਜਿਹੜਾ ਗੁਰਮਤ ਸਮਾਗਮ ਸੀ ਉਹਦੇ ਵਿੱਚ ਕੋਈ ਵਿਘਨ ਨਾ ਪਾ ਸਕੀਆਂ, ਅਣਗਿਣਤ ਸੈਨਾ ਚੜ ਕੇ ਆ ਗਈ, ਪਰ ਫਿਰ ਵੀ ਸਰਸਾ ਨਦੀ ਦੇ ਕੰਢੇ ਤੇ ਨਿਤਨੇਮ ਕੀਤਾ ਗਿਆ, ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਗਈ। ਜਦੋਂ ਸਰਸਾ ਨਦੀ ਤੋਂ ਬਾਅਦ ਪਰਿਵਾਰ ਜਿਹੜਾ ਸੀ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ, ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ, ਪੰਜ ਪਿਆਰੇ ਸਾਹਿਬਾਨ, ਦੋ ਵੱਡੇ ਸਾਹਿਬਜ਼ਾਦੇ ਤੇ ਕੁੱਲ ਗਿਣਤੀ ਸਿੱਖਾਂ ਦੀ ਜਿਹਦਾ ਜ਼ਿਕਰ ਆਉਂਦਾ 40। ਸਤਿਗੁਰੂ ਜੀ ਚਮਕੌਰ ਦੀ ਗੜੀ ਵੱਲ ਚਲੇ ਗਏ, ਇੱਕ ਪਾਸੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਨਾਲ ਨੇ ਕੁੰਮੇ ਮਾਸਕੀ ਦੇ ਘਰ ਰਾਤ ਕੱਟ ਕੇ ਗੰਗੂ ਰਸੋਈਏ ਦੇ ਨਾਲ ਉਹਦੇ ਪਿੰਡ ਖੇੜੀ ਵੱਲ ਚਲੇ ਗਏ। ਗੰਗੂ ਰਸੋਈਆ ਪਹਿਲਾਂ ਵਫ਼ਾਦਾਰ ਸੀ ਪਰ ਫਿਰ ਲੋਭ ਲਾਲਚ ਦੇ ਕਾਰਨ ਵੇਖੋ ਉਹ ਨਮਕ ਹਰਾਮੀ ਬਣਿਆ, ਜਿਹਦੇ ਬਾਰੇ ਇਤਿਹਾਸ ਵਿੱਚ ਆਉਂਦਾ ਹੈ ਕਿ ਇਸ ਦੁਨੀਆ ਸੇ ਆਪਣੇ ਨਾਮ ਕੋ ਬਦਨਾਮ ਕਰ ਗਿਆ, ਦੁਸ਼ਮਣ ਵੀ ਜੋ ਨਾ ਕਰਤਾ ਵੋ ਜੇ ਕਾਮ ਕਰ ਗਿਆ। ਆਹ ਵੇਖੋ ਸਾਡੇ ਘਰਾਂ ਵਿੱਚ ਕੁੱਤਾ ਹੁੰਦਾ ਹੈ ਨਾ, ਕੁੱਤਾ ਪਾਲਤੂ ਹੁੰਦਾ ਹੈ, ਵਫ਼ਾਦਾਰ ਹੁੰਦਾ ਹੈ, ਪੂਛ ਫੇਰਦਾ, ਹਾਵ ਭਾਵ ਕਰਦਾ, ਮਾਲਕ ਨੂੰ ਚੱਟਦਾ, ਪਰ ਉਹੀਓ ਕੁੱਤਾ ਜਦੋਂ ਹਲਕਾਇਆ ਹੁੰਦਾ ਸਭ ਤੋਂ ਪਹਿਲਾਂ ਮਾਲਕ ਦੇ ਉੱਪਰ ਹਮਲਾ ਕਰਦਾ, ਮਾਲਕ ਨੂੰ ਕੱਟਦਾ। ਇਹ ਲੋਭ ਲਾਲਚ ਇੱਕ ਐਸਾ ਹਲਕਾ ਹੈ, ਆਪਾਂ ਪੰਜਾਬ ਵਿੱਚ ਖਬਰਾਂ ਪੜ੍ਹਦੇ ਵੀ ਸਕੇ ਪਿਤਾ ਨੇ ਕਈ ਮਾਰ ਕੇ ਸਕੇ ਪਿਓ ਦੀ ਧੌਣ ਲਾ ਦਿੱਤੀ, ਭਰਾ ਭਰਾ ਆਪਸ ਵਿੱਚ ਲੜ ਪੈਂਦੇ ਨੇ ਇੰਚ ਇੰਚ ਜ਼ਮੀਨ ਦੇ ਲਾਲਚ ਕਾਰਨ, ਇੱਕ ਦੂਸਰੇ ਨੂੰ ਧੋਖੇ ਨਾਲ ਕੋਈ ਜ਼ਹਿਰ ਦੇ ਦਿੰਦਾ ਕੋਈ, ਇਹ ਸਾਰਾ ਲਾਲਚ ਹੈ। ਜਦੋਂ ਲਾਲਚ ਆਉਂਦਾ ਤੇ ਸੱਚਮੁੱਚ ਮਨੁੱਖ ਵਫ਼ਾਦਾਰੀ ਭੁੱਲ ਜਾਂਦਾ, ਨਮਕ ਹਰਾਮੀ ਬਣ ਜਾਂਦਾ। ਜਦੋਂ ਤੀਸਰੇ ਪਾਸੇ ਆਪਾਂ ਵੇਖਾਂਗੇ ਤੇ ਸ਼ਹੀਦ ਭਾਈ ਮਨੀ ਸਿੰਘ ਜਿਨ੍ਹਾਂ ਦੇ ਇੱਕ ਸੁਪੁੱਤਰ ਬਾਬਾ ਉਦੇ ਸਿੰਘ ਤਾਂ ਸ਼ਹੀਦ ਹੋ ਚੁੱਕੇ ਨੇ, ਜਦੋਂ ਸਰਸਾ ਨਦੀ ਦੇ ਕੰਢੇ ਤੋਂ ਪਹਿਲਾਂ ਭਿਆਨਕ ਯੁੱਧ ਲੜਿਆ ਤੇ ਦੂਸਰਾ ਸੁਪੁੱਤਰ ਫਟੜ ਹੋ ਚੁੱਕਾ ਹੈ ਪਤਾ ਲੱਗ ਗਿਆ, ਪਰ ਫਿਰ ਵੀ ਆਪਣੀ ਲੱਗੀ ਹੋਈ ਡਿਊਟੀ ਦੇ ਮੁਤਾਬਕ ਦਿੱਲੀ ਦੇ ਸਿੱਖਾਂ ਸਮੇਤ
ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਨੂੰ ਨਾਲ ਲੈ ਕੇ ਦਿੱਲੀ ਵਾਲੇ ਪਾਸੇ ਚਲੇ ਗਏ। ਜਦੋਂ ਸਤਿਗੁਰੂ ਜੀ ਚਮਕੌਰ ਸਾਹਿਬ ਦੀ ਗੜੀ ਵਿੱਚ ਨੇ, ਮੈਂ ਦੋ ਤਿੰਨ ਘਟਨਾਵਾਂ ਦਾ ਜ਼ਿਕਰ ਕਰਕੇ ਸੰਖੇਪ ਵਿੱਚ ਆਪ ਜੀ ਦੇ ਨਾਲ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਨੇ। ਜਦੋਂ ਸਤਿਗੁਰੂ ਜੀ ਚਮਕੌਰ ਸਾਹਿਬ ਦੀ ਗੜੀ ਵਿੱਚ ਨੇ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਆਪਣਾ ਏਲਚੀ ਭੇਜਿਆ। ਹੁਣ ਏਲਚੀ ਦਾ ਭਾਵ ਹੁੰਦਾ ਕਿ ਉਹ ਬੜੇ ਅਸਰ ਰਸੂਖ ਦੇ ਨਾਲ ਪਿਆਰ ਭਰੇ ਬੋਲ ਬੋਲ ਕੇ ਦੋਵੇਂ ਪਾਸੇ ਸੁਲਾਹ ਕਰਾਉਂਦਾ, ਪਰ ਇਹਨੇ ਆਣ ਕੇ ਬੜੇ ਅਪਸ਼ਬਦ ਜਿਹੜੇ ਸਨ ਉਹ ਬੋਲੇ। ਜਦੋਂ ਬਾਬਾ ਅਜੀਤ ਸਿੰਘ ਹੋਣਾ ਨੇ ਸੁਣੇ ਤੇ ਇੱਕਦਮ ਉਹਨਾਂ ਦੇ ਜਿਹੜੇ ਹੱਥ ਸਨ ਉਹ ਆਪਣੀ ਤਲਵਾਰ ਦੇ ਦਸਤੇ ਤੇ ਚਲੇ ਗਏ ਤੇ ਨਾਲ ਉਹਨਾਂ ਨੇ ਖਬਰਦਾਰ ਕੀਤਾ ਉਸ ਏਲਚੀ ਨੂੰ ਕਿ ਰਣਨੀਤੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ, ਪਰ ਫਿਰ ਵੀ ਇੱਕ ਚੇਤਾਵਨੀ ਹੈ ਕਿ ਜੇ ਇੱਕ ਵੀ ਅਪਸ਼ਬਦ ਹੋਰ ਬੋਲਿਆ ਤੇ ਮਿਆਨ ਵਿੱਚੋਂ ਜਿਹੜੀ ਕਿਰਪਾਨ ਹੈ ਉਹ ਬਾਹਰ ਨਿਕਲ ਜਾਵੇਗੀ, ਕਿਉਂਕਿ ਬਾਬਾ ਅਜੀਤ ਸਿੰਘ ਇੰਨੇ ਬਹਾਦਰ ਸਨ। ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਅੱਗੇ ਫਰਿਆਦ ਕੀਤੀ ਗਈ, ਪਾਤਸ਼ਾਹ ਇੱਕ ਬ੍ਰਾਹਮਣ ਦਾ ਡੋਲਾ, ਬ੍ਰਾਹਮਣੀ ਜਿਹੜੀ ਹੈ ਉਹ ਖੋ ਲਈ ਆ ਬੱਸੀ ਪਠਾਣਾ ਦੇ ਨਵਾਬ ਨੇ। ਉਸ ਵੇਲੇ ਸਤਿਗੁਰਾਂ ਨੇ ਆਪਣੇ ਲੱਖ ਤੇ ਜਿਗਰ ਬਾਬਾ ਅਜੀਤ ਸਿੰਘ ਜੀ ਨੂੰ ਸਿੱਖਾਂ ਦੇ ਸਮੇਤ ਥਾਪੜਾ ਦੇ ਕੇ ਭੇਜਿਆ ਸੀ ਤੇ ਬਾਬਾ ਅਜੀਤ ਸਿੰਘ ਜੀ ਨੇ ਉਸ ਵੇਲੇ ਘਮਸਾਨ ਦਾ ਯੁੱਧ ਲੜ ਕੇ ਉਸ ਬੱਸੀ ਪਠਾਣਾ ਦੇ ਨਵਾਬ ਕੋਲੋਂ, ਜਿਹੜੀ ਹਾਕਮ ਕੋਲੋਂ ਜਿਹੜੀ ਉਸ ਬ੍ਰਾਹਮਣ ਦੀ ਬ੍ਰਾਹਮਣੀ ਸੀ ਉਹਨੂੰ ਆਜ਼ਾਦ ਕਰਵਾਇਆ ਸੀ, ਜਿਨ੍ਹਾਂ ਦਾ ਜਨਮ ਪਾਉਂਟਾ ਸਾਹਿਬ ਦੀ ਧਰਤੀ ਤੇ ਹੋਇਆ। ਜਦੋਂ ਸਤਿਗੁਰੂ ਜੀ ਭੰਗਾਣੀ ਦਾ ਯੁੱਧ ਫਤਿਹ ਕਰਕੇ ਆਏ ਤੇ ਸਾਹਿਬ ਨੇ ਇਸੇ ਖੁਸ਼ੀ ਵਿੱਚ ਕਿ ਜਿੱਤ ਹੋਈ ਹੈ ਬਾਬਾ ਅਜੀਤ ਸਿੰਘ ਉਹਨਾਂ ਦਾ ਨਾਮ ਰੱਖਿਆ, ਜਿਹੜੇ ਅਕਸਰ ਕਿਹਾ ਕਰਦੇ ਸਨ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਤੋ ਜੀਤਾ ਨਹੀਂ ਆਊਂਗਾ। ਜਦੋਂ ਏਲਚੀ ਵਾਪਸ ਗਿਆ ਇਹਨਾਂ ਨੇ ਫਿਰ ਇੱਕ ਚਾਲ ਚੱਲੀ ਵੀ ਆਪਾਂ ਹੁਣ ਪੌੜੀ ਲਾ ਕੇ ਦੋ ਜਰਨੈਲ ਆਪਣੇ ਭੇਜੀਏ ਜਿਹੜੇ ਇਹ ਵੇਖਣ ਵੀ ਗੜੀ ਦੇ ਅੰਦਰ ਗਿਣਤੀ ਕਿੰਨੀ ਕਾ ਕਰਮਵਾਰ ਨਾਰ ਖਾਂ ਤੇ ਗਨੀ ਖਾਂ ਆਏ, ਪਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਨੂੰ ਤੀਰ ਨਾਲ ਤੇ ਦੂਸਰੇ ਨੂੰ ਗੁਰਜ ਦੇ ਨਾਲ ਥਾਂ ਹੀ ਜਿੱਚ ਕਰ ਦਿੱਤਾ। ਸਤਿਗੁਰਾਂ ਨੇ ਜਫਰਨਾਮੇ ਵਿੱਚ ਇਹਨਾਂ ਦਾ ਜ਼ਿਕਰ ਵੀ ਕੀਤਾ, ਇੱਥੇ ਤੱਕ ਵੀ ਔਰੰਗਜ਼ੇਬ ਨੂੰ ਲਿਖਿਆ, ਨਾ ਇਮਾਮ ਪ੍ਰਸਤੀ, ਨਾ ਔਜਾਏ ਦੀਨ, ਨਾ ਸਾਹਿਬ ਸੰਦਾਸੀ, ਨਾ ਮੁਹੰਮਦ ਜਗੀਰ, ਨਾ ਤੁਰਾ ਨਾਮ ਜੇਬਦ ਔਰੰਗਜ਼ੇਬ ਕੇ ਔਰੰਗਜ਼ੇਬਾ ਨਿਆਇਤ ਫਰੇਬ। ਉੱਥੇ ਸਤਿਗੁਰਾਂ ਸਪਸ਼ਟ ਕੀਤਾ, ਕਹਿਣ ਲੱਗੇ ਔਰੰਗਜ਼ੇਬ ਵੇਖ ਮੈਨੂੰ ਆਪਣੇ ਸਿੱਖਾਂ ਤੇ ਕਿੰਨਾ ਮਾਣ ਹੈ, ਇਹਨਾਂ ਨੇ ਕਈ ਦਿਨਾਂ ਦੇ ਭੁੱਖੇ ਪਿਆਸੇ ਘੱਟ ਗਿਣਤੀ ਵਿੱਚ ਹੁੰਦਿਆਂ ਵੀ ਤੇਰੀ ਲੱਖਾਂ ਸੈਨਾ ਦਾ ਮੁਕਾਬਲਾ ਕੀਤਾ, ਪਰ ਜਿਹਨੂੰ ਤੂੰ ਬੜਾ ਵੱਡਾ ਲਕਬ ਦੇ ਕੇ ਖਵਾਜਾ ਮਹਿਮੂਦ ਦਾ ਲਕਬ ਦੇ ਕੇ ਮੁਹੰਮਦ ਅਲੀ ਨੂੰ ਭੇਜਿਆ ਉਹ ਤੇ ਮਰਦਾਂ ਵਾਂਗ ਸਾਡੇ ਸਾਹਮਣੇ ਆਇਆ ਹੀ ਨਹੀਂ, ਉਹ ਤੇ ਚਮਕੌਰ ਸਾਹਿਬ ਦੀ ਗੜੀ ਦੀ ਜਿਹੜੀ ਕੰਧ ਸੀ ਉਹਦੇ ਪਰਛਾਵੇਂ ਓਹਲੇ ਲੁਕੇ ਆਪਣੀ ਜਾਨ ਬਚਾਉਂਦਾ ਰਿਹਾ। ਅਫਸੋਸ ਕਿ ਉਹ ਵੀ ਗਨੀ ਖਾਂ ਵਾਂਗ ਨਾਰ ਖਾਂ ਵਾਂਗ ਸਾਡੇ ਸਾਹਮਣੇ ਆਉਂਦਾ ਤੇ ਅਸੀਂ ਉਹਨੂੰ ਵੀ ਇੱਕ ਤੀਰ ਬਖਸ਼ਦੇ। ਜਫਰਨਾਮੇ ਵਿੱਚ ਜ਼ਿਕਰ ਕਰਦੇ ਨੇ ਸਤਿਗੁਰੂ ਕਿ ਆਂ ਖਵਾਜਾ ਮਰਦੂਦ, ਉਹਦਾ ਲਕਬ ਸੀ ਖਵਾਜਾ ਮਹਿਮੂਦ ਤੇ ਮੁਹੰਮਦ ਅਲੀ ਉਹਨੂੰ ਕਹਿੰਦੇ ਸਨ, ਲਕਬ ਦੇ ਕੇ ਧੋਰਿਆ ਸੀ, ਪਰ ਸਾਹਿਬ ਕਹਿੰਦੇ ਉਹ ਮਹਿਮੂਦ ਨਹੀਂ ਉਹ ਤੇ ਮਰਦੂਦ ਹੀ ਬਣਿਆ ਰਿਹਾ ਕਿ ਆਂ ਖਵਾਜਾ ਮਰਦੂਦ ਕੇ ਛਾਇਆ ਦੀ ਵਾਰ, ਨਾ ਆਮਦ ਬਾ ਮੈਦਾਨੈ ਬਾ ਮਰਦਾਨੈ ਵਾਰ, ਦਰੇਗਾ ਅਗਰ ਰੂਏ ਉਹ ਦੀਦ ਮੇ ਬਾ ਜੱਕ ਤੀਰ ਲਾਚਾਰ ਬਖਸ਼ੀਦ ਮੇ। ਜਫਰਨਾਮਾ ਆਪ ਜੀ ਦੇ ਇਲਾਕੇ ਵਿੱਚ ਗਰੀਬ ਨਵਾਜ ਜੀ ਨੇ ਮਾਲਵੇ ਦੀ ਧਰਤੀ ਤੋਂ ਦੀਨਾ ਕਾਂਗੜ
ਉਥੋਂ ਲਿਖ ਕੇ ਤੇ ਔਰੰਗਜ਼ੇਬ ਨੂੰ ਭੇਜਿਆ ਸੀ। ਸੱਚਮੁੱਚ ਜੇ ਕਿਤੇ ਸਮਾਂ ਮਿਲੇ ਤੇ ਸਤਿਗੁਰੂ ਸਾਹਿਬ ਜੀ ਦੇ ਉਹਨਾਂ ਪਾਵਨ ਬੋਲਾਂ ਦੇ ਜਿਹੜੇ ਅਰਥ ਨੇ ਉਹਨਾਂ ਨੂੰ ਜ਼ਰੂਰ ਪੜਿਓ, ਕਿਉਂਕਿ ਜੇ ਔਰੰਗਜ਼ੇਬ ਨੂੰ ਕੋਈ ਤਿੱਖਾ ਸ਼ਸਤਰ, ਕੋਈ ਤੀਰ ਜਾਂ ਕੋਈ ਹੋਰ ਤੇਜ਼ ਹਥਿਆਰ ਉਹਨੂੰ ਨਾ ਮਾਰ ਸਕਿਆ, ਮੇਰੇ ਗੁਰੂ ਕਲਗੀਧਰ ਪਾਤਸ਼ਾਹ ਦੀ ਲਿਖਤ ਨੇ ਉਹਨੂੰ ਮਰਨ ਲਈ ਮਜਬੂਰ ਕਰ ਦਿੱਤਾ। ਸਾਹਿਬ ਨੇ ਕਿਹਾ, ਜੇ ਤੇਰੀ ਜ਼ੁਲਮ ਰੂਪੀ ਤਲਵਾਰ ਲੋਕਾਂ ਤੇ ਲਟਕਦੀ ਹੈ ਤੇ ਖੁਦਾ ਦੀ ਹੁਕਮ ਰੂਪੀ ਤਲਵਾਰ ਤੇਰੇ ਤੇ ਵੀ ਲਟਕ ਰਹੀ ਹੈ। ਇਹ ਸੱਚ ਜੇ ਅੱਜ ਸਾਡੇ ਘਰਾਂ ਵਿੱਚ ਵੀ ਔਰੰਗਜ਼ੇਬੀ ਸੋਚ ਆ ਜਾਂਦੀ, ਜੇ ਨੌ ਗਰੀਬਣੀ ਹੋਵੇ ਨਾ ਤੇ ਸਾਰੇ ਪਰਿਵਾਰ ਦੀ ਤਲਵਾਰ ਉਹਦੇ ਤੇ ਲਟਕਣ ਲੱਗ ਪੈਂਦੀ, ਆਪਾਂ ਤਾਨੇ ਦੇ ਦੇ ਕੇ ਮਾਰੀ ਜਾਂਦੀ। ਕਹਿੰਦੇ ਆਪਾਂ ਗੁਰੂ ਕੇ ਸਿੱਖ, ਆਪਾਂ ਬੇਬੇ ਨਾਨਕੀ ਦੇ ਵਾਰਸ, ਬੀਬੀ ਵੀਰੋ ਦੇ ਵਾਰਸ, ਬੀਬੀ ਅਮਰੋ ਦੇ ਵਾਰਸ, ਤੇ ਸਾਡੀਆਂ ਧੀਆਂ ਤੇ ਨੌਆਂ ਜਿਹੜੀਆਂ ਨੇ ਉਹ ਇਹਨਾਂ ਦੀਆਂ ਹੀ ਵਾਰਸ ਨੇ ਨਾ। ਤੇ ਜੇ ਕੋਈ ਸੱਚਮੁੱਚ ਗਰੀਬਣੀ ਆ, ਤੁਸੀਂ ਕਾਰ ਮੰਗਦੇ ਹੋ ਨਹੀਂ ਲਿਆ ਸਕੀ, ਤੇ ਤੁਸੀਂ ਔਰੰਗਜ਼ੇਬ ਦੀ ਸੋਚ ਉਹਦੇ ਤੇ ਥੋਪਦੇ ਹੋ, ਸੱਚੀ ਗੱਲ ਜੇ ਉਸ ਰੱਬ ਦੀ ਤਲਵਾਰ ਸਾਡੀ ਗਰਦਨ ਤੇ ਵੀ ਲਟਕਦੀ ਹੈ। ਸਾਹਿਬ ਨੇ ਜ਼ਫਰਨਾਮੇ ਵਿੱਚ ਇਹ ਸਾਰਾ ਜ਼ਿਕਰ ਕੀਤਾ। ਔਰੰਗਜ਼ੇਬ ਨੂੰ ਕਹਿਣ ਲੱਗੇ, ਤੂੰ ਸੋਚਦਾ ਹੋਵੇਗਾ ਕਿ ਜਿਹੋ ਜਿਹਾ ਤਖ਼ਤ ਤੇਰੇ ਕੋਲ ਹੈ, ਜਿਹੋ ਜੇ ਹਾਥੀ ਘੋੜੇ, ਜਿਹੋ ਜਿਹਾ ਆ ਲਸ਼ਕਰ ਤੇਰੇ ਪਾਸ ਹੈ, ਤੂੰ ਕਹਿੰਦਾ ਹੋਵੇਗਾ ਵੀ ਸ਼ਾਇਦ ਖੁਦਾ ਦੇ ਕੋਲ, ਰੱਬ ਦੇ ਕੋਲ ਇਹੋ ਜਿਹਾ ਸਾਜੋ ਸਮਾਨ ਨਹੀਂ ਹੈ। ਪਰ ਇੱਕ ਗੱਲ ਚੇਤੇ ਰੱਖੀ, ਇਹ ਸਾਰਾ ਕੁਝ ਦੇਣ ਵਾਲਾ ਉਹ ਖੁਦਾ ਆਪ ਹੈ। ਤੇਰੇ ਮਨ ਵਿੱਚ ਭੁਲੇਖਾ ਹੋਵੇਗਾ, ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼, ਪਰ ਖੁਦਾਵੰਦ ਬਖਸ਼ਿੰਦਾ ਇਹ ਐਸ਼ੋ ਅਰਸ਼, ਇਹ ਸਾਰੀ ਐਸ਼ ਵਰਸ਼ ਉਹੀਓ ਦਿੰਦਾ ਜਿਹਦੇ ਬਾਰੇ ਤੇਰੇ ਮਨ ਵਿੱਚ ਡਾਊਟ ਹੈ ਵੀ ਜਿੱਦਾਂ ਦਾ ਤਖ਼ਤ ਮੇਰਾ ਸ਼ਾਇਦ ਰੱਬ ਦਾ ਇਦਾਂ ਦਾ ਤਖ਼ਤ ਨਹੀਂ, ਜਿਹੋ ਜਿਹੇ ਹਾਥੀ ਘੋੜੇ, ਜਿਹੋ ਜਿਹਾ ਸਾਜੋ ਬਾਜ ਮੇਰੇ ਕੋਲ, ਇਹੋ ਜਿਹਾ ਰੱਬ ਦੇ ਕੋਲ ਨਹੀਂ। ਪਰ ਇਹ ਸਾਰਾ ਕੁਝ ਦੇਣ ਵਾਲਾ ਉਹ ਆਪ ਹੈ, ਤੇ ਇੱਕ ਘੜੀ ਦੇ ਵਿੱਚ ਹੀ ਸਾਰਾ ਕੁਝ ਫਨਾ ਕਰ ਸਕਦਾ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਭਾ। ਜਦੋਂ ਗਰੀਬ ਨਵਾਜ ਨੇ ਇਹ ਜ਼ਿਕਰ ਕੀਤਾ ਕਿ ਤੇਰਾ ਉਹ ਖਵਾਜਾ ਮਰਦੂਦ ਮਰਦਾਂ ਵਾਂਗ ਸਾਡੇ ਸਾਹਮਣੇ ਨਾ ਆਇਆ, ਇਸ ਤੋਂ ਬਾਅਦ ਜਦੋਂ ਅਗਲਾ ਦਿਨ ਹੋਇਆ, ਗਰੀਬ ਨਵਾਜ ਨੇ ਪੰਜਾਂ ਪੰਜਾਂ ਦਾ ਜਥਾ ਜਿਹੜਾ ਸੀ ਉਹ ਤੋਰਿਆ, ਜਿਹੜੇ ਗੜੀ ਸਾਹਿਬ ਤੋਂ ਬਾਹਰ ਆ ਕੇ ਗੁਰਦੁਆਰਾ ਕਤਲਗੜ੍ਹ ਸਾਹਿਬ ਜਿੱਥੇ ਬੜਾ ਘਮਸਾਨ ਦਾ ਯੁੱਧ ਲੜਿਆ ਜਾਂਦਾ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਗੁਰੂ ਕੇ ਸਿੱਖ ਸ਼ਹੀਦ ਹੋ ਜਾਂਦੇ, ਇਹਨੇ ਨੂੰ ਬਾਬਾ ਅਜੀਤ ਸਿੰਘ ਹੋਣਾ ਨੇ ਵੀ ਆਗਿਆ ਮੰਗੀ, ਗਰੀਬ ਨਵਾਜ ਨੇ ਥਾਪੜਾ ਦੇ ਕੇ ਤੋਰਿਆ। ਇੰਨੀ ਬਹਾਦਰੀ ਨਾਲ ਬਾਬਾ ਅਜੀਤ ਸਿੰਘ ਜੂਝੇ ਕਿ ਜਿਵੇਂ ਅਸਮਾਨ ਵਿੱਚ ਬਿਜਲੀ ਚਮਕਦੀ ਹੈ ਨਾ, ਉਹ ਵੇਖ ਕੇ ਹੈਰਾਨ ਹੋ ਗਏ ਵੀ ਜਿਵੇਂ ਆਪਾਂ ਵੇਖਦੇ ਹਾਂ ਬਿਜਲੀ ਕਦੇ ਇੱਧਰ ਚਮਕਦੀ ਹੈ, ਆਪਾਂ ਵੇਖਣ ਹੀ ਲੱਗੀਏ ਤੇ ਉਹ ਇੱਧਰ ਚਮਕਣ ਲੱਗ ਪੈਂਦੀ ਹੈ। ਉਹ ਹੈਰਾਨ ਸਨ ਕਿ ਬਾਬਾ ਅਜੀਤ ਸਿੰਘ ਕਦੇ ਫੁਰਤੀ ਨਾਲ ਇੱਧਰ, ਕਦੇ ਇੱਧਰ, ਕਦੇ ਉੱਧਰ, ਜਿਵੇਂ ਕਿਤੇ ਉਹ ਕਹਿ ਰਹੇ ਹੋਣ ਵੀ ਬਿਜਲੀ ਉਹ ਗਈ ਉਹ ਗਈ। ਇਸ ਤਰ੍ਹਾਂ ਉਹਨਾਂ ਨੂੰ ਭੁਲੇਖੇ ਪੈ ਰਹੇ ਸਨ ਕਿ ਇੱਕ ਬਿਜਲੀ ਦੇ ਕਰੰਟ ਵਾਂਗ ਤਲਵਾਰ ਲਿਸ਼ਕਦੀ ਹੋਈ ਉਹ ਵੇਖ ਰਹੇ ਸਨ। ਜੇ ਤਲਵਾਰ ਟੁੱਟੀ ਤੇ ਉਹਨਾਂ ਨੇ ਸੱਚਮੁੱਚ ਨੇਜੇ ਦੇ ਨਾਲ ਬੜੀ ਬਹਾਦਰੀ ਨਾਲ ਜੂਝਣਾ ਕੀਤਾ, ਜੇ ਨੇਜਾ ਟੁੱਟ ਗਿਆ ਤੇ ਤੀਰਾਂ ਦੀ ਵਰਖਾ ਕੀਤੀ, ਅਖੀਰ ਨੂੰ ਅਨੇਕਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਜਦੋਂ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੁੰਦੀ ਹੈ ਤੇ ਉਹਨਾਂ ਨੇ ਗੜੀ ਸਾਹਿਬ ਵਾਲੇ ਪਾਸੇ ਮੁੱਖ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਫਤਿਹ ਬੁਲਾਈ ਤੇ ਸਤਿਗੁਰਾਂ ਨੇ ਵੀ ਫਤਿਹ ਦਾ ਜਵਾਬ ਦਿੱਤਾ, ਜਕਾਰਾ ਛੱਡਿਆ ਤੇ ਨਾਲੇ ਉੱਚੀ ਆਵਾਜ਼ ਵਿੱਚ ਕਿਹਾ, ਸ਼ਾਬਾਸ਼ ਪਿਸ਼ਰ, ਬੜੇ ਖੂਬ ਲੜੇ ਹੋ, ਕਿਉਂਕਿ
ਹੋ ਕਿਉਂ ਨਾ ਕਿਉਂਕਿ ਗੁਰੂ ਗੋਬਿੰਦ ਸਿੰਘ ਕੇ ਫਰਜ਼ੰਦ ਬੜੇ ਹੋ। ਗਰੀਬ ਨਵਾਜ ਨੇ ਬਾਬਾ ਅਜੀਤ ਸਿੰਘ ਦੀ ਬਹਾਦਰੀ ਨੂੰ ਸਲਾਹਿਆ ਤੇ ਜਕਾਰੇ ਗਜਾਏ। ਜਦੋਂ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਆਪਣੇ ਆਪ ਤਿਆਰ ਹੋ ਗਿਆ ਤੇ ਸਾਹਿਬ ਨੇ ਬਚਨ ਕਹੇ ਸਨ ਕਿ ਅੱਜ ਤੋਂ ਬਾਅਦ ਹੁਣ ਕਿਸੇ ਨੂੰ ਪ੍ਰੇਰਨਾ ਕਰਨ ਦੀ ਲੋੜ ਨਹੀਂ ਪਵੇਗੀ। ਸੱਚ ਹੈ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਆਪਾਂ ਜੋੜੀਆਂ ਦੇ ਰੂਪ ਵਿੱਚ ਵੇਖਦੇ ਹਾਂ ਤੇ ਉਹਨਾਂ ਤੋਂ ਬਾਅਦ ਕਦੇ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਜੋੜੀ, ਕਦੇ ਭਾਈ ਸੁੱਖੇ ਤੇ ਭਾਈ ਜਿੰਦੇ ਦੀ ਜੋੜੀ, ਕਦੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਦੀ ਜੋੜੀ, ਜੋੜੀਆਂ ਬਣ ਬਣ ਕੇ ਆਉਂਦੀਆਂ ਰਹੀਆਂ ਤੇ ਸੱਚਮੁੱਚ ਉਹਨਾਂ ਦੇ ਸਾਹਮਣੇ ਗੁਰੂ ਕੇ ਸਰਬੰਸ ਕੁਰਬਾਨ ਕਰਨ ਵਾਲੇ ਜਿਹੜੇ ਪਰ ਉਪਕਾਰ ਸਨ ਉਹ ਆ ਜਾਂਦੇ ਤੇ ਜਦੋਂ ਉਹ ਹੱਸ ਕੇ ਜੂਝਦੇ, ਆਪਣੀਆਂ ਸ਼ਹਾਦਤਾਂ ਦਿੰਦੇ, ਆਪ ਕੁਰਬਾਨ ਹੁੰਦੇ ਤੇ ਉਹਨਾਂ ਨੂੰ ਇੱਕ ਜਜ਼ਬਾ ਸਰਹੰਦ ਤੇ ਚਮਕੌਰ ਦੀ ਗੜੀ ਵਿੱਚੋਂ ਪ੍ਰਾਪਤ ਹੁੰਦਾ ਜਿੱਥੇ ਗੁਰੂ ਕੇ ਲਾਲਾਂ ਨੇ ਸੱਚਮੁੱਚ ਆਪਣਾ ਖੂਨ ਉਸ ਧਰਤੀ ਤੇ ਰੋੜਿਆ ਤੇ ਅੱਜ ਅਸੀਂ ਬੜੇ ਫਖਰ ਦੇ ਨਾਲ ਸਿੱਖੀ ਦੇ ਮਹੱਲ ਨੂੰ ਸੱਜਿਆ ਤੇ ਫੱਬਿਆ ਹੋਇਆ ਵੇਖਦੇ ਹਾਂ, ਕਿਉਂਕਿ ਗੁਰੂ ਕੇ ਲਾਲਾਂ ਨੇ ਕਿਹਾ ਸੀ ਹਮ ਆਪਣੀ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਨੀਮ ਹਮ ਹੈ ਸਰੋਂ ਪੇ ਉਠਾ ਚੱਲੇ, ਕਿਉਂਕਿ ਸਿੰਘੋ ਕੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ, ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਣਾ ਸਲੇ, ਗੱਦੀ ਸੇ ਤਖਤੋ ਤਾਜ ਤੋ ਬਸ ਕੌਮ ਪਾਏਗੀ, ਇਸ ਦੁਨੀਆ ਸੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਬਾਬਾ ਜੁਝਾਰ ਸਿੰਘ ਨੂੰ ਸਤਿਗੁਰਾਂ ਤੋਰਿਆ ਕਹਿਣ ਲੱਗੀ, ਅਸੀਂ ਖੁਦ ਪਿਤਾ ਨੂੰ ਕਿਹਾ ਸੀ ਜਾਓ ਧਰਮ ਦੀ ਖਾਤਰ ਜਾਨ ਕੁਰਬਾਨ ਕਰੋ, ਅੱਜ ਤੁਹਾਨੂੰ ਕਹਿੰਦੇ ਆ ਤੇ ਤੁਸੀਂ ਧਰਮ ਦੀ ਖਾਤਰ ਆਪਣੀ ਜਾਨ ਕੁਰਬਾਨ ਕਰੋ, ਬੇਟਾ ਤੁਮ ਹੀ ਤੋ ਹੋ ਪੰਥ ਕੇ ਵੇੜੇ ਕੇ ਖਵਈਆ, ਜਾਓ ਸਰ ਭੇਟ ਕਰੋ ਤਾਂ ਕਿ ਪੰਥ ਕੀ ਚੱਲੇ ਨਈਆ। ਬਾਬਾ ਜੁਝਾਰ ਸਿੰਘ ਜੀ ਨੇ ਵੀ ਬੜੀ ਬਹਾਦਰੀ ਨਾਲ ਜੂਝਣਾ ਕੀਤਾ, ਅਨੇਕਾਂ ਨੂੰ ਪਾਰ ਬੁਲਾ ਕੇ ਫਿਰ ਉਹਨਾਂ ਦੀ ਵੀ ਸ਼ਹਾਦਤ ਹੋਈ। ਜਦੋਂ ਖਬਰ ਮਿਲੀ ਕਿ ਬਾਬਾ ਜੁਝਾਰ ਸਿੰਘ ਵੀ ਕੁਰਬਾਨ ਹੋ ਗਏ ਤੇ ਕਿਸੇ ਕਵੀ ਨੇ ਲਿਖਿਆ ਬੇਟੋ ਕੇ ਕਤਲ ਹੋਣੇ ਕੀ ਸੁਣੀ ਜੂ ਹੀ ਖਬਰ, ਸ਼ੁਕਰੀਆ ਅਕਾਲ ਕਾ ਕੀਆ ਉਠਾ ਕਰ ਸਰ, ਅਰਜ ਕੀ ਕੇ ਕਰ ਬੰਦਾ ਪੇ ਕਿਰਪਾ ਕੀ ਨਜ਼ਰ, ਆਜ ਮੁਝ ਪਰ ਸੇ ਤੇਰੀ ਅਮਾਨਤ ਅਦਾ ਹੋਈ, ਬੱਚੋਂ ਕੀ ਜਾਨ ਧਰਮ ਕੀ ਖਾਤਰ ਫਿਦਾ ਹੋਈ। ਜਦੋਂ ਅਸੀਂ ਸੰਸਾਰ ਵਿੱਚ ਮਾਤਾ ਪਿਤਾ ਜਾਂ ਬੱਚਿਆਂ ਦਾ ਇਤਿਹਾਸ ਪੜ੍ਹਦੇ ਹਾਂ, ਦਸ਼ਰਥ ਨੂੰ ਪਤਾ ਸੀ ਮੇਰਾ ਪੁੱਤਰ ਰਾਮ ਚੰਦਰ ਕੇਵਲ 14 ਸਾਲ ਲਈ ਘਰ ਤੋਂ ਬਾਹਰ ਗਿਆ ਬਨਵਾਸ, ਉਹਨੇ ਆ ਜਾਣਾ ਪਰ ਪੁੱਤਰ ਦਾ ਵਿਛੋੜਾ ਝੱਲ ਨਾ ਸਕਿਆ, ਮਹੱਲਾ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜਾਨ ਦੇ ਦਿੱਤੀ। ਅਰਜਨ ਨੂੰ ਪਤਾ ਲੱਗਾ ਅਭਿਮਨਿਉ ਮਾਰਿਆ ਗਿਆ, ਦਿਮਾਗੀ ਸੰਤੁਲਨ ਹੀ ਖੋ ਕਿ ਇਹ ਮਾਨੋ ਕਹਿ ਰਿਹਾ ਸੀ ਕਿ ਜਦੋਂ ਤੱਕ ਮੈਂ ਅਭਿਮਨਿਉ ਦੇ ਕਾਤਲਾਂ ਨੂੰ ਮਾਰ ਨਹੀਂ ਦਿੰਦਾ ਉਦੋਂ ਤੱਕ ਮੈਂ ਚੈਨ ਨਾਲ ਨਹੀਂ ਬੈਠਾਂਗਾ, ਬੜੇ ਬੜੇ ਵੱਡੇ ਜਰਨੈਲ ਤੇ ਬੜੇ ਬੜੇ ਵੱਡੇ ਪੈਗੰਬਰ ਇਬਰਾਹੀਮ ਵਰਗੇ ਜਦੋਂ ਪਤਾ ਲੱਗਾ ਕਿ ਉਹਦੇ ਸਾਹਮਣੇ ਉਹਦੇ ਪੁੱਤਰ ਦੀ ਬਲੀ ਦਿੱਤੀ ਜਾਣ ਲੱਗੀ, ਕਹਿਣ ਲੱਗਾ ਖੁਦਾ ਦਾ ਵਾਸਤਾ ਮੇਰੀਆਂ ਅੱਖਾਂ ਤੇ ਪੱਟੀ ਬੰਨ ਦਿਓ, ਮੈਂ ਆਪਣੇ ਸਾਹਮਣੇ ਆਪਣੇ ਪੁੱਤਰ ਨੂੰ ਮਰਦਿਆਂ ਨਹੀਂ ਵੇਖ ਸਕਦਾ। ਫਿਰ ਮੁਸਲਮਾਨ ਵੀਰਾਂ ਨੇ ਉਸ ਵੇਲੇ ਗਊ ਦੀ ਬਲੀ ਦਿੱਤੀ ਸੀ, ਅਰਬੀ ਦੇ ਵਿੱਚ ਗਊ ਨੂੰ ਬੱਕਰ ਕਹਿੰਦੇ ਨੇ, ਤੇ ਉਸ ਦਿਨ ਤੋਂ ਬਕਰੀਦ ਦਾ ਤਿਉਹਾਰ ਸ਼ੁਰੂ ਹੋਇਆ। ਨਹੀਂ ਵੇਖ ਸਕਿਆ ਇਬਰਾਹੀਮ ਆਪਣੇ ਪੁੱਤਰ ਨੂੰ ਆਪਣੇ ਸਾਹਮਣੇ ਮਰਦਿਆਂ, ਸੱਚਮੁੱਚ ਗੁਰੂ ਕੀ ਬਾਣੀ ਦਾ ਵੀ ਜ਼ਿਕਰ ਹੈ, ਰੋਵੈ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ। ਇਹ ਰੋਏ ਨੇ, ਦੁਖੀ ਹੋਏ ਬੜੇ ਬੜੇ ਅਵਤਾਰ ਤੇ ਪੈਗੰਬਰ
ਔਰ ਜੋਗੀ ਅੱਲਾ ਜਾਰ ਖਾਨ ਨੇ ਵੀ ਲਿਖਿਆ ਲਛਮਣ ਸਾਹਿਬ ਬਿਰਾਦਰ ਪੈ ਤਸਕੀਨ ਜਿਗਰ ਥਾ ਸੀਤਾ ਸੀ ਪਤੀ ਵਰਤ ਸੇ ਬਨ ਰਾਮ ਕੋ ਘਰ ਥਾ ਬਾਕੀ ਹੈ ਕਨਹਿਆ ਨਹੀਂ ਤੋ ਉਨਕਾ ਪਿਸਰ ਥਾ ਸੱਚ ਹੈ ਗੁਰੂ ਗੋਬਿੰਦ ਸਿੰਘ ਕਾ ਰੁਤਬਾ ਹੀ ਡਿਗਰ ਥਾ ਸ਼ਿਸ਼ ਸ਼ਾਮ ਨੇ ਕਟਵਾ ਦੀਏ ਗੀਤਾ ਸੁਣਾ ਕਰ ਰੂਹ ਫੂਕਤੀ ਗੁਰੂ ਗੋਬਿੰਦ ਸਿੰਘ ਨੇ ਔਲਾਦ ਕਟਵਾ ਕਰ ਬੜਾ ਵੱਡਾ ਫਰਕ ਹੈ ਇਨਸਾਫ ਕਰੇ ਜੀਵੇਂ ਜਮਾਨਾ ਤੋਂ ਯਕੀ ਹੈ ਕਹਿਦੇ ਕਿ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ ਕਦੇ ਬੇਇਨਸਾਫੀ ਨਾ ਕਰਿਓ ਵੀ ਜਿੱਦਾਂ ਦੇ ਅਵਤਾਰ ਪੈਗੰਬਰ ਇੱਦਾਂ ਦੇ ਗੁਰੂ ਗੋਬਿੰਦ ਸਿੰਘ ਉਹ ਮੁਸਲਮਾਨ ਲਿਖਦਾ ਵੀ ਇਹ ਬੇਇਨਸਾਫੀ ਨਾ ਕਰਿਓ ਸੱਚਮੁੱਚ ਗੁਰੂ ਗੋਬਿੰਦ ਸਿੰਘ ਦਾ ਬਦਲ ਸੰਸਾਰ ਦੇ ਵਿੱਚ ਕੋਈ ਨਹੀਂ ਉਹਨਾਂ ਨੇ ਔਲਾਦ ਘਟਾ ਕੇ ਕੌਮ ਦੇ ਅੰਦਰ ਜਿਹੜੀ ਕੁਰਬਾਨੀ ਦੀ ਸ਼ਹਾਦਤ ਦੀ ਰੂਹ ਸੀ ਉਹ ਭਰੀ ਆ ਇਸੇ ਕਰਕੇ ਜਦੋਂ ਛੋਟੇ ਲਾਲਾਂ ਵੱਲ ਆਪਾਂ ਵੇਖਦੇ ਹਾਂ ਜਦੋਂ ਮਾਂ ਗੁਜਰ ਕੌਰ ਰੋਜ਼ ਉਹਨਾਂ ਨੂੰ ਤਿਆਰ ਕਰਕੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਰੋਪਕਾਰਾਂ ਬਾਰੇ ਦੱਸਦੇ ਤੇ ਗੁਰੂ ਕੇ ਲਾਲ ਬੜੀ ਜੁਰਤ ਦੇ ਨਾਲ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਜਦੋਂ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਪਹਿਲਾਂ ਉਹਨਾਂ ਨੂੰ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਸਾਜਿਸ਼ ਰਚੀ ਗਈ ਵੇਖੋ ਉਹਨਾਂ ਨੇ ਹਰ ਲਾਲਚ ਨੂੰ ਠੁਕਰਾ ਦਿੱਤਾ ਚੱਲ ਗੱਲ ਚੱਲ ਰਹੀ ਸੀ ਭਾਈ ਤਾਰੂ ਸਿੰਘ ਦੀ ਭਾਈ ਤਾਰੂ ਸਿੰਘ ਹੋਣਾਂ ਨੂੰ ਇਹ ਕਿਹਾ ਸੀ ਕਿ ਤੁਸੀਂ ਜੇ ਈਨ ਨਾ ਕਬੂਲ ਕੀਤਾ ਤੇ ਸੱਚਮੁੱਚ ਅਸੀਂ ਤੁਹਾਨੂੰ ਸ਼ਹੀਦ ਕਰ ਦਿਆਂਗੇ ਤੇ ਭਾਈ ਤਾਰੂ ਸਿੰਘ ਹੋਣਾਂ ਨੇ ਇਹ ਗੱਲ ਮੰਨੀ ਸੀ ਕਿ ਇਹ ਸਰੀਰ ਮਿੱਟੀ ਹੈ ਖਾਕ ਹੈ ਇਹਨੇ ਇੱਕ ਦਿਨ ਖਾਕ ਹੋਣਾ ਹੈ ਇਹ ਕਦੇ ਵੀ ਹੋ ਸਕਦਾ ਬਾਬਾ ਫਰੀਦ ਜੀ ਦੇ ਬੋਲ ਨੇ ਜੇ ਸੌ ਵਰਿਆਂ ਜੀਵਣਾ ਪੀ ਤਨ ਹੋਸੀ ਖਾਕ ਗੁਰੂ ਕੇ ਲਾਲਾ ਨੇ ਕਿਹਾ ਸੀ ਸੱਤ ਸਾਲ ਔਰ ਜੀ ਕੇ ਵੀ ਮਰਨਾ ਜ਼ਰੂਰ ਥਾ ਸਰ ਧਰਮ ਸੇ ਬਚਾਨਾ ਜੇ ਗੈਰਤ ਸੇ ਦੂਰ ਥਾ ਕਿ ਤੁਸੀਂ ਸਾਨੂੰ ਲਾਲਚ ਦੇ ਰਹੇ ਹੋ ਕਿ ਇਸਲਾਮ ਧਾਰਨ ਕਰ ਲਵੋ ਕਿ ਅਸੀਂ ਇਹ ਕੁਝ ਕਰਾਂਗੇ ਤੇ ਫਿਰ ਅਸੀਂ ਸਦਾ ਲਈ ਜਿਉਂਦੇ ਰਵਾਂਗੇ ਕਿ ਮੌਤ ਫਿਰ ਨਹੀਂ ਆਵੇਗੀ ਭਾਈ ਤਾਰੂ ਸਿੰਘ ਹੋਣਾ ਵੀ ਆਖਿਆ ਸੀ ਮੇਰਾ ਸਰੀਰ ਖਾਕ ਹੈ ਖਾਕ ਵਿੱਚ ਮਿਲਣਾ ਪਰ ਇਸ ਤੋਂ ਪਹਿਲਾਂ ਵੀ ਇਹ ਮਿੱਟੀ ਵਿੱਚ ਮਿਲ ਕੇ ਖਾਕ ਹੋਵੇ ਸਿੱਖ ਦਾ ਕੀਤਾ ਪ੍ਰਣ ਤੋੜ ਨਿਭੇਗਾ ਉਹਨਾਂ ਦੇ ਬੋਲ ਨੇ ਕਿ ਧਰਮ ਕੇ ਹੇਤ ਸਰੀਰ ਮੇਰਾ ਪ੍ਰਣ ਪਾਲ ਕੇ ਖਾਕ ਕੇ ਸਾਥ ਮਿਲੇਗਾ ਧਰਮ ਤੇ ਚਿੱਤ ਅਡੋਲ ਖੜਾ ਬ੍ਰਹਿਮੰਡ ਹਿੱਲੇ ਪਰ ਇਹ ਨਹੀਂ ਹਿੱਲੇਗਾ ਸਾਜੋ ਸਮਾਨ ਤਰਲੋਕੀ ਕੋ ਰਾਜ ਕਬੀਰ ਕੀ ਮਾਇਆ ਕਾ ਦੁਆਰ ਖੁੱਲੇਗਾ ਇਤੀ ਵਿਭੂਤੀ ਕੋ ਦੇਖ ਨਾ ਤਾਰੂ ਮਰਗਿੰਦ ਕਾ ਚਿੱਤ ਡੁੱਲੇਗਾ ਕਿਉਂਕਿ ਗੁਰੂ ਕੇ ਲਾਲਾਂ ਦੇ ਜਦੋਂ ਇਸ ਤਰ੍ਹਾਂ ਅਡੋਲ ਹੋਣ ਬਾਰੇ ਉਹਨਾਂ ਨੇ ਸੁਣਿਆ ਤੇ ਪੜਿਆ ਤੇ ਭਾਈ ਤਾਰੂ ਸਿੰਘ ਵੀ ਅਡੋਲ ਹੋ ਗਏ ਜਦੋਂ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤਾ ਗਿਆ ਕਹਿਣ ਲੱਗੇ ਅਸੀਂ ਤੁਹਾਡੀ ਮੁਲਾਕਾਤ ਸਮੇਂ ਦੇ ਹਾਕਮ ਔਰੰਗਜ਼ੇਬ ਨਾਲ ਕਰਾਵਾਂ ਤੁਹਾਨੂੰ ਰਾਜ ਭਾਗ ਦਾ ਜ਼ਮੀਨ ਜਾਇਦਾਦ ਦਾ ਇੱਕ ਟੁਕੜਾ ਜ਼ਗੀਰਾਂ ਦਿੱਤੀਆਂ ਜਾਣਗੀਆਂ ਹੂਰਾਂ ਮਿਲਣਗੀਆਂ ਨਿਕਾਹ ਪੜਾਵਾਂਗੇ ਤੁਹਾਨੂੰ ਅਣਗਿਣਤ ਧਨ ਦਿੱਤਾ ਜਾਵੇਗਾ ਸਾਹਿਬਜ਼ਾਦੇ ਕਹਿਣ ਲੱਗੇ ਵੀ ਕਿਹੜਾ ਔਰੰਗਜ਼ੇਬ ਜਿਹੜਾ ਇੱਕ ਪਾਸੇ ਕੁਰਾਨ ਵੀ ਪੜ੍ਹਦਾ ਦੂਜੇ ਪਾਸੇ ਉਹ ਆਪਣੇ ਸਕੇ ਭਰਾਵਾਂ ਦਾ ਕਤਲ ਵੀ ਕਰਦਾ ਜਿਹੜਾ ਬਾਪ ਨੂੰ ਕੈਦ ਖਾਨੇ ਵਿੱਚ ਬੰਦ ਕਰਕੇ ਰੋਟੀ ਪਾਣੀ ਬੰਦ ਕਰ ਦਿੰਦਾ ਅਸੀਂ ਨੀ ਉਹਨੂੰ ਮਿਲਣਾ ਕੀ ਲੈਣਾ ਇਹੋ ਜਿਹੇ ਰਾਜੇ ਨੂੰ ਮਿਲ ਕੇ ਉਹਨੂੰ ਆਪਾਂ ਮਿਲਣ ਦੇ ਵਾਸਤੇ ਤਾਂ ਮਨ ਵਿੱਚ ਲਾਲਸਾ ਰੱਖੀ ਕੋਈ ਨੀ ਇਹ ਇੱਕ ਲਾਲਸਾ ਸੀ ਕਿ ਤੁਹਾਡੀ ਮੁਲਾਕਾਤ ਔਰੰਗਜ਼ੇਬ ਨਾਲ ਕਰਾਵਾਂਗੇ
ਤੁਮੈਂ ਸ਼ਾਹ ਕੋ ਮੇਲ ਕਰਾਵੈ ਬਹੁ ਦੇਸ਼ਨ ਕੋ ਰਾਜ ਦਵਾਵੈ ਧਨ ਭੁੱਖਨ ਤੁਮ ਅਨਗਨ ਦੇਹੈ ਦੁਖਤਰ ਸਹੋ ਸੁਖਤਰ ਹਵੈ ਹੈ ਜੇਤੀ ਨਾਰ ਚਾਹੈ ਸੋ ਦੇਈ ਨੀਲ ਪਟੰਬਰ ਧਾਰੋ ਇਹੀ ਕਹਿਣ ਲੱਗੇ ਉਸ ਔਰੰਗਜ਼ੇਬ ਨੂੰ ਮਿਲ ਕੇ ਆਪਾਂ ਕੀ ਲੈਣਾ ਜੋ ਪੜ੍ਹ ਕੇ ਕੁਰਾਨ ਬਾਪ ਕੋ ਕਰਤਾ ਜੋ ਕੈਦ ਹੋ ਕਤਲੇ ਬਰਾਦਰਾਂ ਜਿਸੇ ਖੁਸ਼ੀ ਕੀ ਨਵੈਦ ਹੋ ਪਿਤਾ ਕਾ ਮਰਨਾ ਜਿਸੇ ਮਾਮੂਲੀ ਸ਼ੈਦ ਹੋ ਜਿਹਦੇ ਲਈ ਭਰਾਵਾਂ ਦਾ ਮਰ ਜਾਣਾ ਇੱਕ ਮਾੜਾ ਜਿਹਾ ਸ਼ਿਕਾਰ ਹੋਵੇ ਤੇ ਪਿਤਾ ਦੇ ਮਰ ਜਾਣ ਦੀ ਖਬਰ ਨੂੰ ਉਹ ਖੁਸ਼ ਖਬਰੀ ਸਮਝਦਾ ਹੋਵੇ ਇਹੋ ਜਿਹੇ ਔਰੰਗਜ਼ੇਬ ਤੋਂ ਤੇ ਆਪਾਂ ਦੂਰ ਹੀ ਚੰਗੇ ਹਾਂ ਸਾਡੇ ਮਨ ਵਿੱਚ ਨਹੀਂ ਲਾਲਸਾ ਕਿਉਂਕਿ ਔਰੰਗਜ਼ੇਬ ਖੁਦ ਕਹਿੰਦਾ ਖੁਦਾ ਕਦੇ ਕਿਸੇ ਨੂੰ ਬਾਦਸ਼ਾਹ ਨਾ ਬਣਾਏ ਕਿਉਂਕਿ ਬਾਦਸ਼ਾਹ ਬਣ ਕੇ ਪਾਪ ਹੁੰਦੇ ਨੇ ਪਰ ਉਹਨੂੰ ਕੀ ਪਤਾ ਵੀ ਜੇ ਰਾਏ ਬੁਲਾਰ ਵਰਗਾ ਕੋਈ ਰਾਜਾ ਹੋਵੇ ਜੇ ਰਾਜਾ ਸ਼ਿਵਨਾਭ ਵਰਗਾ ਰਾਜਾ ਹੋਵੇ ਜੇ ਸੱਚਮੁੱਚ ਅਸਾਮ ਦੇ ਰਾਜੇ ਰਤਨ ਰਾਏ ਵਰਗਾ ਰਾਜਾ ਹੋਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਰਾਜਾ ਹੋਵੇ ਤੇ ਉਹਨਾਂ ਨੂੰ ਕਦੇ ਪਛਤਾਵਾ ਨਹੀਂ ਕਰਨਾ ਪੈਂਦਾ ਤੇਰੇ ਪਾਪ ਤੇਰੇ ਲਈ ਪਛਤਾਵਾ ਨੇ ਤੂੰ ਕਹਿੰਦਾ ਖੁਦਾ ਕਦੇ ਕਿਸੇ ਨੂੰ ਬਾਦਸ਼ਾਹ ਨਾ ਬਣਾਏ ਕਿਉਂਕਿ ਬਾਦਸ਼ਾਹ ਬਣ ਕੇ ਪਾਪ ਹੁੰਦੇ ਨੇ ਇਹ ਔਰੰਗਜ਼ੇਬ ਨੇ ਮੰਨਿਆ ਸੀ ਕਹਿਣ ਲੱਗਾ ਮੈਂ ਖਾਲੀ ਹੱਥ ਆਇਆ ਸਾਂ ਅੱਜ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ ਖੁਦਾ ਦਾ ਵਾਸਤਾ ਮੇਰੇ ਪਾਪਾਂ ਦਾ ਜ਼ਿਕਰ ਨਾ ਕਰਿਓ ਮੇਰੀ ਕਬਰ ਦੇ ਨੇੜੇ ਕੋਈ ਦਰਖਤ ਵੀ ਨਾ ਲਾਇਓ ਮੇਰੀ ਕਬਰ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਦਰਖਤ ਦੀ ਛਾਂ ਮਾਣ ਸਕੇ ਲਾਲਾਂ ਨੂੰ ਜਿੱਥੇ ਡਰਾਵੇ ਦਿੱਤੇ ਗਏ ਉੱਥੇ ਲਾਲਚ ਦਿੱਤਾ ਗਿਆ ਉਹਨਾਂ ਨੂੰ ਸਾਜਿਸ਼ ਰਚੀ ਗਈ ਇੱਕ ਛੋਟੀ ਖਿੜਕੀ ਰਾਹੀਂ ਲੰਘਾਉਣ ਦੀ ਵੀ ਜਦੋਂ ਲੰਘਣਗੇ ਸਿਰ ਨਵਾਉਣਗੇ ਪਰ ਉਹਨਾਂ ਬਾਬਿਆਂ ਤੋਂ ਆਪਾਂ ਬਲਹਾਰ ਜਾਈਏ ਉਹਨਾਂ ਦੱਸ ਦਿੱਤਾ ਵੀ ਜੇ ਕਿਤੇ ਇਹੋ ਜਿਹੀ ਮਜਬੂਰੀ ਵੀ ਬਣ ਜਾਵੇ ਤੇ ਉਸ ਮਜਬੂਰੀ ਦੇ ਵਿੱਚ ਵੀ ਤੁਸੀਂ ਸਿੱਖੀ ਸਿਧਾਂਤ ਕਿਵੇਂ ਕਾਇਮ ਰੱਖਣੇ ਨੇ ਛੋਟੀ ਖਿੜਕੀ ਵਿੱਚੋਂ ਦੀ ਲੰਘਣ ਲੱਗਿਆਂ ਉਹਨਾਂ ਨੇ ਸਿਰ ਨਹੀਂ ਪਹਿਲਾਂ ਆਪਣੇ ਜਿਹੜੇ ਚਰਨ ਪੈਰ ਸਨ ਉਹ ਅੱਗੇ ਕੀਤੇ ਤੇ ਪੈਰਾਂ ਵਿੱਚ ਪਾਇਆ ਹੋਇਆ ਜੋੜਾ ਜਦੋਂ ਜੁੱਤੀ ਦੀ ਨੋਕ ਸੂਬਾ ਸਰਹੰਦ ਵੱਲ ਤੇ ਸੁੱਚਾਨੰਦ ਵਾਲੇ ਪਾਸੇ ਕੀਤੀ ਤੇ ਉਹ ਸਾਰੀ ਸਭਾ ਸੜ ਬਲ ਕੇ ਕੋਲੇ ਹੋ ਗਈ ਵੀ ਇਹਨਾਂ ਬਾਬਿਆਂ ਨੂੰ ਕਦੇ ਕੋਈ ਧਰਮ ਤੋਂ ਬਦਲਣ ਲਈ ਮਜਬੂਰ ਕਰ ਸਕਦਾ ਜਿਨ੍ਹਾਂ ਕੋਲ ਏਡੀ ਵੱਡੀ ਸਿਆਣਪ ਹੋਵੇ ਬਾਬੇ ਦਾ ਭਾਵ ਉਮਰ ਦਾ ਤਕਾਜਾ ਨਹੀਂ ਕਿਉਂਕਿ ਇਹ ਜਾਂ ਤੋਂ ਆਤੀ ਜਾਤੀ ਹੈ ਇਸ ਜਾਂ ਕੀ ਤੋਂ ਕੋਈ ਬਾਤ ਨਹੀਂ ਇਹ ਜਾਂ ਤੋਂ ਆਤੀ ਜਾਤੀ ਹੈ ਜਿਸ ਧੱਜ ਸੇ ਕੋਈ ਮਕਤਲ ਮੇਂ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ ਜਦੋਂ ਸਾਹਿਬਜ਼ਾਦਿਆਂ ਨੂੰ ਚਿਣਿਆ ਜਾ ਰਿਹਾ ਸੀ ਠੋਡੀ ਤਾਂ ਕਿੱਟਾਂ ਆ ਗਈਆਂ ਉਹਨਾਂ ਨੂੰ ਸਰੀਰਾਂ ਕਰਕੇ ਚਿਣ ਦਿੱਤਾ ਗਿਆ ਤੇ ਇੱਕ ਆਖਰੀ ਇੱਟ ਜਿਹੜੀ ਉਹਨਾਂ ਦੇ ਮੂੰਹ ਅੱਗੇ ਤੇ ਅੱਖਾਂ ਅੱਗੇ ਲੱਗਣੀ ਸੀ ਠੋਡੀ ਤੱਕ ਈਂਟੇ ਚੁਣ ਦੀ ਗਈ ਮੂੰਹ ਪਰ ਆ ਗਈ ਬੀਨੀ ਕੋ ਢਾਂਪਤੇ ਹੋਏ ਆਂਖੋਂ ਪਰ ਛਾ ਗਈ ਹਰ ਚਾਂਦ ਸੀ ਜਬੀਨ ਕੋ ਘਨਸਾ ਲਗਾ ਗਈ ਇੱਕ ਆਖਰੀ ਮੌਕਾ ਦਿੱਤਾ ਗੁਰੂ ਕੇ ਲਾਲਾ ਨੂੰ ਕਿ ਅਜੇ ਵੀ ਤੁਸੀਂ ਈਨ ਕਬੂਲ ਕਰ ਲਵੋ ਆ ਆਖਰੀ ਇੱਟ ਜਦੋਂ ਤੁਹਾਡੇ ਮੂੰਹ ਅੱਗੇ ਲੱਗੇਗੀ ਤੁਹਾਡੀ ਆਵਾਜ਼ ਬੰਦ ਹੋ ਜਾਣੀ ਹੈ ਤੇ ਗੁਰੂ ਕੇ ਲਾਲਾ ਨੇ ਕਿਹਾ ਸੀ ਜਿੱਥੇ ਸਾਡੀ ਆਵਾਜ਼ ਬੰਦ ਹੋਣੀ ਉੱਥੇ ਸਾਡੇ ਰੱਬ ਨੇ ਬੋਲ ਪੈਣਾ ਉਹਦੀ ਆਵਾਜ਼ ਨੂੰ ਕੌਣ ਬੰਦ ਕਰੇਗਾ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ਹਿਨਸ਼ਾਹ ਕੀ ਸ਼ਾਨ ਸੇ ਕਹਿ ਰਹੇ ਹੈ ਹਮ ਤੁਝਕੋ ਖੁਦਾ ਕੀ ਜ਼ੁਬਾਨ ਸੇ ਅੱਜ ਲੋੜ ਹੈ ਵੀ ਜੇ ਪਿੰਡ ਵਿੱਚ ਕੋਈ ਗਰੀਬ ਹੋਵੇ ਤੇ ਆਪਾਂ ਉਹਦੀ ਵੀ ਗੱਲ ਸੁਣੀਏ ਜੇ ਸਾਡੇ ਘਰ ਦਾ ਪਾਣੀ ਨਿਕਲਣ ਲਈ ਸਾਨੂੰ ਨਾਲੀ ਚਾਹੀਦੀ ਹੈ ਤੇ ਗਰੀਬ ਦੇ ਘਰ ਦਾ ਵੀ ਪਾਣੀ ਨਿਕਲਣ ਲਈ ਉਹਨੂੰ ਆਪਾਂ ਰਸਤਾ ਦਈਏ
ਜੇ ਸਾਡੀ ਗੱਡੀ ਪਾਰਕਿੰਗ ਹੋਣੀ ਤੇ ਗਰੀਬ ਦਾ ਵੀ ਕਿਤੇ ਸਾਈਕਲ ਲੱਗਾ ਤੇ ਉਹਨੂੰ ਠੁੱਡੇ ਨਾ ਮਾਰੀਏ, ਆਪਣਾ ਮਹੱਲ ਬਣਾਈਏ ਪਰ ਕਿਸੇ ਦੀ ਝੌਂਪੜੀ ਖੋ ਕੇ ਨਾ, ਕਿਸੇ ਨੂੰ ਬਰਬਾਦ ਕਰਕੇ ਨਾ ਆਬਾਦ ਹੋਈਏ, ਕਿਉਂਕਿ ਗਰੀਬ ਕੋ ਮਤ ਸਤਾਵੋ ਰੋਦੇਗਾ, ਉਸਕੇ ਮਾਲਕ ਕੋ ਖਬਰ ਹੋਗੀ ਤੁਝਕੋ ਜੜ ਸੇ ਖੋਦੇਗਾ। ਇਤਿਹਾਸ ਪ੍ਰੇਰਨਾ ਸਰੋਤ ਹੈ ਕਿ ਸਾਡੇ ਘਰਾਂ ਵਿੱਚ ਸਾਡੇ ਨਗਰਾਂ ਵਿੱਚ ਔਰੰਗਜ਼ੇਬੀ ਸੋਚ ਹੈ, ਅਸੀਂ ਘਰ ਜਿਹੜਾ ਸੱਚਮੁੱਚ ਕਮਜ਼ੋਰ ਹੋਵੇ ਉਹਨੂੰ ਦਬਾਉਣਾ ਚਾਹੁੰਦੇ ਹਾਂ, ਕੋਈ ਅਮੀਰ ਹੋਵੇ ਜਰਵਾਣਾ ਹੋਵੇ ਤੇ ਉਹਦੇ ਨਾਲ ਸਾਰੇ ਖਲੋ ਕੇ ਹੀ ਹੀ ਕਰਕੇ ਗੱਲਾਂ ਸਹਿਮਤੀ ਪ੍ਰਗਟ ਕਰੀ ਜਾਂਦੇ ਨੇ, ਪਰ ਸੂਰਮਾ ਉਹ ਜਿਹੜਾ ਗਰੀਬ ਵਾਲੇ ਪਾਸੇ ਖੜੋਵੇ, ਨਮਾਣੇ ਵਾਲੇ ਪਾਸੇ ਖੜੋਵੇ। ਅੱਜ ਲੋੜ ਹੈ ਸੂਰਮੇ ਬਣਨ ਦੀ, ਘਰਾਂ ਵਿੱਚੋਂ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਜਿਹੜੀਆਂ ਨੇ ਇਹਨਾਂ ਨੂੰ ਰੋਕੀਏ। ਜਿਹੜੀਆਂ ਧੀਆਂ ਜਨਮ ਲੈ ਕੇ ਆ ਰਹੀਆਂ ਨੇ ਉਹਨਾਂ ਨੂੰ ਜਨਮ ਲੈ ਕੇ ਆਉਣ ਦਈਏ, ਉਹਨਾਂ ਨੂੰ ਵੈਲਕਮ ਕਰੀਏ, ਸਵਾਗਤ ਕਰੀਏ, ਕਿਉਂਕਿ ਸੱਚਮੁੱਚ ਉਹ ਬੇਬੇ ਨਾਨਕੀ ਤੋਂ ਲੈ ਕੇ ਬੀਬੀ ਵੀਰੋ ਤੱਕ ਦੇ ਵਿਰਸੇ ਦੀਆਂ ਜਾਮਨ ਹਨ। ਜਦੋਂ ਗੁਰੂ ਕੇ ਲਾਲਾ ਨੂੰ ਇਹ ਕਿਹਾ ਗਿਆ ਕਿ ਵੇਖੋ ਹੁਣ ਆਖਰੀ ਇੱਟ ਤੁਹਾਡੇ ਮੂੰਹ ਅੱਗੇ ਲੱਗਣੀ, ਤੁਹਾਡੀ ਜਾਨ ਨਿਕਲ ਜਾਣੀ, ਸਾਹਿਬਜ਼ਾਦੇ ਕਹਿਣ ਲੱਗੇ ਇੱਧਰ ਸਾਡੀ ਜਾਨ ਨਿਕਲੇਗੀ, ਉੱਧਰ ਲੱਖਾਂ ਬੱਚਿਆਂ ਵਿੱਚ ਜਾਨ ਪਵੇਗੀ। ਅੱਜ ਵੀ ਜਦੋਂ ਸਾਡੇ 6 ਤੇ 8 ਸਾਲ ਦੇ ਬੱਚੇ ਕਿਤੇ ਬੈੱਡ ਤੇ ਸੁੱਤੇ ਹੋਣ ਤੇ ਉਹਨਾਂ ਅੰਦਰ ਜਿਹੜੇ ਸਵਾਸ ਚੱਲ ਰਹੇ ਹੋਣ, ਉਹਨਾਂ ਨੂੰ ਕੰਨ ਲਾ ਕੇ ਸੁਣਿਓ, ਸਾਨੂੰ ਇੰਜ ਲੱਗੇਗਾ ਉਹ ਬਾਬਾ ਜ਼ੋਰਾਵਰ ਸਿੰਘ ਦੇ, ਬਾਬਾ ਫਤਿਹ ਸਿੰਘ ਦੇ ਸਵਾਸ ਜਿਹੜੇ ਸਰਹੰਦ ਨਿਕਲੇ ਸਨ ਉਹ ਸਾਡੇ ਬੱਚਿਆਂ ਦੇ ਵਿੱਚ ਚੱਲ ਰਹੇ ਨੇ। ਫਿਰ ਸਾਡਾ ਕੋਈ ਬੱਚਾ ਨਾਈ ਦੀ ਦੁਕਾਨ ਤੇ ਜਾ ਕੇ ਕੇਸ ਕਤਲ ਨਹੀਂ ਕਰਾਵੇਗਾ, ਸਾਡੀ ਕੋਈ ਬੱਚੀ ਵਿਆਹ ਤੋਂ ਪਹਿਲਾਂ ਕਦੇ ਬਿਊਟੀ ਪਾਰਲਰ ਤੇ ਜਾ ਕੇ ਭਰਵੱਟੇ ਕਟਾ ਕੇ ਕੇਸਾਂ ਦੀ ਬੇਅਦਬੀ ਨਹੀਂ ਕਰੇਗੀ। ਉਹਨੂੰ ਸਮਝ ਆਵੇਗੀ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਵਾਹੋ ਵਾਹੋ ਕਰੈ ਸੇਈ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਉਹ ਫਿਰ ਸੁਹੱਪਣ ਕੇਸਾਂ ਦੀ ਬੇਅਦਬੀ ਕਰਵਾ ਕੇ ਨਹੀਂ, ਸਗੋਂ ਸਾਦੇ ਢੰਗ ਨਾਲ ਜਦੋਂ ਆਨੰਦ ਕਾਰਜ ਹੋਣਗੇ, ਗੁਰੂ ਦੀ ਖੁਸ਼ੀ ਸਾਡੇ ਬੱਚਿਆਂ ਦੀ ਝੋਲੀ ਵਿੱਚ ਪਵੇਗੀ, ਉਦੋਂ ਸਾਡੇ ਬੱਚੇ ਸੋਹਣੇ ਲੱਗਣਗੇ। ਜਦੋਂ ਸਾਨੂੰ ਸਮਝ ਆਵੇਗੀ ਕਿ ਸਾਡੇ ਬੱਚਿਆਂ ਦੇ ਅੰਦਰ ਜਿਹੜੇ ਸਵਾਸ ਚੱਲ ਰਹੇ ਨੇ ਇਹ ਸਾਹਿਬਜ਼ਾਦਿਆਂ ਤੋਂ ਆਪਾਂ ਉਧਾਰੇ ਲਏ ਨੇ, ਜਦੋਂ ਤੱਕ ਸਾਡੇ ਕੋਲ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਹੈ, ਸੱਚਮੁੱਚ ਸਿੱਖ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਲੌਣਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਾਜੋ ਤਖਤ ਨਾ ਹੂਰੋਂ ਕੀ ਹਸਰਤ, ਖੁਦਾ ਖੁਦਾਈ ਵੀ ਦੇ ਤੋ ਉਸਕੋ ਮੋੜ ਦੇਤੇ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਜ਼ਿੰਦਗੀ ਤਾਂ ਜ਼ਿੰਦਗੀ ਹੁੰਦੀ ਹੈ ਪਰ ਸ਼ਹੀਦਾਂ ਦੀ ਮੌਤ ਉਹ ਵੀ ਕੌਮਾਂ ਵਾਸਤੇ ਜ਼ਿੰਦਗੀ ਹੋਇਆ ਕਰਦੀ ਹੈ, ਕਦੇ ਵੀ ਹੀਣ ਭਾਵਨਾ ਵਿੱਚ ਜਾਣ ਦੀ ਲੋੜ ਨਹੀਂ। ਅੱਜ ਵੀ ਕੌਮ ਬੜੀ ਚੜ੍ਹਦੀ ਕਲਾ ਵਿੱਚ ਹੈ, ਜਦੋਂ ਕਿਤੇ ਵੀ ਲੋੜ ਪਈ ਕੁਰਬਾਨੀਆਂ ਦੀ ਸ਼ਹਾਦਤਾਂ ਦੀ, ਸਿੱਖਾਂ ਨੇ ਫਿਰ ਆਪਣਾ ਇਤਿਹਾਸ ਜਿਹੜਾ ਹੈ ਉਹ ਦੁਹਰਾਇਆ ਹੈ, ਤੇ ਇਸੇ ਤਰ੍ਹਾਂ ਹੀ ਇਹ ਇਤਿਹਾਸ ਗੁਰੂ ਕੇ ਲਾਲ ਦੁਹਰਾਉਂਦੇ ਰਹਿਣਗੇ। ਕਦੇ ਵੀ ਆਪਣੇ ਆਪ ਨੂੰ ਹੀਣ ਭਾਵਨਾ ਵਿੱਚ ਨਹੀਂ ਜਾਣ ਦੇਣਾ, ਸਦਾ ਦੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਸਤਿਗੁਰਾਂ ਨੇ ਸਾਡੇ ਤੇ 2 ਬਖਸ਼ਿਸ਼ਾਂ ਕੀਤੀਆਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਵੀ ਜੁਗੋ ਜੁਗ ਅਟਲ,
ਤੇ ਪੰਜ ਪਿਆਰੇ ਵੀ ਜੁਗੋ ਜੁਗ ਅਟਲ ਉਦੋਂ ਵੀ ਸਨ ਅੱਜ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾ ਉਹ ਮਰੇ ਨਾ ਹੋਵੇ ਸੋਗ ਕਦੇ ਸਾਨੂੰ ਸੋਗ ਕਰਨ ਦੀ ਲੋੜ ਹੀ ਨਹੀਂ ਪੈਣੀ ਐਸੇ ਗੁਰੂ ਦੇ ਲੜ ਲਈਏ ਲੱਗੀਏ ਜਿਸ ਨੂੰ ਸਦੀਵ ਕਾਲ ਲਈ ਸੰਸਾਰ ਦੇ ਵਿੱਚ ਸਤਿਗੁਰਾਂ ਨੇ ਸਾਡੀ ਅਗਵਾਈ ਵਾਸਤੇ ਗੁਰਗੱਦੀ ਤੇ ਬਿਰਾਜਮਾਨ ਕਰਕੇ ਇਹ ਬਚਨ ਕਹੇ ਸਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਕੋ ਜੀ ਖਾਲਸੇ ਪੰਥ ਦੀ ਝੋਲੀ ਵਿੱਚ ਪਾ ਕੇ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਮੁਤਾਬਕ ਕਿ ਸਭ ਕੁਝ ਕੁਰਬਾਨ ਕਰਕੇ ਵੀ ਫਿਰ ਦੂਜਿਆਂ ਦਾ ਭਲਾ ਕੀਤਾ ਭਲਾ ਮੰਗਿਆ ਤੇ ਹਮੇਸ਼ਾ ਗੁਰੂ ਜੋਤ ਨੇ ਦਸਾਂ ਜਾਮਿਆਂ ਦੇ ਵਿੱਚ ਮਨੁੱਖਤਾ ਦੇ ਉੱਪਰ ਇੰਨੇ ਪਰਉਪਕਾਰ ਕੀਤੇ ਕਿ ਅੱਜ ਵੀ ਜਿਹੜਾ ਨਿਰਪੱਖ ਹੋ ਕੇ ਵੇਖੇਗਾ ਉਹਨਾਂ ਦੀ ਸ਼ਖਸੀਅਤ ਅੱਗੇ ਸਾਡੇ ਸਾਰਿਆਂ ਦੇ ਸਿਰ ਝੁਕਣਗੇ ਕਿ ਸਤਿਗੁਰੂ ਜੀ ਤੁਸੀਂ ਇੰਨੇ ਮਹਾਨ ਪਰਉਪਕਾਰ ਜਿਹੜੇ ਨੇ ਉਹ ਮਨੁੱਖਤਾ ਤੇ ਕੀਤੇ ਨੇ ਸ਼ਹਾਦਤ ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਹੋ ਸਕਦੀ ਸੀ ਜਦੋਂ ਉਹਨਾਂ ਨੇ ਆਖਿਆ ਵੀ ਆਪਾਂ ਨੀ ਬੇਦੀ ਨਾਲ ਵਿਆਹ ਕਰਨਾ ਆਪਾਂ ਤੇ ਗੁਰੂ ਕੀ ਬਾਣੀ ਦੇ ਇਰਦ ਗਿਰਦ ਪਰਿਕਰਮਾ ਕਰਨੀਆਂ ਨੇ ਉਦੋਂ ਵੀ ਸ਼ਹਾਦਤ ਹੋ ਸਕਦੀ ਸੀ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ ਸੀ ਹਾਰੀ ਹੋਈ ਤਲਵਾਰ ਇੱਕ ਫਕੀਰ ਤੇ ਕਿਉਂ ਉੱਠਦੀ ਹੈ ਸ਼ਹਾਦਤ ਹੋਈ ਗੁਰੂ ਅਰਜਨ ਦੇਵ ਜੀ ਦੇ ਸਮੇਂ ਪਰ ਇਹ ਸ਼ਹਾਦਤਾਂ ਕਿਉਂ ਹੋਈਆਂ ਬਸ ਦੋ ਨੁਕਤੇ ਚੇਤੇ ਰੱਖਿਓ ਇੱਕ ਬਟਾਲੇ ਦੀ ਕੰਧ ਤੇ ਦੂਜੀ ਸਰਹੰਦ ਦੀ ਕੰਧ ਸਰਹੰਦ ਦੀ ਕੰਧ ਦਿਸਦਾ ਜਬਰ ਤੇ ਜ਼ੁਲਮ ਹੈ ਬਟਾਲੇ ਦੀ ਕੰਧ ਕਰਮ ਕਾਂਡਾਂ ਦਾ ਪਖੰਡਵਾਦ ਦਾ ਤੇ ਜਿਹੜੀ ਵਿਪਰਵਾਦੀ ਸੋਚ ਦਾ ਜੂੜਾ ਹੈ ਉਹਦੇ ਕਰਕੇ ਬਟਾਲੇ ਦੀ ਕੰਧ ਆਈ ਸੀ ਬਟਾਲੇ ਦੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ ਸਿੱਖੀ ਦੀ ਦਾਸਤਾਂ ਜੇ ਆਪਾਂ ਇਹਨੂੰ ਸਮਝ ਲਈਏ ਤੇ ਸੱਚਮੁੱਚ ਸਿੱਖੀ ਸਿਧਾਂਤ ਸਾਨੂੰ ਸਮਝ ਆ ਜਾਣਗੇ ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪ ਸਾਰੀਆਂ ਸੰਗਤਾਂ ਦਾ ਦਾਸ ਦੇ ਨਾਲ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਮੁੱਖ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਉਹ ਵੀ ਆਏ ਹਨ ਸਾਡੇ ਸਤਿਕਾਰਯੋਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਗੁਰਚਰਨ ਸਿੰਘ ਜੀ ਔਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਵਿਚਾਰ ਆਪ ਜੀ ਨੇ ਸੁਣੇ ਨੇ ਦਾਸ ਜਿੱਥੇ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨਕੋਟ ਦਾਸ ਧੰਨਵਾਦ ਕਰਦਾ ਉੱਥੇ ਧੰਨਵਾਦ ਹੈ ਆਪਣੇ ਵੀਰ ਸਰਦਾਰ ਬਸੰਤ ਸਿੰਘ ਦਾ ਜਿਨ੍ਹਾਂ ਨੇ ਫਰਾਂਸ ਦੀ ਧਰਤੀ ਤੇ ਰਹਿ ਕੇ ਵੀ ਆਪਣੇ ਵਿਰਸੇ ਨੂੰ ਯਾਦ ਕਰਦਿਆਂ ਇਸ ਧਰਤੀ ਤੇ ਆ ਕੇ ਜੋ ਅਮੀਰ ਖਾਲਸਾਈ ਵਿਰਸਾ ਹੈ ਉਹਨੂੰ ਪ੍ਰਚਾਰਨ ਵਾਸਤੇ ਇਹ ਉਪਰਾਲਾ ਜੋ ਮਾਲਕ ਨੇ ਬਖਸ਼ਿਸ਼ ਕੀਤਾ ਉਹਦੇ ਮੁਤਾਬਕ ਉਹਨਾਂ ਨੇ ਗੁਰਮਤਿ ਸਮਾਗਮ ਕਰਵਾਏ ਨੇ ਹੋਈਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ ਫਿਰ ਸਾਰਿਆਂ ਦਾ ਤੈ ਦਿਲ ਤੋਂ ਧੰਨਵਾਦ ਜਿੰਨੀਆਂ ਵੀ ਸ਼ਖਸੀਅਤਾਂ ਇੱਥੇ ਆਈਆਂ ਨੇ ਸਭ ਦਾ ਤੈ ਦਿਲ ਤੋਂ ਧੰਨਵਾਦ ਕਰਦਾ ਹੋਇਆ ਦਾਸ ਬੇਨਤੀ ਕਰੇਗਾ ਕਿ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਉਹ ਵੀ ਤਾਬਿਆ ਬੈਠੇ ਹੀ ਦੋ ਚਾਰ ਮਿੰਟ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਅਗਲਾ ਪ੍ਰੋਗਰਾਮ ਆਪ ਦੀ ਸਟੇਜ ਸਕੱਤਰ ਸਾਹਿਬ ਪਾਸੋਂ ਸਰਵਣ ਕਰੋ ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸਨ ਸਿੰਘ ਸਾਹਿਬ
ਗਿਆਨੀ ਮਾਨ ਸਿੰਘ ਜੀ ਜਿਨ੍ਹਾਂ ਨੇ ਕਿ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਸਾਡੀ ਬੇਨਤੀ ਤੇ ਇੱਥੇ ਹਾਜ਼ਰੀ ਭਰੀ ਹੈ ਤੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸੋ ਕੁਝ ਲਾਇਆ ਲੈ ਕੇ ਜਾਓਗੇ। ਮੈਂ ਬੇਨਤੀ ਕਰਾਂਗਾ ਸੰਗਤਾਂ ਨੂੰ ਕਿ ਜਿਸ ਤਰ੍ਹਾਂ ਤੁਸੀਂ ਬਹੁਤ ਵਧੀਆ ਢੰਗ ਨਾਲ ਸਾਥ ਦਿੱਤਾ ਹੈ, ਇਸ ਤੇ ਜੋ ਥੋੜੇ ਮਿੰਟਾਂ ਬਾਅਦ ਹੀ ਜੋ ਅਰਦਾਸ ਹੋਵੇਗੀ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਜੋ ਸਰੂਪ ਹਨ ਉਹ ਸਰੂਪ ਹੋਣਗੇ ਸੱਚਖੰਡ ਜਾ ਕੇ, ਤੇ ਇਸ ਤਰ੍ਹਾਂ ਹੀ ਸਜੇ ਰਹਿਣਾ ਹੈ। ਸੋ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਅਕਾਲ ਤਖ਼ਤ ਸਾਹਿਬ, ਉਹ ਵੀ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸਰਵਣ ਕਰਾਉਣ। ਵਾਹਿਗੁਰੂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇਤ, ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛੱਡੇ ਖੇਤ, ਹਾਜ਼ਰਾ ਹਜ਼ੂਰ ਜਾਹਿਰਾ ਜਹੂਰ ਸਰਬ ਕਲਾ ਭਰਪੂਰ ਚਬਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਹਾਂ ਕਿ ਉਹ ਮਹਾਨ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਤੇ ਸਮੁੱਚੇ ਹੀ ਸ਼ਹੀਦਾਂ ਨੂੰ ਸਮਰਪਿਤ ਪੰਥਕ ਸਮਾਗਮ ਜੋ ਭਾਈ ਸਾਹਿਬ ਭਾਈ ਬਸੰਤ ਸਿੰਘ ਜੀ ਪੰਜ ਹੱਥਾਂ ਫਰਾਂਸ ਦੀ ਧਰਤੀ ਤੋਂ ਆ ਕੇ ਆਪ ਸਮੁੱਚੀਆਂ ਸੰਗਤਾਂ ਸਮੁੱਚੀਆਂ ਸ਼ਖਸੀਅਤਾਂ ਜਥੇਬੰਦੀਆਂ ਦੇ ਸਹਿਯੋਗ ਸਦਕਾ ਇਹ ਬਹੁਤ ਵੱਡਾ ਸਮਾਗਮ ਰਚਿਆ ਤੇ ਆਪਾਂ ਸਾਰਿਆਂ ਨੂੰ ਆਵਾਜ਼ ਮਾਰ ਕੇ ਗੁਰੂ ਦੀ ਗੋਦ ਅੰਦਰ ਬੈਠ ਕੇ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਅਵਦਾਸ ਨਾਲ ਇੱਕ ਵਾਰੀ ਫਤਿਹ ਦੀ ਸਾਂਝ ਕਰਦੇ ਹੋਏ ਥੋੜੇ ਸਮੇਂ ਵਾਸਤੇ ਆਪ ਦੇ ਨਾਲ ਵਿਚਾਰਾਂ ਕਰਨੀਆਂ ਏ। ਕੋਈ ਜ਼ਿਆਦਾ ਸਮਾਂ ਨਹੀਂ ਲੱਗੇਗਾ, ਕੋਈ ਵੀ ਰੂਹ ਜਿਹੜੀ ਆ ਉਹ ਫਤਿਹ ਤੋਂ ਵਾਂਝੀ ਨਾ ਰਵੇ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਵਣ ਕਰ ਰਹੇ ਸੀ ਅਤਿ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਬੜੇ ਵਿਸਥਾਰ ਪੂਰਵਕ ਆਪ ਸੰਗਤਾਂ ਨੂੰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਨੰਦ ਕਾਰਜ ਵਾਲੀ ਉਸ ਦੀਵਾਰ ਤੋਂ ਲੈ ਕੇ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਦੀਵਾਰ, ਸਰਹੰਦ ਦੀਆਂ ਨੀਹਾਂ ਵਾਲੀ ਦੀਵਾਰ ਤੱਕ ਬੜੇ ਅਦੁੱਤੀ ਢੰਗ ਦੇ ਨਾਲ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਤੇ ਉਹਨੇ ਸਮੇਂ ਦੇ ਵਿੱਚ ਤੁਹਾਡੇ ਵਿੱਚ ਕੋਈ ਹਿਲਜੁਲ ਨਹੀਂ ਹੋਈ।
ਕਿਉਂਕਿ ਬਿਲਕੁਲ ਜਿੰਨੀ ਦੇਰ ਸਾਡੇ ਅੰਦਰ ਸਾਡੇ ਇਤਿਹਾਸ ਨੂੰ ਗੁਰਬਾਣੀ ਨੂੰ ਸੁਣਨ ਦੀ ਉਤਸੁਕਤਾ ਪੈਦਾ ਨਹੀਂ ਹੁੰਦੀ ਉਨੀ ਦੇਰ ਅਸੀਂ ਆਪਣੇ ਮੁਕਾਮ ਤੇ ਨਹੀਂ ਪੁੱਜ ਸਕਦੇ ਕਿਉਂਕਿ ਜਿਨ੍ਹਾਂ ਨੇ ਇਹ ਮਹਾਨ ਉਦਮ ਕੀਤਾ ਹੈ ਇਹ ਬੜਾ ਵੱਡਾ ਉਪਰਾਲਾ ਕੀਤਾ ਹੈ ਗੁਰੂ ਕੀ ਸੰਗਤ ਮੈਂ ਇੰਨੀ ਬੇਨਤੀ ਕਰਾਂ ਜਿੱਥੇ ਸਿੰਘ ਸਾਹਿਬਾ ਆਪ ਜੀ ਨਾਲ ਵਿਚਾਰ ਕਰ ਰਹੇ ਸਨ ਕਿ ਉਹ ਮਹਾਨ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਤੀਰਾਂ ਦੇ ਨਾਲ ਇੱਕ ਇੱਕ ਤੋਲਾ ਸੋਨਾ ਲੱਗਾ ਹੋਇਆ ਕਰਦਾ ਸੀ ਤੇ ਸੋਨਾ ਲਾਉਣ ਤੋਂ ਭਾਵ ਸੀ ਕਿ ਉਹਨਾਂ ਦੀ ਕਮਾਨ ਚੋਂ ਚੱਲਿਆ ਤੀਰ ਜਾਂ ਤੇ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰ ਜਾਂਦਾ ਸੀ ਜਾਂ ਉਸ ਨੂੰ ਜ਼ਖਮੀ ਕਰ ਦਿੰਦਾ ਸੀ ਤੇ ਜ਼ਖਮੀ ਵਾਸਤੇ ਉਹ ਸੋਨਾ ਉਹਦੀ ਮਰਮ ਪੱਟੀ ਦੇ ਕੰਮ ਆ ਜਾਂਦਾ ਸੀ ਜਿਹੜਾ ਚਲਾਣਾ ਕਰ ਜਾਵੇ ਉਹਦੀ ਅੰਤਮ ਕਿਰਿਆਵਾਂ ਦੇ ਕੰਮ ਆ ਜਾਂਦਾ ਸੀ ਹੈ ਕੋਈ ਇਸ ਤਰ੍ਹਾਂ ਦਾ ਰਹਿਬਰ ਹੈ ਕੋਈ ਇਸ ਤਰ੍ਹਾਂ ਦਾ ਦੂਰ ਅੰਦੇਸ਼ੀ ਆਗੂ ਕਿਸੇ ਕੌਮ ਦਾ ਜਿਹਨੇ ਦੁਸ਼ਮਣ ਨੂੰ ਜ਼ਾਲਮ ਨੂੰ ਮੌਤ ਦੇ ਹਵਾਲੇ ਕਰਨ ਵਾਸਤੇ ਵੀ ਪ੍ਰਬੰਧ ਕੀਤਾ ਹੋਵੇ ਗੁਰੂ ਕੀ ਸੰਗਤ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਇਹਨਾਂ ਸ਼ਸਤਰਾਂ ਦੇ ਦਰਸ਼ਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਵੀ ਕਰਵਾਏ ਜਾਂਦੇ ਨੇ ਤੇ ਇੱਕ ਵਾਰੀ ਕੋਈ ਵਿਦੇਸ਼ ਤੋਂ ਸੱਜਣ ਆਇਆ ਤੇ ਜਿਹਨੇ ਆ ਕੇ ਬੇਨਤੀ ਕੀਤੀ ਕਿ ਸਿੰਘ ਸਾਹਿਬ ਜੀ ਅੱਜ ਅਜੋਕਾ ਸਮਾਂ ਜਿਹੜਾ ਹੈ ਇਤਿਹਾਸ ਗੁਰੂ ਦਾ ਬਿਲਕੁਲ ਸੱਚਾ ਹੈ ਅਸੀਂ ਸੁਣਨ ਵਾਸਤੇ ਵੀ ਤਿਆਰ ਹਾਂ ਅਸੀਂ ਪਰਖਿਆ ਹੋਇਆ ਹੈ ਪਰ ਅਜੋਕੇ ਸਮੇਂ ਦੇ ਵਿੱਚ ਸਿੱਖ ਜਿਹੜਾ ਉਹ ਭਰਾ ਨੂੰ ਭਰਾ ਮਾਰੀ ਜਾਂਦਾ ਹੈ ਭਰਾ ਮਾਰੂ ਜੰਗ ਚੱਲ ਰਹੀ ਕੋਈ ਇਸ ਤਰ੍ਹਾਂ ਦਾ ਵੀ ਹੈ ਜਿਹੜਾ ਅਜੋਕਾ ਸਿੱਖ ਵੀ ਕਿਸੇ ਦੇ ਕੰਮ ਆਉਂਦਾ ਹੋਵੇ ਤੇ ਸੱਚ ਜਾਣਿਓ ਉਹਦੇ ਸਵਾਲ ਦਾ ਜਵਾਬ ਮੇਰੇ ਕੋਲ 2 ਮਿੰਟ ਵਾਸਤੇ ਨਹੀਂ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕੀਤਾ ਗੁਰੂ ਕੀ ਸੰਗਤ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਘੱਟ ਗਿਣਤੀ ਮੁਸਲਮਾਨ ਰਹਿੰਗਿਆ ਦੇ ਵਿੱਚ ਉਹਨਾਂ ਲੋਕਾਂ ਦੇ ਉੱਤੇ ਬੰਬਾਂ ਦੇ ਨਾਲ ਗੋਲਿਆਂ ਦੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ ਗੁਰੂ ਕੀ ਸੰਗਤ ਤੇ ਉਹਨਾਂ ਦਿਨਾਂ ਦੇ ਵਿੱਚ ਵੀ ਤੁਹਾਡੇ ਵਿਸ਼ਵ ਭਰ ਦੇ ਸਿੱਖਾਂ ਦੀ ਇੱਕ ਜਥੇਬੰਦੀ ਕੁਝ ਗੁਰੂ ਕੇ ਸਿੱਖ ਜਿਨ੍ਹਾਂ ਨੇ ਵਰਦੀਆਂ ਗੋਲੀਆਂ ਵਿੱਚ ਉੱਥੇ ਪਹੁੰਚ ਕੇ ਉਹਨਾਂ ਲੋਕਾਂ ਦੇ ਉਹ ਭਾਈ ਕਨਈਆ ਵਾਲੀ ਸੇਵਾ ਨਿਭਾਈ ਉਹਨਾਂ ਨੂੰ ਮੈਡੀਸਨ ਉਹਨਾਂ ਦੀ ਦਵਾ ਦਾਰੂ ਦਾ ਪ੍ਰਬੰਧ ਕੀਤਾ ਉਹਨਾਂ ਦੇ ਵਾਸਤੇ ਲੰਗਰ ਛਕਣ ਦਾ ਪ੍ਰਬੰਧ ਕੀਤਾ ਬਸਤਰ ਦਿੱਤੇ ਗੁਰੂ ਕੀ ਸੰਗਤ ਜਦੋਂ ਮੈਂ ਦੱਸਿਆ ਤੇ ਉਹ ਸੁਣ ਕੇ ਬੜਾ ਹੈਰਾਨ ਹੋਇਆ ਕਿਉਂਕਿ ਜਿਸ ਮਹਾਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਆਪਾਂ ਗੱਲ ਕਰ ਰਹੇ ਹਾਂ ਬੀਬੀਓ ਉਹ ਵੀ ਸਮਾਂ ਸੀ ਜਦੋਂ ਸਮੇਂ ਦੇ ਅਨੁਸਾਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਔਰਤ ਜਾਤ ਨੂੰ ਇਹ ਵੀ ਕਿਹਾ ਸੀ ਕਿ ਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਹੀ ਆਦ ਪਰ ਦੂਸਰੇ ਬੰਨੇ ਜਿਹੜੀ ਗੁਰੂ ਦੀ ਭੈ ਭਾਵਨੀ ਵਿੱਚ ਰਹਿਣ ਵਾਲੀਆਂ ਸਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਕਿ ਇਹ ਔਰਤ ਜਾਤ ਜਿਹੜੀ ਸੂਰਬੀਰ ਯੋਧਿਆਂ ਨੂੰ ਪੈਦਾ ਕਰਨ ਵਾਲੀ ਜਨਮ ਦੇਣ ਵਾਲੀ ਇਹ ਤੇ ਸਤਿਕਾਰ ਦੀ ਪਾਤਰ ਹੈ ਇਸ ਤਰ੍ਹਾਂ ਦੇ ਅਪਸ਼ਬਦ ਕਿਉਂ ਬੋਲੇ ਜਾਂਦੇ ਨੇ ਤੇ ਜਿਸ ਗੁਰੂ ਨੇ ਆਪ ਸ਼ਹਾਦਤ ਦਿੱਤੀ ਗੁਰੂ ਕੀ ਸੰਗਤ ਉਹਨਾਂ ਦੇ ਸਿੱਖਾਂ ਨੇ ਵੀ ਜਦੋਂ ਸਮਾਂ ਆਇਆ ਤੇ ਉਹਨਾਂ ਧਰਮਣ ਬੀਬੀਆਂ ਨੇ ਭਾਵੇਂ ਸਵਾ ਸਵਾ ਮਣ ਦਾ ਪੀਸਣ ਪੀਸਿਆ ਅੱਧੀ ਅੱਧੀ ਖੰਨੀ ਰੋਟੀ ਖਾ ਕੇ ਗੁਜ਼ਾਰਾ ਕੀਤਾ ਪਰ ਸਮੇਂ ਦੀ
ਉਸ ਉਹਨਾਂ ਜ਼ਾਲਮਾਂ ਨੇ ਐਸੇ ਤਸ਼ੱਦਦ ਕੀਤੇ ਉਹਨਾਂ ਧਰਮ ਬੀਬੀਆਂ ਦੇ ਉੱਪਰ, ਪਰ ਜਦੋਂ ਉਹ ਸ਼ਾਮ ਨੂੰ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਕਰਦੀਆਂ, ਸੋਦਰ ਦਾ ਪਾਠ ਕਰਦੀਆਂ ਤੇ ਅਰਦਾਸ ਕਰਦੀਆਂ ਕਿ ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਬਤੀਤ ਹੋਇਆ, ਚਾਰ ਪੈਰ ਰਹਿਣ ਆਈ, ਕਿਰਪਾ ਕਰਨੀ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਵੇ ਤੇ ਸੱਚ ਜਾਣਿਓ ਉਹ ਜ਼ਾਲਮਾਂ ਦੇ ਰੌਂਗ ਤੇ ਖੜੇ ਹੋ ਜਾਂਦੇ ਕਿ ਅਸੀਂ ਤੇ ਕੋਈ ਤਸ਼ੱਦਦ ਕੋਈ ਜ਼ੁਲਮ ਦੀ ਹੱਦ ਨਹੀਂ ਰਹਿਣ ਦਿੱਤੀ। ਪਰ ਇਹ ਕਿਸ ਮਿੱਟੀ ਦੀਆਂ ਬਣੀਆਂ ਨੇ ਔਰਤਾਂ ਜਿਹੜੀਆਂ ਆਪਣਾ ਧਰਮ ਬਦਲਣ ਵਾਸਤੇ ਤਿਆਰ ਨਹੀਂ ਹੋਈਆਂ, ਉਹਨਾਂ ਨੇ ਐਸਾ ਰਸਤਾ ਕੱਢਿਆ ਕਿ ਉਹਨਾਂ ਧਰਮ ਬੀਬੀਆਂ ਦੇ ਦੁੱਧ ਚੁੰਗ ਦੇ ਬੱਚੇ ਉਹਨਾਂ ਕੋਲੋਂ ਖੋਹ ਕੇ ਗੁਰੂ ਕੀ ਸੰਗਤ ਅਸਮਾਨ ਵੱਲ ਸੁੱਟੇ। ਤਿੱਖੇ ਨੇਜਿਆਂ ਦੇ ਵਿੱਚ ਜਿਉਂਦੇ ਬੱਚੇ ਪਰੋਏ ਗਏ, ਬਰਸ਼ਿਆਂ ਵਿੱਚ ਪਰੋਏ ਗਏ, ਬੱਚਿਆਂ ਦੇ ਟੋਟੇ ਕਰਕੇ ਹਾਰ ਪਵਾ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਗਏ ਤੇ ਉਸ ਵੇਲੇ ਉਹਨਾਂ ਮਾਤਾਵਾਂ ਨੂੰ ਉਹਨਾਂ ਧਰਮ ਬੀਬੀਆਂ ਨੂੰ ਪੁੱਛਿਆ ਕਿ ਹੁਣ ਤੇ ਤੁਸੀਂ ਆਪਣਾ ਧਰਮ ਤਬਦੀਲ ਕਰ ਲਵੋ ਕਿਉਂਕਿ ਤੁਹਾਡੇ ਬੱਚੇ ਵੀ ਸ਼ਹਾਦਤ ਦਾ ਜਾਮ ਪੀ ਗਏ ਨੇ। ਤੇ ਗੁਰੂ ਕੀ ਸੰਗਤ ਬੜੇ ਮਾਣ ਨਾਲ ਬੜੇ ਫਖਰ ਨਾਲ ਉਹਨਾਂ ਧਰਮ ਬੀਬੀਆਂ ਨੇ ਕਿਹਾ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ੁਕਰ ਹੈ, ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਗੋਦ ਅੰਦਰ ਸਾਡੀਆਂ ਅੱਖਾਂ ਦੇ ਸਾਵੇ ਸਾਡੇ ਬੱਚੇ ਸ਼ਹੀਦ ਹੋ ਕੇ ਉਹਨਾਂ ਦੀ ਗੋਦ ਵਿੱਚ ਜਾ ਕੇ ਬੈਠ ਗਏ ਨੇ। ਕੀ ਹੁੰਦਾ ਕਿ ਜੇ ਸਾਡੇ ਬੱਚੇ ਜਿਉਂਦੇ ਰਹਿ ਜਾਂਦੇ ਅਸੀਂ ਸ਼ਹੀਦ ਹੋ ਜਾਂਦੀਆਂ ਤੇ ਹੋ ਸਕਦਾ ਸਾਡੇ ਬੱਚੇ ਧਰਮ ਤੋਂ ਮੁੱਖ ਮੋੜ ਜਾਂਦੇ, ਸਾਡੀ ਕੁੱਲ ਕਲੰਕਤ ਹੋ ਜਾਣੀ ਸੀ। ਗੁਰੂ ਕੀ ਸੰਗਤ ਉਹਨਾਂ ਧਰਮ ਬੀਬੀਆਂ ਨੇ ਮਾਲਕ ਦਾ ਫਿਰ ਵੀ ਸ਼ੁਕਰਾਨਾ ਕੀਤਾ, ਫਿਰ ਵੀ ਧੰਨਵਾਦ ਕੀਤਾ। ਅੱਜ ਆਪਾਂ ਅਰਦਾਸ ਦੇ ਵਿੱਚ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਸਵੇਰ ਸ਼ਾਮ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਦਾ ਨਾਮ ਲੈ ਕੇ ਆਪਾਂ ਮਾਲਕ ਦਾ ਨਾਮ ਲੈਂਦੇ ਹਾਂ ਕਿਉਂਕਿ ਸਾਡੀ ਸਮੁੱਚੀ ਅਰਦਾਸ ਜੇ ਅਸੀਂ ਸੱਚਮੁੱਚ ਧਿਆਨ ਦੇ ਨਾਲ ਸੁਣੀਏ ਤੇ ਸਾਡਾ ਸਾਰਾ ਇਤਿਹਾਸ ਦੁਹਰਾ ਦਿੰਦੀ ਹੈ। ਇਸ ਕਰਕੇ ਗੁਰੂ ਕੀ ਸੰਗਤ ਆਪਾਂ ਭਾਗਾਂ ਵਾਲੇ ਹਾਂ ਕਿ ਅਸੀਂ ਉਸ ਕੌਮ ਦੇ ਵਾਰਸ ਹਾਂ ਜਿਹਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿ ਜੀਵਨ ਉਸ ਦਾ ਹੈ, ਜ਼ਿੰਦਗੀ ਉਸ ਦੀ ਹੈ, ਗੁਰੂ ਕੀ ਸੰਗਤ ਜਿਹੜਾ ਪਰਮਾਤਮਾ ਦੇ ਨਾਲ ਆਪਣੇ ਮਨ ਨੂੰ ਜੋੜਦਾ ਹੈ ਉਸ ਮਾਲਕ ਦਾ ਸਵੇਰ ਸ਼ਾਮ ਸ਼ੁਕਰਾਨਾ ਕਰਦਾ ਹੈ। ਇੱਥੋਂ ਤੱਕ ਹੀ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਭਗਤਾਂ ਦੀ ਬਾਣੀ ਹੈ ਕਿ ਭਾਈ ਹੱਥ ਪੈਰ ਜਿਹੜੇ ਉਹ ਚੱਲਣ ਵਾਸਤੇ ਨੇ ਤੇ ਜਿਹੜਾ ਤਨ ਜਿਹੜਾ ਮਨ ਹੈ ਉਹ ਨਿਰੰਕਾਰ ਦੇ ਨਾਲ ਜੋੜਨਾ ਹੈ, ਉਹ ਮਾਲਕ ਦੀ ਹਰ ਵੇਲੇ ਇਬਾਦਤ ਕਰਨੀ ਹੈ। ਕਿਉਂਕਿ ਮਨੁੱਖ ਜਿਹੜਾ ਉਹ ਕਈ ਵਾਰੀ ਘਬਰਾ ਜਾਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਤੇ ਆਵਾਜ਼ਾਂ ਮਾਰਦੇ ਨੇ ਆਹ ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਇਸ ਕਰਕੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਜਿਹੜਾ ਅੱਜ ਦਾ ਪੰਥਕ ਸਮਾਗਮ ਭਾਈ ਸਾਹਿਬ ਭਾਈ ਬਸੰਤ ਸਿੰਘ ਜੀ ਪੰਜ ਹੱਥਾਂ ਉਹਨਾਂ ਦਾ ਵਿਸ਼ੇਸ਼ ਉਪਰਾਲਾ ਉਦਮ ਹੈ ਗੁਰੂ ਕੀ ਸੰਗਤ, ਸੱਚ ਜਾਣਿਓ
ਇਹ ਸੱਚਾ ਸੁੱਚਾ ਇਹ ਮਹਾਨ ਗੁਰਮਤਿ ਸਮਾਗਮ ਜਿਹੜਾ ਉਹਨਾਂ ਨੂੰ ਸਮਰਪਿਤ ਹੈ ਕਿ ਉਹ ਮਰ ਜੀਵੜੇ ਜਿਨ੍ਹਾਂ ਦਾ ਸਿੰਘ ਸਾਹਿਬ ਜੀ ਨੇ ਆਪ ਸੰਗਤਾਂ ਦੇ ਨਾਲ ਵਿਸਥਾਰ ਪੂਰਵਕ ਦੱਸਿਆ ਹੈ ਕਿ ਜੋੜੀਆਂ ਦੇ ਰੂਪ ਵਿੱਚ ਜਿੱਥੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਉੱਥੇ ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਉੱਥੇ ਉਸ ਪਾਪਣ ਇੰਦਰਾ ਨੂੰ ਸਕੀਤੀ ਦਾ ਸਬਕ ਸਿਖਾਉਣ ਵਾਲੇ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਜਨਰਲ ਵੈਦਿਆ ਨੂੰ ਉਹਦੀ ਕੀਤੀ ਦਾ ਫਲ ਭੁਗਤਾਉਣ ਵਾਲੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ। ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਾਂ ਇੱਕ ਮਿੰਟ ਵਾਸਤੇ ਕਿ ਦਾਸ ਨੂੰ 2006-07 ਦੇ ਵਿੱਚ ਜੰਮੂ ਦੀ ਧਰਤੀ ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਪੰਜ ਪਿਆਰੇ ਸਿੰਘਾਂ ਦੀ ਸੇਵਾ ਵਿੱਚ ਤੇ ਜਿਸ ਘਰ ਦੇ ਵਿੱਚ ਅਸੀਂ ਠਹਿਰੇ ਸੀ ਗੁਰੂ ਕੀ ਸੰਗਤ ਸਵੇਰ ਦੇ ਨਿਤਨੇਮ ਤੋਂ ਉਪਰੰਤ ਘਰ ਦੇ ਮੁਖੀ ਨਾਲ ਫਤਿਹ ਦੀ ਸਾਂਝ ਹੋਈ ਤੇ ਮੈਂ ਬੜੇ ਮਾਣ ਨਾਲ ਬੜੇ ਫਕਰ ਨਾਲ ਉਸ ਬਜ਼ੁਰਗ ਨੂੰ ਕਿਹਾ, ਬਜ਼ੁਰਗੋ ਤੁਸੀਂ ਭਾਗਾਂ ਵਾਲੇ ਜੇ ਤੁਸੀਂ ਜੰਮੂ ਕਸ਼ਮੀਰ ਦੀ ਧਰਤੀ ਦੇ ਉੱਤੇ ਸਿੱਖੀ ਨੂੰ ਸੰਭਾਲਿਆ ਹੈ ਕਿਉਂਕਿ ਪੰਜਾਬ ਦੇ ਸਿੱਖ ਜਿਹੜੇ ਬੱਚੇ ਜਿਹੜੇ ਉਹ ਸਿੱਖੀ ਤੋਂ ਮੁਨਕਰ ਹੁੰਦੇ ਜਾਂਦੇ ਨੇ ਦਾੜਾ ਕੇਸ ਕਟਾ ਕੇ, ਤੇ ਉਸ ਬਜ਼ੁਰਗ ਨੇ ਜਿਹੜਾ ਜਵਾਬ ਦਿੱਤਾ ਉਹ ਹੂਬ ਹੂ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਉਹ ਬਜ਼ੁਰਗ ਨੇ ਕਿਹਾ, ਗਿਆਨੀ ਜੀ ਖੇ ਸਿੱਖੀ ਸੰਭਾਲੀ ਅਸੀਂ, ਤੁਸੀਂ ਦੱਸੋ ਕਹਿੰਦੇ ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਕੋਈ ਜੰਮੂ ਕਸ਼ਮੀਰ ਤੋਂ ਆਇਆ ਸੀ ਉਸ ਵੇਲੇ ਕੋਈ ਹੋਰ ਜਗ੍ਹਾ ਤੋਂ ਆਇਆ ਸੀ, ਉਹ ਪੰਜਾਬ ਦੀ ਧਰਤੀ ਦੇ ਸਿੱਖ ਦੇ ਭਾਵੇਂ ਉਹਨਾਂ ਦੇ ਕੇਸ ਕੱਟੇ ਜਾਣ ਭਾਵੇਂ ਸਮੇਂ ਦੀਆਂ ਹਕੂਮਤਾਂ ਨੇ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਗਲਤਾਨ ਕਰਨ ਦੀ ਕੋਸ਼ਿਸ਼ ਕੀਤੀ, ਹਰ ਤਰੀਕਾ ਵਰਤਿਆ ਹੈ, ਪਰ ਜਦੋਂ ਸਮਾਂ ਆਇਆ ਉਹਨਾਂ ਦੇ ਅੰਦਰ ਸਿੱਖੀ ਦਾ ਬੀਜ ਹੈ, ਉਹ ਸਿੱਖੀ ਦਾ ਬੀਜ ਉਸੇ ਵੇਲੇ ਆਪਣੇ ਆਪ ਹੀ ਵਧੇ ਫੁੱਲੇਗਾ। ਉਹ ਗੁਰੂ ਕੀ ਸੰਗਤ ਸੱਚ ਜਾਣਿਓ ਇੱਕ ਸਮਾਂ ਆਇਆ ਕਿ ਉਹਨਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਅੰਮ੍ਰਿਤਧਾਰੀ ਜਿੱਥੇ ਸਾਬਤ ਸੂਰਤ ਸਿੰਘਾਂ ਬੀਬੀਆਂ ਨੇ ਸੜਕਾਂ ਤੇ ਆਣ ਕੇ ਉਸ ਪਖੰਡੀ ਸਾਧ ਨੂੰ ਤੇ ਉਹਦੇ ਚੇਲਿਆਂ ਨੂੰ ਵੰਗਾਰਿਆ, ਉੱਥੇ ਗੁਰੂ ਕੀ ਸੰਗਤ ਭਾਵੇਂ ਉਹਨਾਂ ਬੱਚਿਆਂ ਦੇ ਕੇਸ ਨਹੀਂ ਸਰ ਪਰ ਉਹਨਾਂ ਦੇ ਅੰਦਰ ਸਿੱਖੀ ਸੀ, ਉਹਨਾਂ ਨੇ ਵੀ ਆ ਕੇ ਸੜਕਾਂ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਨੂੰ ਨਮਸਕਾਰਾਂ ਕੀਤੀਆਂ ਤੇ ਉਹਨਾਂ ਸੂਰਬੀਰਾਂ ਨੇ ਅੰਮ੍ਰਿਤ ਛਕ ਕੇ ਖੰਡੇ ਦੀ ਪੌਲ ਲਈ ਸਾਬਤ ਸੂਰਤ ਹੋਏ ਕਿਉਂਕਿ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਨੇ ਸਾਡੇ ਨੌਜਵਾਨ ਕਲੀਨ ਸ਼ੇਵ ਤੇ ਉਧਰੋਂ ਸਿੱਖੀ ਦਾ ਪ੍ਰਚਾਰ ਸੁਣ ਕੇ ਗੁਰੂ ਕੀ ਸੰਗਤ ਸਾਬਤ ਸੂਰਤ ਹੋ ਕੇ ਆਉਂਦੇ ਨੇ। ਇਹ ਗੁਰੂ ਦੀ ਰਹਿਮਤ ਹੈ, ਗੁਰੂ ਦੀ ਕਿਰਪਾ ਹੈ ਕਿ ਜਿੱਥੇ ਸਾਡੇ ਭਾਈ ਬਸੰਤ ਸਿੰਘ ਤੇ ਇਹਨਾਂ ਦੇ ਸਹਿਯੋਗੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੀ ਮਿੱਟੀ ਨਾਲ ਮੋਹ ਰੱਖਦੇ ਨੇ, ਮਾਂ ਬੋਲੀ ਨਾਲ ਪਿਆਰ ਕਰਦੇ ਨੇ, ਆਪਣੇ ਪਰਿਵਾਰਾਂ ਦਾ ਖਿਆਲ ਰੱਖਦੇ ਨੇ ਕਿਉਂਕਿ ਬਾਕੀ ਲੋਕ ਤੇ ਸੁੱਖ ਸਹੂਲਤਾਂ ਵਿੱਚ ਪੈ ਗਏ, ਤੇ ਗੁਰੂ ਕੀ ਸੰਗਤ ਸੱਚ ਜਾਣਿਓ ਉਸ ਧਰਤੀ ਦੇ ਉੱਤੇ ਆ ਕੇ ਫਿਰ ਉਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਲਖਤੇ ਜਿਗਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜਿੱਥੇ ਆਪ ਕੋਟਾਨਕੋਟ ਪ੍ਰਣਾਮ ਕਰਦੇ ਨੇ ਉੱਥੇ ਸੰਗਤਾਂ ਨੂੰ ਗੁਰੂ ਨਾਲ ਜੋੜਦੇ ਨੇ। ਇਸ ਕਰਕੇ ਅਜੋਕਾ ਸਮਾਂ ਇਹੀ ਹੈ ਕਿ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਜੋੜੀਏ, ਭਾਵੇਂ ਬੱਚਾ ਦੇਸ਼ ਵਿਦੇਸ਼ ਕਿਤੇ ਵੀ ਪੜ੍ਹਨ ਵਾਸਤੇ ਚਲਾ ਜਾਵੇ, ਵੱਧ ਤੋਂ ਵੱਧ ਬੱਚਿਆਂ ਨੂੰ ਵਿੱਦਿਆ ਪੜ੍ਹਾਈਏ ਤਾਂ ਕਿ ਸਾਡੇ ਬੱਚੇ IAS IPS ਅਫਸਰ ਬਣ ਕੇ ਉੱਚ ਅਹੁਦਿਆਂ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦਾ ਵੀ ਪ੍ਰਚਾਰ ਕਰਨਗੇ, ਸਮਾਜ ਦੀ ਸੇਵਾ ਵੀ ਕਰਨਗੇ, ਤੇ ਜਿਹੜਾ ਨਾਰਾ ਆਪਾਂ ਲਾਉਂਦੇ ਹਾਂ ਨਾ, ਰਾਜ ਕਰੇਗਾ ਖਾਲਸਾ
ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਮ ਜੋ ਹੋਏ ਗੁਰੂ ਕੀ ਸੰਗਤ ਤਾਂ ਪੂਰਾ ਹੋਣਾ ਹੈ ਜਦੋਂ ਸਾਡੇ ਆਪਣੇ ਬੱਚੇ ਉਚਾਹੁੰਦਿਆਂ ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਤੇ ਸਿੱਖ ਇਤਿਹਾਸ ਤੋਂ ਲੋਕਾਂ ਨੂੰ ਵੀ ਜਾਣੂ ਕਰਵਾਉਣਗੇ ਤੇ ਆਪ ਵੀ ਤਿਆਰ ਬਰ ਤਿਆਰ ਹੋਣਗੇ ਓਨੀ ਦੇਰ ਨਹੀਂ ਜਿੰਨੀ ਦੇਰ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਕਹਿੰਦੇ ਨੇ ਭਾਈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮਿਲੇ ਕਹਿੰਦੇ ਜਿਹੜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ ਨਾ ਉਹ ਭਾਈ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਜਾਣ ਦੀ ਲੋੜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਗੁਰੂ ਦੀ ਪਾਵਨ ਬਾਣੀ ਸਹਿਜ ਪਾਠ ਦੇ ਰੂਪ ਵਿੱਚ ਅਖੰਡ ਪਾਠ ਦੇ ਰੂਪ ਵਿੱਚ ਭਾਵੇਂ ਇੱਕ ਅੰਗ ਪੜ੍ਹੀਏ ਭਾਵੇਂ ਪੰਜ ਅੰਗ ਪੜ੍ਹੀਏ ਜਿੰਨਾ ਵੀ ਸਮਾਂ ਹੋਵੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਅਰਥਾਂ ਸਹਿਤ ਪੜਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਕੀ ਉਪਦੇਸ਼ ਕਰਨਗੇ ਫਿਰ ਸਾਨੂੰ ਕਦੇ ਵੀ ਨਾ ਸਾਡੇ ਪਰਿਵਾਰ ਨੂੰ ਖਤਰਾ ਹੋਵੇਗਾ ਨਾ ਸਾਡੀ ਸਿੱਖੀ ਨੂੰ ਖਤਰਾ ਹੋਵੇਗਾ ਨਾ ਸਾਨੂੰ ਕਿਸੇ ਦੁਸ਼ਮਣ ਦਾ ਡਰ ਹੋਵੇਗਾ ਭਾਵੇਂ ਦੁਸ਼ਮਣ ਜਿੰਨਾ ਮਰਜ਼ੀ ਡਫਲੀ ਵਜਾਈ ਜਾਂਦੇ ਨੇ ਗੁਰੂ ਕੀ ਸੰਗਤ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਹੈ ਜਿਹਦੇ ਵਿੱਚ ਸਾਹਿਬਜ਼ਾਦਿਆਂ ਨੇ ਆਪਣਾ ਖੂਨ ਦੇ ਕੇ ਇਸ ਨੂੰ ਮਜ਼ਬੂਤ ਕੀਤਾ ਇਸ ਕਰਕੇ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਅਮਰ ਛਕੋ ਗੁਰੂ ਵਾਲੇ ਬਣੋ ਸਮੁੱਚੀਆਂ ਹੀ ਸ਼ਖਸੀਅਤਾਂ ਮਾਨ ਯੋਗ ਸਿੰਘ ਸਾਹਿਬ ਮੈਂਬਰ ਸਾਹਿਬਾਨ ਅਤੇ ਭਾਈ ਜਸਪਾਲ ਸਿੰਘ ਜੀ ਮੰਝਪੁਰ ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ ਵਿਸ਼ੇਸ਼ ਸਮਾਗਮ ਰਚਿਆ ਗਿਆ ਤਿਨ੍ਹਾਂ ਦਾ ਧੰਨਵਾਦ ਕਿ ਬਹੁਤ ਵੱਡੀ ਉਹ ਸੇਵਾ ਕਰ ਰਹੇ ਨੇ ਜੋ ਸਾਨੂੰ ਸਾਰਿਆਂ ਨੂੰ ਗੁਰੂ ਦਾ ਹੁਕਮ ਹੈ ਜਿਵੇਂ ਸਿੰਘ ਸਾਹਿਬ ਜੀ ਨੇ ਦੱਸਿਆ ਹੈ ਕਿ ਆਪ ਤੋਂ ਕੋਈ ਨੀਵਾਂ ਹੈ ਕੋਈ ਗਰੀਬ ਹੈ ਤੇ ਉਹਦੀ ਵੀ ਬਾਂਹ ਫੜਨੀ ਹੈ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ ਕਿਸੇ ਦਾ ਭੈ ਡਰ ਮੰਨਣਾ ਨਹੀਂ ਤੇ ਕਿਸੇ ਗਰੀਬ ਨੂੰ ਡਰਾਉਣਾ ਵੀ ਨਹੀਂ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨਕੋਟ ਧੰਨਵਾਦ ਸਮੁੱਚੀਆਂ ਸੰਗਤਾਂ ਦਾ ਜਥੇਬੰਦੀਆਂ ਦਾ ਅਤੇ ਭਾਈ ਸਾਹਿਬ ਭਾਈ ਬਸੰਤ ਸਿੰਘ ਜੀ ਪੰਜ ਜੱਥਾ ਫਰਾਂਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਸਾਹਿਬ ਕਿਰਪਾ ਕਰਨ ਗੁਰੂ ਕੀ ਸੰਗਤ ਦੇਹੋ ਸੱਜਣ ਅਸੀਸੜੀਆਂ ਹੋਵੇ ਸਾਹਿਬ ਸਿਉ ਮੇਲ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦ ਹਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋਵੇ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੁਪਾਵੇ
ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ।